ਦੋਸਤੋ, ਇੱਥੇ ਸਾਡੇ ਇੱਕ ਰੋਜ਼ਾ ਪ੍ਰੋਗਰਾਮ ਦੇ ਦੁਪਹਿਰ ਦੇ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਸਵੇਰੇ ਤੁਹਾਡੇ ਨਾਲ ਇੱਕ ਪ੍ਰਭਾਵਸ਼ਾਲੀ ਚੰਗੇ ਅਭਿਆਸ ਦੀ ਇੱਕ ਬੁਨਿਆਦੀ ਜ਼ਰੂਰਤ ਬਾਰੇ ਗੱਲ ਕਰ ਰਿਹਾ ਸੀ, ਅਤੇ ਉਹ ਇਹ ਹੈ ਕਿ ਤੁਹਾਨੂੰ ਆਪਣੀ ਪ੍ਰਾਰਥਨਾ ਕਰਨ ਦਾ ਸਥਾਨ, ਅਭਿਆਸ ਕਰਨ ਦਾ ਅਸਥਾਨ, ਰੂਹਾਨੀ ਗਤੀਵਿਧੀਆਂ ਦਾ ਸਥਾਨ ਬਾਹਰ ਤੋਂ ਅੰਦਰ ਵੱਲ ਤਬਦੀਲ ਕਰਨਾ ਪਵੇਗਾ। ਲੋਕ ਆਪਣੇ ਘਰ ਵਿੱਚ ਇੱਕ ਛੋਟੀ ਜਿਹੀ ਜਗ੍ਹਾ ਬਣਾਉਂਦੇ ਹਨ। ਇਹ ਮੇਰਾ ਮੰਦਰ ਹੈ, ਇਹ ਉਹ ਜਗ੍ਹਾ ਹੈ ਜਿੱਥੇ ਮੈਂ ਆਪਣੀਆਂ ਪ੍ਰਾਰਥਨਾਵਾਂ ਕਰਦਾ ਹਾਂ। ਉਹ ਪ੍ਰਾਰਥਨਾਵਾਂ ਮੰਦਰ ਦੇ ਧਿਆਨ ਦੇ ਵਿਚਾਰ ਤੱਕ ਸੀਮਤ ਹਨ। ਲੋਕ ਇੱਕ ਵਿਸ਼ੇਸ਼ ਕੁਰਸੀ ਖਰੀਦਦੇ ਹਨ, ਇਹ ਮੇਰੇ ਅਭਿਆਸ ਵਾਲੀ ਕੁਰਸੀ ਹੈ, ਅਤੇ ਜਦੋਂ ਉਹ ਉਸ ਕੁਰਸੀ 'ਤੇ ਅਭਿਆਸ ਕਰਦੇ ਹਨ ਤਾਂ ਉਹਨਾਂ ਦੀ ਤਵੱਜੋ ਕੁਰਸੀ 'ਤੇ ਹੁੰਦੀ ਹੈ। ਮੇਰੀ ਅਭਿਆਸ ਦੀ ਕੁਰਸੀ ਕਿੰਨੀ ਵਧੀਆ ਹੈ, ਤਵੱਜੋ ਕਦੇ ਵੀ ਅੰਦਰ ਨਹੀਂ ਜਾਂਦੀ, ਉਹ ਕੁਰਸੀ ਵਿੱਚ ਜਾਂਦੀ ਹੈ, ਚਾਹੇ ਉਸ 'ਤੇ ਤੁਸੀਂ ਲੰਬੇ ਸਮੇਂ ਲਈ ਬੈਠੇ ਰਹੋ। ਲੋਕ ਛੋਟੀ ਜਿਹੀ ਦਰੀ ਜਾਂ ਚਟਾਈ ਖਰੀਦਦੇ ਹਨ, ਇਹ ਇੱਕ ਪ੍ਰਾਰਥਨਾ ਦੀ ਚਟਾਈ ਹੈ ਅਤੇ ਮੈਂ ਇਸ 'ਤੇ ਬੈਠ ਕੇ ਪ੍ਰਾਰਥਨਾ ਕਰਾਂਗਾ। ਇਸ ਲਈ ਮੈਨੂੰ ਇਸ ਤਰ੍ਹਾਂ ਚੰਗਾ ਮਹਿਸੂਸ ਹੁੰਦਾ ਹੈ। ਇਹ ਇੱਕ ਚੰਗੀ ਚਟਾਈ ਦੀ ਭਾਵਨਾ ਹੈ, ਇਹ ਤੁਹਾਡੇ ਸਵੈ ਦੀ ਭਾਵਨਾ ਨਹੀਂ ਹੈ। ਇਸ ਲਈ ਜੇ ਤੁਸੀਂ ਆਪਣਾ ਅਭਿਆਸ ਸਫਲਤਾਪੂਰਵਕ ਕਰਨਾ ਚਾਹੁੰਦੇ ਹੋ ਤਾਂ ਕਿ ਤੁਸੀਂ ਜਾਣ ਸਕੋ ਕਿ ਤੁਸੀਂ ਕੌਣ ਹੋ, ਤੁਸੀਂ ਇੱਥੇ ਕਿਉਂ ਹੋ, ਤੁਹਾਡੀ ਪ੍ਰਲਭ, ਤੁਹਾਡੀ ਕਿਸਮਤ ਇਸ ਤਰ੍ਹਾਂ ਕਿਉਂ ਬਣਾਈ ਗਈ ਸੀ, ਤੁਹਾਡਾ ਅਸਲ ਘਰ ਕਿੱਥੇ ਹੈ, ਤੁਸੀਂ ਕਿਸ ਜਗ੍ਹਾ 'ਤੇ ਪੂਰੀ ਤਰ੍ਹਾਂ ਸੰਤੁਸ਼ਟ ਹੋਵੋਗੇ। ਜੇ ਤੁਸੀਂ ਇਹਨਾਂ ਪ੍ਰਸ਼ਨਾਂ ਦੇ ਜਵਾਬ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਨਾ ਤਾਂ ਕੁਰਸੀ 'ਤੇ ਬੈਠਣਾ ਹੋਵੇਗਾ, ਨਾ ਚਟਾਈ ਅਤੇ ਨਾ ਹੀ ਕਿਸੇ ਨਿੱਜੀ ਕਮਰੇ ਵਿੱਚ, ਬਲਕਿ ਇੱਥੇ ਸਿਰ ਦੇ ਸਿਖਰਲੇ ਭਾਗ ਵਿੱਚ ਬੈਠਣਾ ਹੋਵੇਗਾ। ਅਜਿਹਾ ਕਰਨ ਲਈ ਤੁਹਾਨੂੰ ਕਲਪਨਾ ਕਰਨੀ ਹੋਵੇਗੀ ਕਿ ਇਹ ਤੁਹਾਡਾ ਘਰ ਹੈ, ਸਰੀਰ ਤੁਹਾਡਾ ਘਰ ਹੈ, ਅਤੇ ਇਸ ਸਰੀਰ ਵਿੱਚ ਬਹੁਤ ਸਾਰੀਆਂ ਮੰਜ਼ਲਾਂ ਹਨ। ਸਪਸ਼ਟ ਤੌਰ 'ਤੇ ਊਰਜਾ ਦੇ ਕੇਂਦਰਾਂ ਦੇ ਤੌਰ 'ਤੇ 6 ਮੰਜ਼ਲਾਂ ਹਨ। ਚੱਕਰਾਂ ਕਰਕੇ ਇਸ 'ਤੇ 6 ਮੰਜ਼ਲਾਂ ਹਨ। ਜਦੋਂ ਤੁਸੀਂ ਜਾਗ ਰਹੇ ਹੁੰਦੇ ਹੋ ਤਾਂ ਤੁਸੀਂ ਪਹਿਲਾਂ ਹੀ 6ਵੇਂ ਕੇਂਦਰ 6ਵੀਂ ਮੰਜ਼ਲ 'ਤੇ ਹੁੰਦੇ ਹੋ। ਇਸ ਲਈ ਤੁਸੀਂ ਇਸ ਸਰੀਰ ਨੂੰ ਆਪਣਾ ਘਰ ਸਮਝੋ ਅਤੇ ਤੁਸੀਂ ਇਸ ਘਰ ਵਿੱਚ ਰਹਿ ਰਹੇ ਹੋ, ਤੁਸੀਂ 6ਵੀਂ ਮੰਜ਼ਲ 'ਤੇ ਰਹਿ ਰਹੇ ਹੋ। ਤੁਸੀਂ ਇਸ ਗੱਲ ਦਾ ਫਿਕਰ ਨਾ ਕਰੋ ਕਿ ਕੌਣ ਕਿਰਾਏਦਾਰ ਹੇਠਾਂ ਰਹਿ ਰਿਹਾ ਹੈ, ਤੁਹਾਡਾ ਘਰ 6ਵੀਂ ਮੰਜ਼ਲ ਹੈ, ਤੁਸੀਂ 6ਵੀਂ ਮੰਜ਼ਲ 'ਤੇ ਹੋ। ਇਹ ਸਖਤ ਲੋਹੇ, ਸਟੀਲ ਅਤੇ ਇੱਟਾਂ ਨਾਲ ਬਣੀ ਇੱਕ ਵਧੀਆ ਮੰਜ਼ਲ ਹੈ, ਜਿਸ ਤਰ੍ਹਾਂ ਦਾ ਵੀ ਤੁਸੀਂ ਚਾਹੁੰਦੇ ਹੋ। ਇਹ ਠੋਸ ਹੈ, ਸਿਰਫ ਇੱਕ ਖਾਲੀ ਜਗ੍ਹਾ ਨਹੀਂ ਹੈ, ਇਹ ਮੰਜ਼ਲ ਅੱਖ ਦੇ ਪੱਧਰ 'ਤੇ ਹੈ ਅਤੇ ਤੁਸੀਂ ਇਸ 'ਤੇ ਰਹਿੰਦੇ ਹੋ। ਇਸ ਜਗ੍ਹਾ 'ਤੇ ਤੁਹਾਡੇ ਕੋਲ ਇੱਕ ਕੁਰਸੀ ਹੈ, ਇੱਕ ਪ੍ਰਾਰਥਨਾ ਦੀ ਕੁਰਸੀ। ਇਸ ਜਗ੍ਹਾ 'ਤੇ ਤੁਹਾਡੇ ਕੋਲ ਇੱਕ ਚਟਾਈ ਹੈ, ਅਤੇ ਇਹ ਉਹ ਜਗ੍ਹਾ ਹੈ ਜਿੱਥੇ ਤੁਸੀਂ ਹਰ ਵਾਰ ਅਭਿਆਸ ਕਰਨ ਲਈ ਜਾਵੋਗੇ। ਜੇ ਤੁਸੀਂ ਇਸ ਤਰ੍ਹਾਂ ਸ਼ੁਰੂ ਕਰ ਸਕਦੇ ਹੋ ਤਾਂ ਅਭਿਆਸ ਸਫਲ ਹੋਵੇਗਾ, ਨਹੀਂ ਤਾਂ ਇਹ ਇੱਕ ਕਰਮਕਾਂਡ ਬਣ ਜਾਏਗਾ। ਮੈਂ ਇੱਦਾਂ ਹਰ ਰੋਜ਼ ਕਰਦਾ ਹਾਂ, ਇੱਕ ਦਿਨ ਮੈਨੂੰ ਨਤੀਜੇ ਮਿਲਣਗੇ। ਅਗਲੇ ਜਨਮ ਵਿੱਚ ਮੈਂ ਸਵਰਗ ਵਿੱਚ ਹੋਵਾਂਗਾ। ਹੁਣੇ ਹੀ ਸਵਰਗ ਜਾਣ ਬਾਰੇ ਤੁਹਾਡਾ ਕੀ ਵਿਚਾਰ ਹੈ? ਜੇ ਤੁਸੀਂ ਹੁਣੇ ਸਵਰਗ ਦਾ ਆਨੰਦ ਨਹੀਂ ਲੈ ਸਕਦੇ ਤਾਂ ਇਹ ਯਕੀਨ ਨਾਲ ਕਿਵੇਂ ਕਹਿ ਸਕਦੇ ਹੋ ਕਿ ਅਗਲੀ ਜ਼ਿੰਦਗੀ ਵਿੱਚ ਸਵਰਗ ਵਿੱਚ ਚਲੇ ਜਾਵੋਗੇ? ਤੁਹਾਡੇ ਕੋਲ ਅੱਜ ਹੀ ਉੱਥੇ ਜਾਣ ਦੀ ਸਾਰੀ ਯੋਗਤਾ ਹੈ। ਇੱਕ ਆਦਮੀ ਮੇਰੇ ਗੁਰੂ ਜੀ ਕੋਲ ਗਿਆ ਅਤੇ ਉਹਨਾਂ ਨੂੰ ਕਿਹਾ, ਗੁਰੂ ਜੀ, ਕਿਰਪਾ ਕਰਕੇ ਅਗਲੀ ਜ਼ਿੰਦਗੀ ਵਿੱਚ ਮੈਨੂੰ ਆਦਮੀ ਬਣਾ ਦੇਣਾ। ਕਾਮਲ ਮੁਰਸ਼ਦ ਨੇ ਜਵਾਬ ਦਿੱਤਾ, ਕਿ ਹੁਣ ਤੂੰ ਇੱਕ ਗਧਾ ਹੈ? ਅਗਲੀ ਜ਼ਿੰਦਗੀ ਇੱਕ ਆਦਮੀ ਦੇ ਰੂਪ ਵਿੱਚ ਜੋ ਕਰਨਾ ਹੈ ਉਹ ਹੁਣੇ ਹੀ ਕਰ ਲੈ, ਤੂੰ ਪਹਿਲਾਂ ਹੀ ਇੱਕ ਆਦਮੀ ਹੈ, ਤੈਨੂੰ ਇੰਤਜ਼ਾਰ ਕਰਨ ਦੀ ਕੋਈ ਲੋੜ ਨਹੀਂ। ਮੁਲਤਵੀ ਨਾ ਕਰ, ਚੀਜ਼ਾਂ ਨੂੰ ਮੁਲਤਵੀ ਜਾਂ ਟਾਲਣ ਦਾ, ਉਹਨਾਂ ਵਿੱਚ ਦੇਰੀ ਕਰਨ ਦਾ ਰੁਝਾਨ ਮਨ ਦਾ ਹੁੰਦਾ ਹੈ, ਇਹ ਅਭਿਆਸ ਕਰਨ ਵਿੱਚ ਰੁਕਾਵਟ ਪੈਦਾ ਕਰਦਾ ਹੈ। ਤੁਹਾਨੂੰ ਮਨ ਦੀ ਨਹੀਂ ਸੁਣਨੀ ਚਾਹੀਦੀ। ਮਨ ਕਹਿੰਦਾ ਹੈ, ਉਹ ਅੱਜ ਮੈਂ ਬਹੁਤ ਥੱਕਿਆ ਹੋਇਆ ਹਾਂ, ਉਹ ਹੀ ਸਮਾਂ ਹੁੰਦਾ ਹੈ ਅਭਿਆਸ ਕਰਨ ਦਾ। ਮਨ ਕਹਿੰਦਾ ਹੈ, ਮੈਨੂੰ ਕੰਮ 'ਤੇ ਜਾਣ ਲਈ ਸਵੇਰੇ ਜਲਦੀ ਉੱਠਣਾ ਪਵੇਗਾ। ਇਸ ਨੂੰ ਮਾਤ ਦਿਓ, ਹੁਣੇ ਹੀ ਇਸ ਨੂੰ ਕਰੋ। ਤੁਹਾਨੂੰ ਮਨ ਦਾ ਮੁਕਾਬਲਾ ਕਰਨਾ ਪਵੇਗਾ। ਤੁਹਾਨੂੰ ਮਨ ਦੀਆਂ ਚੀਜ਼ਾਂ ਨੂੰ ਮੁਲਤਵੀ ਕਰਨ ਜਾਂ ਟਾਲਣ ਦੀ ਇਸ ਆਦਤ ਦਾ ਮੁਕਾਬਲਾ ਕਰਨਾ ਹੋਵੇਗਾ। ਇਹ ਜਾਣ ਬੁੱਝ ਕੇ ਕੀਤੀ ਜਾਣ ਵਾਲੀ ਕੋਸ਼ਿਸ਼ ਹੈ। ਇਸ ਤਰ੍ਹਾਂ ਕਰਨ ਨਾਲ ਕਿ ਮਨ ਕੁਛ ਕਹੇ ਅਤੇ ਤੁਸੀਂ ਉਸ ਦੇ ਉਲਟ ਕਰੋ,
ਇਸ ਤਰ੍ਹਾਂ ਤੁਸੀਂ ਆਪਣੇ ਮਨ ਤੇ ਕਾਬੂ ਪਾ ਲਵੋਗੇ। ਫਿਰ ਮਨ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ। ਮਨ ਉਹਨਾਂ ਆਦਤਾਂ ਨੂੰ ਅਪਣਾਉਂਦਾ ਹੈ ਜੋ ਤੁਸੀਂ ਇਸ ਨੂੰ ਕਰਨ ਦਿੰਦੇ ਹੋ। ਜੇ ਤੁਸੀਂ ਮਨ ਨੂੰ ਆਲਸ ਕਰਨ, ਢਿੱਲ ਦੇਣ ਅਤੇ ਬਹਾਨੇ ਬਣਾਉਣ ਦੀ ਇਜਾਜ਼ਤ ਨਹੀਂ ਦੇਵੋਗੇ ਤਾਂ ਉਹ ਅਜਿਹਾ ਨਹੀਂ ਕਰ ਸਕੇਗਾ। ਮਨ ਨੂੰ ਹਰਾ ਦਿਓ। ਜੇਕਰ ਉਹ ਕਹਿੰਦਾ ਹੈ ਕਿ ਕੱਲ੍ਹ ਕਰ ਲਵੋ ਤਾਂ ਕਹੋ, ਨਹੀਂ ਅੱਜ ਹੀ ਕਰਨਾ ਹੈ। ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਮਨ ਤੁਹਾਡੇ ਵੱਸ ਵਿੱਚ ਆ ਜਾਂਦਾ ਹੈ। ਫਿਰ ਅਭਿਆਸ ਕਰਨਾ ਸੌਖਾ ਹੋ ਜਾਂਦਾ ਹੈ, ਕਿਉਂਕਿ ਫਿਰ ਚੰਚਲ ਮਨ ਉਨਾ ਨਹੀਂ ਭਟਕ ਸਕੇਗਾ ਜਿੰਨਾ ਕਿ ਉਹ ਹੁਣ ਭਟਕਦਾ ਹੈ। ਇਸ ਲਈ ਮੁੱਢਲੀ ਚੀਜ਼ ਇਹ ਹੈ ਕਿ ਤੁਹਾਨੂੰ ਕੋਈ ਵੀ ਅਭਿਆਸ ਕਰਨ ਤੋਂ ਪਹਿਲਾਂ ਅੱਖਾਂ ਦੇ ਪਿੱਛੇ ਬੈਠਣਾ ਹੋਵੇਗਾ। ਇਹ ਇੱਦਾਂ ਨਹੀਂ ਹੈ ਕਿ ਠੀਕ ਹੈ ਮੈਂ ਅਭਿਆਸ ਕਰਕੇ ਇੱਕ ਦਿਨ ਉੱਥੇ ਪਹੁੰਚ ਜਾਵਾਂਗਾ। ਨਹੀਂ, ਤੁਸੀਂ ਉੱਥੋਂ ਹੀ ਸ਼ੁਰੂ ਕਰੋ। ਤੁਸੀਂ ਕਿਸੇ ਹੋਰ ਜਗ੍ਹਾ ਤੋਂ ਕਿਉਂ ਆਰੰਭ ਕਰਨਾ ਚਾਹੁੰਦੇ ਹੋ ਜਦੋਂ ਕਿ ਜਾਗਦੀ ਅਵਸਥਾ ਵਿੱਚ ਤੁਸੀਂ ਪਹਿਲੇ ਹੀ ਉੱਥੇ ਮੌਜੂਦ ਹੋ। ਜਾਗਦੇ ਹੋਏ ਤੁਸੀਂ ਉੱਥੇ ਹੁੰਦੇ ਹੋ। ਉੱਥੇ ਵਾਪਸ ਆਉਣ ਲਈ ਤੁਹਾਨੂੰ ਕਿਤੇ ਵੀ ਬਾਹਰ ਨਹੀਂ ਜਾਣਾ ਪਵੇਗਾ। ਤੁਹਾਨੂੰ ਉੱਪਰ ਜਾਣ ਲਈ ਹੇਠਾਂ ਜਾਣ ਦੀ ਲੋੜ ਨਹੀਂ ਹੈ। ਲੋਕ ਉੱਥੇ ਜਾਣ ਲਈ ਦਿਲ ਅਤੇ ਭਾਵਨਾਵਾਂ ਆਦਿ 'ਤੇ ਜਾਂਦੇ ਹਨ। ਇਸ ਤਰ੍ਹਾਂ ਕਿਉਂ? ਤੁਸੀਂ ਪਹਿਲਾਂ ਹੀ ਉੱਥੇ ਹੋ, ਜਾਗ ਰਹੇ ਹੋ, ਬੁੱਧੀਮਾਨ ਹੋ, ਇਹ ਜਾਣਨ ਦੇ ਸਮਰੱਥ ਹੋ ਕਿ ਤੁਸੀਂ ਕਿੱਥੇ ਹੋ। ਇਸ ਲਈ ਉੱਥੋਂ ਹੀ ਸ਼ੁਰੂ ਕਰੋ। ਜੇਕਰ ਤੁਸੀਂ ਥੋੜ੍ਹੇ ਜਿਹੇ ਉਚਿਤ ਸਮੇਂ ਲਈ ਵੀ ਆਪਣੀ ਤਵੱਜੋ ਅੱਖਾਂ ਦੇ ਪਿੱਛੇ ਰੱਖ ਸਕੋਗੇ ਤਾਂ ਤੁਸੀਂ ਆਪਣਾ ਅੰਦਰ 10ਵਾਂ ਦਰਵਾਜ਼ਾ ਖੋਲ੍ਹ ਕੇ ਉੱਥੇ ਇੱਕ ਹੋਰ ਸੰਸਾਰ ਨੂੰ ਵੇਖ ਸਕੋਗੇ। ਜੇ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ ਮਨ ਦੀ ਹਲਚਲ ਨੂੰ ਨਿਯੰਤਰਿਤ ਕਰੋ। ਮੈਂ ਚਾਹੁੰਦਾ ਹਾਂ ਕਿ ਹੁਣ ਤੁਸੀਂ ਮੇਰੇ ਨਾਲ ਇਸ ਸਿਧਾਂਤ 'ਤੇ ਆਧਾਰਿਤ ਛੋਟੇ ਜਿਹੇ ਅਭਿਆਸ ਵਿੱਚ ਸ਼ਾਮਲ ਹੋਵੋ, ਜਿਸ ਦੀ ਸ਼ੁਰੂਆਤ ਅੱਖਾਂ ਦੇ ਪਿੱਛੇ ਤੋਂ ਹੁੰਦੀ ਹੈ, ਨਾ ਕਿ ਕਿਸੇ ਹੋਰ ਥਾਂ ਤੋਂ। ਇਸ ਲਈ ਪਹਿਲਾ ਕਦਮ ਇਹ ਹੈ ਕਿ ਤੁਸੀਂ ਆਪਣੀਆਂ ਅੱਖਾਂ ਬੰਦ ਕਰੋ ਅਤੇ ਕਲਪਨਾ ਕਰੋ ਕਿ ਇਹ ਸਰੀਰ ਇੱਕ ਘਰ ਹੈ ਅਤੇ ਤੁਸੀਂ 6ਵੀਂ ਮੰਜ਼ਿਲ 'ਤੇ ਇਸ ਕਮਰੇ ਦੇ ਮੱਧ ਵਿੱਚ ਬੈਠੇ ਹੋ। ਆਪਣੀਆਂ ਅੱਖਾਂ ਬੰਦ ਕਰੋ ਅਤੇ ਸ਼ੁਰੂ ਕਰੋ। ਸਿਰਫ ਸਿਰ ਦੇ ਕੇਂਦਰ ਵਿੱਚ ਰਹੋ ਅਤੇ ਇਸ ਤੋਂ ਇਲਾਵਾ ਕੋਈ ਹੋਰ ਵਿਚਾਰ ਨਾ ਆਵੇ। ਉੱਥੇ ਚਾਰੇ ਪਾਸੇ ਦੇਖੋ। ਕੀ ਉੱਥੇ ਹਨੇਰਾ ਹੈ? ਕੀ ਤੁਸੀਂ ਥੋੜ੍ਹੀ ਜਿਹੀ ਰੋਸ਼ਨੀ ਦੇਖ ਸਕਦੇ ਹੋ? ਕੀ ਤੁਸੀਂ ਕੋਈ ਰੰਗ ਵੇਖ ਸਕਦੇ ਹੋ? ਅੰਦਰ ਕੀ ਹੋ ਰਿਹਾ ਹੈ? ਪਰ ਕਿਸੇ ਦੇ ਵੀ ਪਿੱਛੇ ਨਾ ਜਾਓ। ਰੋਸ਼ਨੀ ਦਾ ਪਿੱਛਾ ਨਾ ਕਰੋ, ਕਿਸੇ ਵੀ ਚੀਜ਼ ਦਾ ਪਿੱਛਾ ਨਾ ਕਰੋ। ਕੇਂਦਰ ਵਿੱਚ ਹੀ ਰਹੋ। ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਬਹੁਤ ਅੱਗੇ ਹੋ ਤਾਂ ਆਪਣੇ ਪੈਰਾਂ ਨਾਲ ਆਪਣੇ ਆਪ ਨੂੰ ਪਿੱਛੇ ਖਿੱਚੋ। ਤੁਹਾਡੇ ਪੈਰ ਉਸ ਠੋਸ ਫਰਸ਼ 'ਤੇ ਹਨ ਜੋ ਤੁਸੀਂ ਅੱਖਾਂ ਦੇ ਪਿੱਛੇ ਬਣਾਏ ਹਨ। ਆਪਣੇ ਆਪ ਨੂੰ ਕੇਂਦਰ ਵਿੱਚ ਰੱਖੋ। ਆਪਣੀਆਂ ਅੱਖਾਂ ਖੋਲ੍ਹੋ, ਵਾਪਸ ਆਓ। ਤੁਸੀਂ ਆਪਣੇ ਚਿਹਰੇ ਨੂੰ ਮਲ ਸਕਦੇ ਹੋ, ਆਪਣੇ ਹੱਥਾਂ ਅਤੇ ਪੈਰਾਂ ਨੂੰ ਮਲ ਸਕਦੇ ਹੋ। ਲੰਬੇ ਸਮੇਂ ਤੱਕ ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਚਿਹਰੇ ਅਤੇ ਬਾਹਾਂ ਨੂੰ ਮਲ ਕੇ ਸਥੂਲ ਪੱਧਰ 'ਤੇ ਜਲਦੀ ਵਾਪਸ ਆਉਣਾ ਤੁਹਾਡੇ ਲਈ ਸੌਖਾ ਹੋ ਜਾਂਦਾ ਹੈ। ਖਾਸ ਕਰ ਜਦੋਂ ਤੁਸੀਂ ਦੂਜੇ ਖੇਤਰਾਂ ਦੀ ਯਾਤਰਾ ਕਰਨਾ ਸ਼ੁਰੂ ਕਰਦੇ ਹੋ ਤਾਂ ਵਾਪਸ ਆਉਣਾ ਆਸਾਨ ਹੋ ਜਾਂਦਾ ਹੈ। ਤੁਹਾਡੇ ਵਿੱਚੋਂ ਕਿੰਨੇ ਕੁ ਆਪਣੇ ਆਪ ਨੂੰ ਸਿਰ ਦੇ ਕੇਂਦਰ ਵਿੱਚ ਸਥਾਪਿਤ ਕਰ ਸਕੇ? ਕਿਰਪਾ ਕਰਕੇ ਆਪਣੇ ਹੱਥ ਖੜ੍ਹੇ ਕਰੋ। ਤੁਹਾਡੇ ਵਿੱਚੋਂ ਕਿੰਨਿਆਂ ਨੂੰ ਮੁਸ਼ਕਲ ਆਈ? ਤੁਹਾਡੇ ਵਿੱਚ ਕਿੰਨਿਆਂ ਨੂੰ ਅਜਿਹੇ ਵਿਚਾਰ ਆ ਰਹੇ ਸਨ ਜਿਸ ਕਾਰਨ ਤੁਸੀਂ ਵਾਰ ਵਾਰ ਸਿਰ ਤੋਂ ਬਾਹਰ ਜਾ ਰਹੇ ਸੀ? ਲਗਭਗ ਹਰ ਕੋਈ। ਹੁਣ ਸਾਨੂੰ ਇਸ ਸਮੱਸਿਆ ਦਾ ਹੱਲ ਲੱਭਣਾ ਪਵੇਗਾ ਅਤੇ ਇੱਕ ਇੱਕ ਕਰਕੇ ਅਸੀਂ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭਾਂਗੇ। ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਇਹ ਸਾਡੇ ਅਭਿਆਸ ਕਰਨ ਵਾਲਾ ਕਮਰਾ ਲੱਗੇ। ਅਸੀਂ ਹੁਣ ਇਸ ਨੂੰ ਸਜਾਉਣ ਜਾ ਰਹੇ ਹਾਂ। ਅਸੀਂ ਕੰਧਾਂ ਨੂੰ ਪੇਂਟ ਕਰਨ ਜਾ ਰਹੇ ਹਾਂ। ਇੱਕ ਨਵਾਂ ਗਲੀਚਾ ਵਿਛਾਵਾਂਗੇ। ਪੁਰਾਣੇ ਫਰਨੀਚਰ ਨੂੰ ਹਟਾ ਕੇ ਨਵਾਂ ਫਰਨੀਚਰ ਰੱਖਾਂਗੇ ਤਾਂ ਜੋ ਤੁਹਾਡਾ ਧਿਆਨ ਉਸ ਖੇਤਰ ਵਿੱਚ ਵਧੇਰੇ ਕੇਂਦਰਿਤ ਹੋ ਜਾਵੇ ਅਤੇ ਵਿਚਾਰ ਅੰਦਰ ਰਹਿਣ, ਨਾ ਕਿ ਬਾਹਰ ਭਟਕਣ। ਚਲੋ ਇਹ ਕੋਸ਼ਿਸ਼ ਕਰੀਏ। ਠੀਕ ਹੈ, ਆਪਣੀਆਂ ਅੱਖਾਂ ਦੁਬਾਰਾ ਬੰਦ ਕਰੋ, ਵਾਪਸ ਜਾਓ, ਉਹ ਕਮਰਾ ਦੇਖੋ ਅਤੇ ਦੇਖੋ ਤੁਸੀਂ ਕਿੰਨੀ ਚੰਗੀ ਤਰ੍ਹਾਂ ਇਸ ਨੂੰ ਸਜਾ ਸਕਦੇ ਹੋ। ਕੀ ਤੁਸੀਂ ਪੇਂਟ ਕਰਨਾ ਚਾਹੁੰਦੇ ਹੋ?
ਕੀ ਤੁਸੀਂ ਕੰਧਾਂ ਦੇ ਦੁਆਲੇ ਪਰਦੇ ਲਗਾਉਣਾ ਚਾਹੁੰਦੇ ਹੋ? ਕੀ ਉੱਥੇ ਖਿੜਕੀਆਂ ਹਨ? ਤੁਸੀਂ ਖਿੜਕੀ ਨੂੰ ਕਿਵੇਂ ਢੱਕਣਾ ਚਾਹੁੰਦੇ ਹੋ? ਬਸ ਆਲੇ ਦੁਆਲੇ ਵੇਖੋ ਅਤੇ ਆਪਣਾ ਸਾਰਾ ਧਿਆਨ ਅੰਦਰ ਲੈ ਜਾਓ। ਗਲੀਚਾ ਬਦਲੋ, ਫਰਸ਼ ਨੂੰ ਸੁਧਾਰੋ, ਕੁਝ ਇੱਧਰ ਕਰੋ, ਕੁਝ ਉੱਧਰ। ਉਹ ਸਭ ਕੁਝ ਜੋ ਤੁਸੀਂ ਕਰਨਾ ਚਾਹੁੰਦੇ ਹੋ, ਇਹ ਸਭ ਕੁਝ ਇਸ ਅਭਿਆਸ ਦੇ ਕਮਰੇ ਦੇ ਅੰਦਰ ਕਰੋ। ਆਪਣੀਆਂ ਅੱਖਾਂ ਖੋਲੋ। ਵਾਪਸ ਆਉਣ 'ਤੇ ਤੁਹਾਡਾ ਸਵਾਗਤ ਹੈ। ਤੁਹਾਡੇ ਵਿੱਚੋਂ ਕਿੰਨਿਆਂ ਨੂੰ ਇਸ ਤਰ੍ਹਾਂ ਕਰਨਾ ਜ਼ਿਆਦਾ ਵਧੀਆ ਲੱਗਿਆ, ਜਿਸ ਰਾਹੀਂ ਤੁਸੀਂ ਮਹਿਸੂਸ ਕਰ ਸਕੋ ਕਿ ਤੁਸੀਂ ਅੰਦਰ ਹੋ? ਬਹੁਤ ਚੰਗਾ, ਬਹੁਤ ਵਧੀਆ। ਤੁਹਾਡੇ ਵਿੱਚੋਂ ਕਿੰਨੇ ਜਾਣਿਆਂ ਨੂੰ ਵਿਚਾਰ ਅਜੇ ਵੀ ਬਾਹਰ ਖਿੱਚ ਰਹੇ ਸਨ? ਠੀਕ ਹੈ, ਚਲੋ ਇਸ ਦਾ ਹੱਲ ਲੱਭਦੇ ਹਾਂ। ਤੁਹਾਡੇ ਵਿੱਚੋਂ ਕਿੰਨਿਆਂ ਕੋਲ ਕੋਈ ਮੰਤਰ ਜਾਂ ਸਿਮਰਨ ਹੈ ਜੋ ਤੁਸੀਂ ਦੁਹਰਾਉਂਦੇ ਜਾਂ ਜਪਦੇ ਹੋ? ਤੁਹਾਡੇ ਵਿੱਚੋਂ ਕਿੰਨੇ ਅਜਿਹੇ ਹਨ ਜੋ ਕਿਸੇ ਜਾਪ ਨੂੰ ਇਸਤੇਮਾਲ ਕਰ ਸਕਦੇ ਹਨ? ਅਗਨੀ ਕਿਰਿਆ ਵਿੱਚ ਕਿਰਪਾ ਕਰਕੇ ਉਸ ਦੀ ਵਰਤੋਂ ਕਰੋ। ਤੁਹਾਡੇ ਵਿੱਚੋਂ ਕਿੰਨਿਆਂ ਕੋਲ ਅਜਿਹਾ ਨਹੀਂ ਹੈ? ਤੁਹਾਡੇ ਕੋਲ ਕੋਈ ਮੰਤਰ, ਕੋਈ ਸ਼ਬਦ ਦੁਹਰਾਉਣ ਲਈ ਨਹੀਂ ਹੈ? ਤੁਸੀਂ ਹੁਣ ਆਪਣਾ ਇੱਕ ਅਜਿਹਾ ਮੰਤਰ ਬਣਾ ਲਓ, ਇੱਕ ਛੋਟਾ ਜਿਹਾ ਵਾਕ ਜੋ ਪਰਮਾਤਮਾ ਜਾਂ ਤੁਹਾਡੇ ਕਿਸੇ ਵੀ ਇਸ਼ਟ ਲਈ ਆਪਣੇ ਪਿਆਰ ਨੂੰ ਦਰਸਾਉਂਦਾ ਹੋਵੇ। ਉਸ ਵਾਕ ਨੂੰ ਹੌਲੀ ਹੌਲੀ ਦੁਹਰਾਉਂਦੇ ਰਹੋ। ਦੂਸਰੇ ਜਾਣੇ ਮੌਜੂਦਾ ਸਿਮਰਨ ਜਾਂ ਅਭਿਆਸ ਦੇ ਸ਼ਬਦਾਂ ਦੀ ਵਰਤੋਂ ਕਰਨਗੇ ਜੋ ਉਹਨਾਂ ਕੋਲ ਪਹਿਲਾਂ ਹੀ ਹਨ। ਠੀਕ ਹੈ, ਆਪਣੀਆਂ ਅੱਖਾਂ ਬੰਦ ਕਰੋ। ਉਸ ਕਮਰੇ ਵਿੱਚ ਵਾਪਸ ਜਾਓ, ਕੇਂਦਰ ਵਿੱਚ ਬੈਠੋ ਅਤੇ ਹੌਲੀ ਹੌਲੀ ਸਾਵਧਾਨੀ ਨਾਲ ਉਹਨਾਂ ਸ਼ਬਦਾਂ ਨੂੰ ਦੁਹਰਾਉਂਦੇ ਰਹੋ ਅਤੇ ਉਹਨਾਂ ਨੂੰ ਬਹੁਤ ਧਿਆਨ ਨਾਲ ਸੁਣਨਾ ਸ਼ੁਰੂ ਕਰੋ। ਸ਼ਬਦ ਦੇ ਹਰੇਕ ਅੰਸ਼ ਨੂੰ ਧਿਆਨ ਨਾਲ ਸੁਣੋ। ਕਿਹੋ ਜਿਹੀ ਆਵਾਜ਼ ਆਉਂਦੀ ਹੈ? ਕੀ ਇਹ ਤੁਹਾਡੀ ਆਪਣੀ ਆਵਾਜ਼ ਹੈ? ਕੀ ਇਹ ਕਿਸੇ ਹੋਰ ਦੀ ਆਵਾਜ਼ ਹੈ? ਕੀ ਕੋਈ ਇੱਕ ਵਿਅਕਤੀ ਬੋਲ ਰਿਹਾ ਹੈ ਜਾਂ ਇੱਕ ਤੋਂ ਵੱਧ ਬੋਲ ਰਹੇ ਹਨ? ਜੇਕਰ ਇੱਕ ਤੋਂ ਵੱਧ ਵਿਅਕਤੀ ਹਨ ਤਾਂ ਉਹਨਾਂ ਸਾਰਿਆਂ ਨੂੰ ਇੱਕੋ ਸਮੇਂ ਬੋਲਣ 'ਤੇ ਲਾਓ। ਉਹਨਾਂ ਸ਼ਬਦਾਂ ਨੂੰ ਹੌਲੀ ਹੌਲੀ ਸਾਵਧਾਨੀ ਨਾਲ ਦੁਹਰਾਓ ਅਤੇ ਸੁਣੋ, ਪਰ ਕੇਂਦਰ ਵਿੱਚ ਹੀ ਰਹੋ। ਮਨ ਨੂੰ ਇਹਨਾਂ ਸ਼ਬਦਾਂ ਨੂੰ ਛੱਡ ਕੇ ਕੁਝ ਵੀ ਹੋਰ ਸੋਚਣ ਦੀ ਆਗਿਆ ਨਾ ਦਿਓ ਅਤੇ ਉਹਨਾਂ ਨੂੰ ਦੁਹਰਾਉਂਦੇ ਰਹੋ। ਆਪਣੀਆਂ ਅੱਖਾਂ ਖੋਲੋ। ਵਾਪਸੀ 'ਤੇ ਤੁਹਾਡਾ ਸਵਾਗਤ ਹੈ। ਤੁਹਾਡੇ ਵਿੱਚੋਂ ਕਿੰਨਿਆਂ ਨੂੰ ਇਹ ਲੱਗਿਆ ਕਿ ਸ਼ਬਦ ਦੁਹਰਾਉਂਦੇ ਹੋਏ ਕੇਂਦਰ ਵਿੱਚ ਰਹਿਣਾ ਆਸਾਨ ਸੀ? ਬਹੁਤ ਵਧੀਆ, ਇਹ ਬਿਹਤਰ ਹੈ। ਜਦੋਂ ਤੁਸੀਂ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਤੁਹਾਡੇ ਵਿੱਚੋਂ ਕਿੰਨਿਆਂ ਨੂੰ ਕੁਝ ਰੰਗ ਜਾਂ ਕੁਝ ਤਸਵੀਰਾਂ ਦਿਸ ਰਹੀਆਂ ਸਨ? ਕਿੰਨਿਆਂ ਦੇ ਸਾਹਮਣੇ ਕੁਝ ਚਿਹਰੇ ਆ ਰਹੇ ਸਨ? ਬਹੁਤ ਵਧੀਆ, ਸਾਨੂੰ ਉਸ ਦਾ ਹੱਲ ਵੀ ਲੱਭਣਾ ਪਵੇਗਾ। ਜੇ ਤੁਹਾਡੇ ਕੋਲ ਇੱਕ ਮੁਰਸ਼ਿਦ ਹੈ, ਸਤਿਗੁਰੂ ਹੈ, ਤਾਂ ਜਦੋਂ ਤੁਸੀਂ ਸ਼ਬਦਾਂ ਨੂੰ ਦੁਹਰਾ ਰਹੇ ਹੋਵੋਗੇ, ਇਸ ਸਮੇਂ ਮੁਰਸ਼ਿਦ ਦੇ ਚਿਹਰੇ ਨੂੰ ਵੇਖੋ ਤਾਂ ਜੋ ਨਜ਼ਰ ਕਿਸੇ ਵੀ ਹੋਰ ਚੀਜ਼ 'ਤੇ ਨਾ ਭਟਕੇ। ਜੇ ਨਜ਼ਰ ਭਟਕੇਗੀ ਤਾਂ ਇਹ ਤੁਹਾਡੇ ਆਪਣੇ ਮੁਰਸ਼ਿਦ ਦੇ ਚਿਹਰੇ 'ਤੇ ਹੋਵੇਗੀ ਅਤੇ ਇਹ ਮਨ ਨੂੰ ਅੰਦਰ ਦਿਸਣ ਵਾਲੀਆਂ ਚੀਜ਼ਾਂ ਦੀ ਭਟਕਣਾ ਤੋਂ ਰੋਕੇਗੀ। ਤੁਸੀਂ ਮਨ ਨੂੰ ਕੇਂਦਰ ਵਿੱਚ ਰੱਖਣ ਲਈ ਫੰਦਾ ਬਣਾ ਰਹੇ ਹੋ ਤਾਂ ਕਿ ਉਹ ਵਿਚਾਰਾਂ ਰਾਹੀਂ ਬਾਹਰ ਨਾ ਜਾ ਸਕੇ। ਵਿਚਾਰਾਂ ਨੂੰ ਕਾਬੂ ਕਰਨ ਲਈ ਵਿਚਾਰਾਂ ਦੇ ਸ਼ਬਦਾਂ ਨੂੰ ਸਿਮਰਨ ਦੇ ਸ਼ਬਦਾਂ ਦੁਆਰਾ ਦੁਹਰਾਓ ਅਤੇ ਆਪਣੇ ਮੁਰਸ਼ਦ ਦੀ ਤਸਵੀਰ ਦੁਆਰਾ ਕਿਸੇ ਵੀ ਹੋਰ ਤਸਵੀਰ ਨੂੰ ਨਾ ਆਉਣ ਦਿਓ ਅਤੇ ਦੇਖੋ ਕੀ ਵਾਪਰਦਾ ਹੈ। ਜੇ ਕੋਈ ਪ੍ਰਕਾਸ਼ ਆਉਂਦਾ ਹੈ ਜਾਂ ਕੋਈ ਚਮਕਦਾਰ ਚੀਜ਼ਾਂ ਦਿਸਦੀਆਂ ਹਨ ਤਾਂ ਉਹਨਾਂ ਨੂੰ ਦੂਰੋਂ ਹੀ ਦੇਖੋ, ਉਹਨਾਂ ਵੱਲ ਨਾ ਵਧੋ, ਕਿਉਂਕਿ ਜਦੋਂ ਤੁਸੀਂ ਇਹਨਾਂ ਵੱਲ ਵਧੋਗੇ ਤਾਂ ਤੁਸੀਂ ਕੇਂਦਰ ਨੂੰ ਗੁਆ ਦੇਵੋਗੇ ਅਤੇ ਇਹ ਰੁਕ ਜਾਵੇਗਾ। ਇਹ ਚੀਜ਼ਾਂ ਇਸ ਕਰਕੇ ਨਹੀਂ ਆ ਰਹੀਆਂ ਕਿਉਂਕਿ ਤੁਸੀਂ ਉਹਨਾਂ ਵੱਲ ਜਾ ਰਹੇ ਹੋ, ਇਹ ਇਸ ਕਰਕੇ ਆ ਰਹੀਆਂ ਹਨ ਕਿਉਂਕਿ ਤੁਸੀਂ ਟਿਕੇ ਅਤੇ ਅਚਲ ਹੋ। ਆਪਣੇ ਸਿਰ ਦੇ ਕੇਂਦਰ ਵਿੱਚ ਤੁਸੀਂ ਜਿੰਨਾ ਜ਼ਿਆਦਾ ਅਚਲ ਰਹੋਗੇ ਉਨੇ ਹੀ ਅਨੁਭਵ ਆਉਣੇ ਸ਼ੁਰੂ ਹੋ ਜਾਣਗੇ। ਤਾਂ ਆਓ ਹੁਣ ਕੋਸ਼ਿਸ਼ ਸ਼ੁਰੂ ਕਰੀਏ। ਜੇ ਤੁਸੀਂ ਧਿਆਨ ਦੀ ਵਰਤੋਂ ਕਰ ਸਕਦੇ ਹੋ, ਜਿਸ ਨੂੰ ਚਿੰਤਨ ਕਿਹਾ ਜਾਂਦਾ ਹੈ, ਸਿਮਰਨ ਕਰਦੇ ਹੋਏ ਆਪਣੇ ਗੁਰੂ ਦਾ ਧਿਆਨ, ਤੁਸੀਂ ਉਸਦਾ ਚਿਹਰਾ ਵੇਖ ਸਕਦੇ ਹੋ। ਮੈਂ ਕਿਉਂ ਕਹਿੰਦਾ ਹਾਂ ਕਿ ਸਿਮਰਨ ਕਰਦੇ ਸਮੇਂ ਚਿਹਰਾ ਦੇਖੋ? ਕਿਉਂਕਿ ਮਨ ਕਾਲਪਨਿਕ ਢੰਗ ਨਾਲ ਬਹੁਤ ਸਾਰੇ ਚਿਹਰੇ ਬਣਾ ਸਕਦਾ ਹੈ।
ਜੇ ਤੁਸੀਂ ਉਹ ਸਿਮਰਨ ਕਰ ਰਹੇ ਹੋ ਜੋ ਤੁਹਾਨੂੰ ਇੱਕ ਕਾਮਲ ਮੁਰਸ਼ਦ ਨੇ ਦਿੱਤਾ ਹੈ, ਤਾਂ ਕੋਈ ਕਾਲਪਨਿਕ ਆਕਾਰ ਤੁਹਾਡੇ ਸਾਹਮਣੇ ਨਹੀਂ ਆ ਸਕਦਾ। ਇਹਨਾਂ ਸ਼ਬਦਾਂ ਨੂੰ ਦੁਹਰਾਉਂਦੇ ਹੋਏ ਮਨ ਮੁਰਸ਼ਦ ਦੀਆਂ ਅੱਖਾਂ ਜਾਂ ਮੱਥਾ ਨਹੀਂ ਬਣਾ ਸਕਦਾ। ਇਹ ਇੱਕ ਚੰਗੀ ਸੁਰੱਖਿਆ ਹੈ। ਇਹ ਕਾਲਪਨਿਕ ਚਿਹਰਿਆਂ ਤੋਂ ਬਚਾਅ ਦਾ ਢੰਗ ਹੈ ਅਤੇ ਤੁਸੀਂ ਆਪਣੇ ਗੁਰੂ, ਆਪਣੇ ਅਸਲ ਗੁਰੂ ਦਾ ਧਿਆਨ ਕਰਨਾ ਚਾਹੁੰਦੇ ਹੋ। ਇਸ ਲਈ ਤੁਹਾਨੂੰ ਆਪਣੇ ਸਤਿਗੁਰੂ ਦੇ ਚਿਹਰੇ ਨੂੰ ਸਾਹਮਣੇ ਰੱਖ ਕੇ ਨਾਲ ਨਾਲ ਉਹਨਾਂ ਸ਼ਬਦਾਂ ਨੂੰ ਦੁਹਰਾਉਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਕਰਦੇ ਹੋਏ ਆਪਣੇ ਆਪ ਨੂੰ ਕੇਂਦਰ ਵਿੱਚ ਸਹੀ ਸਥਾਨ 'ਤੇ ਰੱਖਣਾ ਚਾਹੀਦਾ ਹੈ। ਕਿਸੇ ਵੀ ਚੀਜ਼ ਦੇ ਲਾਲਚ ਵਿੱਚ ਤੁਹਾਨੂੰ ਅੱਗੇ ਨਹੀਂ ਵਧਣਾ ਚਾਹੀਦਾ। ਜੇ ਕੋਈ ਚਿਹਰੇ ਆਉਂਦੇ ਹਨ ਤਾਂ ਉਹਨਾਂ ਨੂੰ ਆਉਣ ਅਤੇ ਜਾਣ ਦਿਓ। ਕੁਝ ਚਿਹਰੇ ਬਹੁਤ ਅਜੀਬ ਹੋ ਸਕਦੇ ਹਨ। ਹੋ ਸਕਦਾ ਹੈ ਕਿ ਤੁਸੀਂ ਉਹਨਾਂ ਨੂੰ ਕਦੇ ਨਾ ਵੇਖਿਆ ਹੋਵੇ, ਪਰ ਤੁਸੀਂ ਉਹਨਾਂ ਨੂੰ ਵੇਖਿਆ ਹੈ। ਕੁਝ ਪਿਛਲੇ ਜਨਮਾਂ ਤੋਂ ਆਉਂਦੇ ਹਨ। ਧਿਆਨ ਦੇ ਦੌਰਾਨ ਬਹੁਤ ਸਾਰੇ ਅਨੁਭਵ ਪਿਛਲੇ ਜਨਮ ਤੋਂ ਆਉਂਦੇ ਹਨ। ਇਸ ਲਈ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਇਹ ਇੱਕ ਆਮ ਗੱਲ ਹੈ। ਉਹਨਾਂ ਨੂੰ ਜਾਣ ਦਿਓ। ਕੁਝ ਭੱਦੇ ਹੋਣਗੇ, ਕੁਝ ਅਜੀਬ ਹੋਣਗੇ, ਪਰ ਇਹ ਇੱਕ ਆਮ ਗੱਲ ਹੈ। ਜੇ ਉਹ ਆਉਂਦੇ ਹਨ ਤਾਂ ਉਹ ਆਪਣੇ ਆਪ ਇੱਕ ਪਾਸੇ ਤੋਂ ਦੂਜੇ ਪਾਸੇ ਚਲੇ ਜਾਣਗੇ। ਤੁਸੀਂ ਕੇਂਦਰ ਵਿੱਚ ਹੀ ਰਹੋ। ਕਾਮਲ ਮੁਰਸ਼ਦ ਦਾ ਚਿਹਰਾ ਦੇਖਣ ਦੀ ਕੋਸ਼ਿਸ਼ ਕਰਦੇ ਹੋਏ ਸ਼ਬਦਾਂ ਨੂੰ ਦੁਹਰਾਉਂਦੇ ਰਹੋ। ਚਲੋ ਕੋਸ਼ਿਸ਼ ਕਰਦੇ ਹਾਂ। ਆਪਣੀਆਂ ਅੱਖਾਂ ਬੰਦ ਕਰੋ ਅਤੇ ਨਾਲ ਨਾਲ ਧਿਆਨ ਅਤੇ ਸਿਮਰਨ ਕਰੋ। ਆਪਣੀਆਂ ਅੱਖਾਂ ਖੋਲ੍ਹੋ। ਵਾਪਸੀ 'ਤੇ ਸਵਾਗਤ ਹੈ। ਤੁਹਾਡੇ ਵਿੱਚੋਂ ਕਿੰਨੇ ਇਹ ਕਰ ਪਾਏ? ਕਿੰਨੇ ਆਪਣੇ ਗੁਰੂ ਦਾ, ਆਪਣੇ ਇਸ਼ਟ ਦਾ, ਆਪਣੇ ਪਿਆਰੇ ਦਾ ਚਿਹਰਾ ਸਿਮਰਨ ਕਰਦੇ ਸਮੇਂ ਦੇਖ ਸਕੇ? ਤੁਹਾਡੇ ਵਿੱਚੋਂ ਕਿੰਨਿਆਂ ਨੂੰ ਇਹ ਦੋਵੇਂ ਕਿਰਿਆਵਾਂ ਇਕੱਠੇ ਕਰਨ ਵਿੱਚ ਮੁਸ਼ਕਲ ਆਈ? ਇਸ ਨੂੰ ਕਰਨ ਲਈ ਪ੍ਰੈਕਟਿਸ ਦੀ ਲੋੜ ਹੈ। ਇੱਕੋ ਸਮੇਂ ਵੇਖਣ ਅਤੇ ਸਿਮਰਨ ਕਰਨ ਲਈ ਕੁਝ ਪ੍ਰੈਕਟਿਸ ਦੀ ਲੋੜ ਹੈ। ਇੱਕੋ ਸਮੇਂ ਦੇਖਣ, ਸਿਮਰਨ ਕਰਨ ਅਤੇ ਪ੍ਰਸ਼ਨ ਪੁੱਛਣ ਦੇ ਯੋਗ ਹੋਣ ਲਈ ਵੀ ਪ੍ਰੈਕਟਿਸ ਦੀ ਲੋੜ ਹੈ। ਮਨ ਦੀ ਇੱਕ ਸਭ ਤੋਂ ਥੱਲੇ ਦੀ ਆਵਾਜ਼ ਹੋਵੇਗੀ ਜਿਸ ਨਾਲ ਸਿਮਰਨ ਹੋਵੇਗਾ, ਅਤੇ ਉਸ ਤੋਂ ਉੱਤੇ ਮਨ ਦੀ ਦੂਸਰੀ ਆਵਾਜ਼ ਦੁਆਰਾ ਤੁਸੀਂ ਕਾਮਲ ਮੁਰਸ਼ਦ ਨਾਲ ਗੱਲ ਕਰ ਸਕੋਗੇ। ਇਸ ਲਈ ਕੁਝ ਅਭਿਆਸ ਦੀ ਜ਼ਰੂਰਤ ਹੋਵੇਗੀ। ਜੇਕਰ ਤੁਸੀਂ ਇਸ ਤਰ੍ਹਾਂ ਕਰ ਚੁੱਕੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਪਹਿਲਾਂ ਤੁਸੀਂ ਆਪਣੇ ਸਤਿਗੁਰੂ, ਜਿਸ ਦੀ ਤਸਵੀਰ ਤੁਸੀਂ ਵੇਖਦੇ ਹੋ, ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰਦੇ ਹੋ, ਅਤੇ ਫਿਰ ਇਹ ਪਤਾ ਲਗਾਉਣ ਲਈ ਕਿ ਉਹ ਅਸਲ ਸਤਿਗੁਰੂ ਹੈ, ਤੁਸੀਂ ਸਿਮਰਨ ਕਰਨਾ ਸ਼ੁਰੂ ਕਰੋਗੇ। ਸਿਮਰਨ ਕਰਦੇ ਹੋਏ ਤੁਸੀਂ ਉਸ ਸਤਿਗੁਰੂ ਨਾਲ ਗੱਲ ਕਰਨਾ ਸ਼ੁਰੂ ਕਰ ਸਕਦੇ ਹੋ। ਜੇ ਤੁਸੀਂ ਨਿਯਮਤ ਤੌਰ 'ਤੇ ਤੁਰਦੇ ਸਮੇਂ, ਕੰਮ ਕਰਦੇ ਸਮੇਂ, ਪਕਾਉਂਦੇ ਸਮੇਂ, ਜਦੋਂ ਤੁਸੀਂ ਹੋਰ ਕੁਝ ਵੀ ਕਰਦੇ ਹੋਏ ਇਹਨਾਂ ਸ਼ਬਦਾਂ ਨੂੰ ਦੁਹਰਾਉਂਦੇ ਹੋ ਜਾਂ ਸਿਮਰਨ ਕਰਦੇ ਹੋ, ਤਾਂ ਇਹ ਅਭਿਆਸ ਕਰਨਾ ਆਸਾਨ ਹੋ ਜਾਂਦਾ ਹੈ। ਆਪਣੇ ਮਨ ਨੂੰ ਸਿਮਰਨ ਕਰਨ ਦੀ ਆਦਤ ਪਾਓ। ਜਦੋਂ ਤੁਸੀਂ ਆਪਣੇ ਮਨ ਨੂੰ ਇਸ ਤਰ੍ਹਾਂ ਦੀ ਆਦਤ ਪਾ ਦਿਓਗੇ, ਤਾਂ ਅਭਿਆਸ 'ਤੇ ਬੈਠਦੇ ਸਾਰ ਹੀ ਮਨ ਆਪਣੇ ਆਪ ਹੀ ਇਹਨਾਂ ਸ਼ਬਦਾਂ ਨੂੰ ਦੁਹਰਾਉਣਾ ਸ਼ੁਰੂ ਕਰ ਦੇਵੇਗਾ। ਇਸ ਦੀ ਆਦਤ ਕਰਕੇ ਜਦੋਂ ਤੁਸੀਂ ਸੋ ਜਾਂਦੇ ਹੋ ਤਾਂ ਵੀ ਮਨ ਆਪਣੇ ਆਪ ਹੀ ਸ਼ਬਦਾਂ ਨੂੰ ਦੁਹਰਾਉਣਾ ਸ਼ੁਰੂ ਕਰ ਦਿੰਦਾ ਹੈ। ਮਨ ਆਦਤਾਂ ਨੂੰ ਪਸੰਦ ਕਰਦਾ ਹੈ। ਜੇ ਮਨ ਇਹਨਾਂ ਸ਼ਬਦਾਂ ਨੂੰ ਦੁਹਰਾਉਣ ਦੀ ਆਦਤ ਪਾ ਲੈਂਦਾ ਹੈ, ਤਾਂ ਸਿਮਰਨ ਕਰਦੇ ਹੋਏ ਉਸੇ ਸਮੇਂ ਤੁਸੀਂ ਆਪਣੇ ਸਤਿਗੁਰੂ ਨਾਲ ਵੀ ਗੱਲ ਕਰ ਸਕਦੇ ਹੋ। ਜੇਕਰ ਕਾਮਲ ਮੁਰਸ਼ਦ ਦਾ ਚਿਹਰਾ, ਅੱਖਾਂ ਅਤੇ ਮੱਥਾ ਸਥਿਰ ਰਹੇ, ਤਾਂ ਇਸ ਦਾ ਮਤਲਬ ਹੈ ਕਿ ਉਹ ਉੱਥੇ ਹੈ। ਤੁਸੀਂ ਪ੍ਰਸ਼ਨ ਪੁੱਛ ਸਕਦੇ ਹੋ, ਤੁਸੀਂ ਗੱਲਬਾਤ ਕਰ ਸਕਦੇ ਹੋ, ਤੁਸੀਂ ਉਸ ਦੀ ਸੰਗਤ ਦਾ ਆਨੰਦ ਲੈ ਸਕਦੇ ਹੋ, ਤੁਸੀਂ ਉਸ ਨਾਲ ਉੱਡ ਸਕਦੇ ਹੋ। ਤੁਹਾਡੇ ਵਿੱਚੋਂ ਕਿੰਨੇ ਉੱਡਣਾ ਚਾਹੁੰਦੇ ਹਨ? ਚਲੋ ਅਸੀਂ ਸੂਖਮ ਆਕਾਸ਼ ਵਿੱਚ ਉੱਡਣ ਦੀ ਕੋਸ਼ਿਸ਼ ਕਰਾਂਗੇ। ਅੱਛਾ, ਜਦੋਂ ਤੁਸੀਂ ਕਮਰੇ ਵਿੱਚ ਸੀ ਤਾਂ ਤੁਹਾਡੇ ਵਿੱਚੋਂ ਕਿੰਨਿਆਂ ਨੇ ਮਹਿਸੂਸ ਕੀਤਾ ਕਿ ਕਮਰਾ ਬਹੁਤ ਵੱਡਾ ਸੀ, ਫੈਲਿਆ ਹੋਇਆ ਸੀ, ਬਹੁਤ ਵੱਡੀ ਜਗ੍ਹਾ ਸੀ? ਤੁਹਾਡੇ ਵਿੱਚੋਂ ਕਿੰਨਿਆਂ ਨੇ ਮਹਿਸੂਸ ਕੀਤਾ ਕਿ ਉਸ ਵਿੱਚ ਕੰਧਾਂ ਅਤੇ ਖਿੜਕੀਆਂ ਸਨ? ਬਹੁਤ ਵਧੀਆ। ਹੁਣ ਇਸ ਵਾਰ ਮੈਂ ਤੁਹਾਨੂੰ ਸੁਝਾਅ ਦੇਵਾਂਗਾ ਕਿ ਤੁਸੀਂ ਇੱਕ ਖਿੜਕੀ ਦੀ ਭਾਲ ਕਰੋ। ਜਦੋਂ ਵੀ ਅਸੀਂ ਆਪਣੇ ਸਿਰ ਵਿੱਚ ਇੱਕ ਕਮਰਾ ਬਣਾਉਂਦੇ ਹਾਂ
ਅਤੇ ਉੱਥੇ ਬੈਠਦੇ ਹਾਂ ਤਾਂ ਕਿਤੋਂ ਨਾ ਕਿਤੋਂ ਰੋਸ਼ਨੀ ਅੰਦਰ ਆਉਂਦੀ ਹੈ। ਰੋਸ਼ਨੀ ਕਿੱਥੋਂ ਆਉਂਦੀ ਹੈ? ਇਹ ਇੱਕ ਪਾਸੇ ਤੋਂ ਆ ਸਕਦੀ ਹੈ, ਇਹ ਸਾਹਮਣੇ ਤੋਂ ਆ ਸਕਦੀ ਹੈ, ਜਾਂ ਇਹ ਪਿਛਲੇ ਪਾਸੇ ਤੋਂ ਆ ਸਕਦੀ ਹੈ। ਤੁਸੀਂ ਘੁੰਮ ਸਕਦੇ ਹੋ ਇਸ ਭੌਤਿਕ ਸਿਰ ਨਾਲ ਨਹੀਂ ਬਲਕਿ ਅੰਦਰੂਨੀ ਸਿਰ ਨਾਲ, ਅਤੇ ਇਸ ਨਤੀਜੇ 'ਤੇ ਪਹੁੰਚ ਸਕਦੇ ਹੋ ਕਿ ਰੋਸ਼ਨੀ ਕਿੱਥੋਂ ਆ ਰਹੀ ਹੈ। ਮੈਂ ਤੁਹਾਨੂੰ ਖਿੜਕੀ ਵੱਲ ਦੇਖਣ ਲਈ ਤਾਕੀਦ ਕਰਾਂਗਾ। ਤੁਸੀਂ ਪਾਓਗੇ ਕਿ ਜੋ ਤੁਹਾਡਾ ਸਵੈ ਕਮਰੇ ਵਿੱਚ ਉੱਪਰਲੀ ਮੰਜ਼ਿਲ 'ਤੇ ਬੈਠਾ ਹੈ ਉਸ ਦਾ ਕੋਈ ਭਾਰ ਨਹੀਂ। ਤੁਸੀਂ ਦੇਖੋਗੇ ਕਿ ਤੁਹਾਡਾ ਉਹ ਰੂਪ ਜੋ ਇਸ ਰੂਪ ਦੇ ਸਮਾਨ ਹੈ, ਜੋ ਇੱਕ ਕਾਲਪਨਿਕ ਰੂਪ ਹੈ ਪਰ ਇਸ ਰੂਪ ਨਾਲ ਮਿਲਦਾ ਜੁਲਦਾ ਹੈ, ਜਿਸ ਦਾ ਕੋਈ ਭਾਰ ਨਹੀਂ, ਉਹ ਖਿੜਕੀ ਤੋਂ ਬਾਹਰ ਜਾ ਕੇ ਬਿਨਾਂ ਡਿੱਗੇ ਉੱਡ ਸਕਦਾ ਹੈ। ਚਲੋ ਕੋਸ਼ਿਸ਼ ਕਰਦੇ ਹਾਂ, ਆਪਣੀਆਂ ਅੱਖਾਂ ਬੰਦ ਕਰੋ। ਚਲੋ ਸੂਖਮ ਅਸਮਾਨ ਵਿੱਚ ਉੱਡਦੇ ਹਾਂ, ਆਪਣੀਆਂ ਅੱਖਾਂ ਬੰਦ ਕਰੋ, ਆਪਣੀਆਂ ਅੱਖਾਂ ਖੋਲ੍ਹੋ। ਤੁਹਾਡਾ ਵਾਪਸੀ 'ਤੇ ਸਵਾਗਤ ਹੈ। ਤੁਹਾਡੇ ਵਿੱਚੋਂ ਕਿੰਨੇ ਜਾਣੇ ਉੱਡ ਸਕੇ? ਮੈਨੂੰ ਬਹੁਤ ਖੁਸ਼ੀ ਹੋਈ, ਇਹ ਚੰਗੀ ਗਿਣਤੀ ਹੈ। ਬਾਕੀ ਜਾਣੇ ਕੁਝ ਹੋਰ ਅਭਿਆਸ ਨਾਲ ਇਸ ਤਰ੍ਹਾਂ ਕਰ ਪਾਉਣਗੇ, ਕਿਉਂਕਿ ਇਹ ਕੁਦਰਤੀ ਅਸਮਾਨ ਹੈ, ਇਹ ਬਾਹਰੀ ਅਸਮਾਨ ਨਹੀਂ ਹੈ, ਬਲਕਿ ਇਹ ਇੱਕ ਅੰਦਰੂਨੀ ਅਸਮਾਨ ਹੈ। ਤੁਹਾਨੂੰ ਹੁਣੇ ਹੀ ਉਸ ਅੰਦਰੂਨੀ ਅਸਮਾਨ ਦੀ ਇੱਕ ਝਲਕ ਮਿਲੀ ਹੈ, ਅਤੇ ਇਹ ਸੁਭਾਵਿਕ ਹੋਵੇਗਾ ਕਿ ਤੁਸੀਂ ਜਦੋਂ ਵੀ ਭਵਿੱਖ ਵਿੱਚ ਚਾਹੋ ਤਾਂ ਉਸ ਅਸਮਾਨ ਵਿੱਚ ਉੱਡ ਸਕੋਗੇ। ਬਸ ਥੋੜ੍ਹੇ ਜਿਹੇ ਹੋਰ ਅਭਿਆਸ ਦੀ ਜ਼ਰੂਰਤ ਹੈ। ਹੁਣ ਇੱਥੇ ਜੋ ਕਰ ਰਹੇ ਹਾਂ ਉਸ ਨਾਲ ਅਸੀਂ ਕੇਵਲ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਅੰਦਰ ਕਲਪਨਾ ਤੋਂ ਜ਼ਿਆਦਾ ਕੁਝ ਹੋਰ ਵੀ ਹੈ। ਜਦੋਂ ਅਸੀਂ ਆਪਣੀਆਂ ਅੱਖਾਂ ਬੰਦ ਕਰਦੇ ਹਾਂ ਤਾਂ ਉੱਥੇ ਕੇਵਲ ਹਨੇਰਾ ਹੀ ਨਹੀਂ ਹੁੰਦਾ, ਉੱਥੇ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਹਨ। ਪਰ ਇਹ ਚੰਗਾ ਅਭਿਆਸ ਨਹੀਂ ਹੈ। ਅਸੀਂ ਜੋ ਕਰਦੇ ਆ ਰਹੇ ਹਾਂ ਉਹ ਮਾੜੀ ਕੁਆਲਿਟੀ ਵਾਲਾ ਅਭਿਆਸ ਹੈ। ਕੁਝ ਬਹੁਤ ਹੀ ਅਹਿਮ ਹੈ ਜੋ ਗੈਬ ਸੀ, ਜਿਸ ਤੋਂ ਬਿਨਾਂ ਅਭਿਆਸ ਨੂੰ ਚੰਗਾ ਅਭਿਆਸ ਨਹੀਂ ਕਿਹਾ ਜਾ ਸਕਦਾ। ਜੋ ਗਾਇਬ ਹੈ ਉਹ ਹੈ ਕਿ ਅਸੀਂ ਇਸ ਵਿੱਚ ਪਿਆਰ ਅਤੇ ਭਗਤੀ ਨਹੀਂ ਪਾਈ, ਅਸੀਂ ਇਸ ਨੂੰ ਮਸ਼ੀਨੀ ਢੰਗ ਨਾਲ ਕਰ ਰਹੇ ਹਾਂ। ਅਸੀਂ ਇਸ ਨੂੰ ਇੱਕ ਮਸ਼ੀਨ ਵਾਂਗ ਕਰ ਰਹੇ ਹਾਂ, ਜਿਵੇਂ ਸਰੀਰ ਕੋਈ ਮਸ਼ੀਨ ਹੋਵੇ। ਇਸ ਤਰ੍ਹਾਂ ਦਾ ਅਭਿਆਸ ਸਾਨੂੰ ਜ਼ਿਆਦਾ ਦੂਰ ਨਹੀਂ ਲਿਜਾ ਸਕਦਾ। ਜੇ ਤੁਸੀਂ ਅਸਲੀ ਰੂਹਾਨੀ ਤਰੱਕੀ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਪਿਆਰ ਅਤੇ ਗੁਰਭਗਤੀ ਨੂੰ ਸ਼ਾਮਲ ਕਰਨਾ ਪਾਓ, ਜਿਸ ਦਾ ਅਰਥ ਹੈ ਕਿ ਤੁਹਾਨੂੰ ਆਪਣੇ ਗੁਰੂ ਦੇ ਪਿਆਰ ਅਤੇ ਗੁਰੂ ਪ੍ਰਤੀ ਆਪਣੀ ਭਗਤੀ ਦਾ ਅਨੁਭਵ ਕਰਨਾ ਪਾਓ। ਇਸ ਲਈ ਅਸੀਂ ਦੋ ਸ਼ਬਦ ਵਰਤਦੇ ਹਾਂ, ਪ੍ਰੇਮ ਅਤੇ ਭਗਤੀ ਦੋ ਸ਼ਬਦ ਹਨ। ਅਸੀਂ ਇੱਕ ਸ਼ਬਦ ਨਹੀਂ ਬਲਕਿ ਦੋ ਸ਼ਬਦ ਕਿਉਂ ਵਰਤਦੇ ਹਾਂ? ਕਿਉਂਕਿ ਅਸੀਂ ਪਿਆਰ ਨੂੰ ਨਹੀਂ ਸਮਝ ਸਕਦੇ, ਅਸੀਂ ਆਪਣੇ ਲਗਾਵ ਨੂੰ ਹੀ ਪਿਆਰ ਕਹਿੰਦੇ ਹਾਂ। ਲਗਾਵ ਵੇਲੇ ਅਸੀਂ ਹਮੇਸ਼ਾ ਦੋ ਲੋਕਾਂ ਪ੍ਰਤੀ ਸੁਚੇਤ ਹੁੰਦੇ ਹਾਂ, ਮੈਂ ਤੁਹਾਨੂੰ ਪਿਆਰ ਕਰ ਰਿਹਾ ਹਾਂ ਦਾ ਮਤਲਬ ਹੈ ਮੈਂ ਆਪਣੇ ਆਪ ਨੂੰ ਤੇਰੇ ਨਾਲੋਂ ਬਿਹਤਰ ਜਾਣਦਾ ਹਾਂ, ਇਸ ਲਈ ਅਸੀਂ ਕਹਿੰਦੇ ਹਾਂ ਮੈਂ ਤੈਨੂੰ ਪਿਆਰ ਕਰਦਾ ਹਾਂ। ਅਸਲ ਪਿਆਰ ਵਿੱਚ ਮੈਂ ਭੁੱਲ ਜਾਂਦੀ ਹੈ। ਇੱਕ ਕਾਮਲ ਮੁਰਸ਼ਿਦ ਦਾ ਪਿਆਰ ਅਜਿਹਾ ਹੁੰਦਾ ਹੈ ਕਿ ਉਹ ਸਾਨੂੰ ਆਪਣੀ ਚੇਤਨਾ ਵਿੱਚ ਆਪਣੇ ਤੋਂ ਅੱਗੇ ਰੱਖਦਾ ਹੈ। ਇਹ ਇੰਨਾ ਸ਼ਕਤੀਸ਼ਾਲੀ ਹੁੰਦਾ ਹੈ ਕਿ ਉਹ ਸਾਡੇ ਉੱਤੇ ਪ੍ਰਭਾਵ ਪਾਉਂਦਾ ਹੈ, ਸਾਨੂੰ ਕੁਝ ਹੋ ਜਾਂਦਾ ਹੈ। ਇੱਕ ਕਾਬਲ ਮੁਰਸ਼ਿਦ ਦੀ ਮੌਜੂਦਗੀ ਵਿੱਚ ਇਸੇ ਕਰਕੇ ਅਸੀਂ ਕੁਝ ਮਹਿਸੂਸ ਕਰਦੇ ਹਾਂ, ਇਸ ਲਈ ਅਸੀਂ ਭਗਤ ਬਣ ਜਾਂਦੇ ਹਾਂ, ਸਮਰਪਿਤ ਹੋ ਜਾਂਦੇ ਹਾਂ। ਸਾਡਾ ਪ੍ਰਗਟਾਵਾ, ਅਸੀਂ ਜੋ ਵੀ ਕਹਿੰਦੇ ਹਾਂ, ਭਾਵੇਂ ਅਸੀਂ ਧੰਨਵਾਦ ਕਰਦੇ ਹਾਂ, ਤਾਂ ਉਹ ਸਾਡੀ ਗੁਰਭਗਤੀ ਦਰਸਾਉਂਦੀ ਹੈ। ਅਸੀਂ ਉਸ ਦੇ ਪੈਰਾਂ ਨੂੰ ਛੂਹ ਸਕਦੇ ਹਾਂ, ਉਹ ਸਾਨੂੰ ਗੁਲਵਕੜੀ ਪਾ ਸਕਦਾ ਹੈ, ਉਹ ਸ਼ਬਦਾਂ ਵਿੱਚ ਪ੍ਰਗਟਾਵਾ ਕਰ ਸਕਦਾ ਹੈ, ਉਹ ਮੁਸਕਰਾ ਕੇ ਪ੍ਰਗਟ ਕਰ ਸਕਦਾ ਹੈ, ਅਤੇ ਅਸੀਂ ਬਹੁਤ ਵਧੀਆ ਮਹਿਸੂਸ ਕਰਦੇ ਹਾਂ। ਇਹ ਇੱਕ ਕਾਮਲ ਮੁਰਸ਼ਦ ਅਤੇ ਉਸ ਦੇ ਪੈਰੋਕਾਰ ਦੇ ਵਿਚਕਾਰ ਪਿਆਰ ਅਤੇ ਗੁਰਭਗਤੀ ਦਾ ਸੰਬੰਧ ਹੁੰਦਾ ਹੈ। ਜੇ ਇਹ ਸੰਬੰਧ ਨਾ ਹੋਵੇ ਤਾਂ ਅਭਿਆਸ ਇੱਕ ਬਹੁਤ ਹੀ ਖੋਖਲੀ ਚੀਜ਼ ਹੁੰਦੀ ਹੈ। ਇਸ ਲਈ ਇੱਕ ਅਭਿਆਸ ਨੂੰ ਚੰਗਾ ਅਭਿਆਸ ਬਣਾਉਣ ਲਈ ਸਾਨੂੰ ਪਿਆਰ ਅਤੇ ਗੁਰਭਗਤੀ ਦੇ ਤੱਤਾਂ ਨੂੰ ਸ਼ਾਮਲ ਕਰਨਾ ਪਵੇਗਾ। ਚਲੋ ਹੁਣ ਇਸ ਨੂੰ ਕਰਦੇ ਹਾਂ। ਹੁਣ ਚਲੋ ਉੱਥੇ ਵਾਪਸ ਚਲੀਏ, ਅਤੇ ਇਸ ਵਾਰ ਅਸੀਂ ਕੇਵਲ ਉਹ ਨਹੀਂ ਕਰਾਂਗੇ ਜੋ ਅਸੀਂ ਹੁਣ ਤੱਕ ਕੀਤਾ ਹੈ,
ਜੋ ਹੈ ਆਪਣੇ ਸਿਮਰਨ ਨੂੰ ਦੁਹਰਾਉਣਾ, ਸਤਿਗੁਰੂ ਨੂੰ ਦੇਖਣਾ। ਪਰ ਇਸ ਦੇ ਨਾਲ ਨਾਲ ਅਸੀਂ ਕੁਝ ਪ੍ਰਗਟਾਵਾ ਵੀ ਕਰਾਂਗੇ, ਸਤਿਗੁਰੂ ਨਾਲ ਗੱਲਬਾਤ ਵੀ ਕਰਾਂਗੇ, ਉਸ ਨੂੰ ਇਹ ਦੱਸਾਂਗੇ ਕਿ ਉਸਨੇ ਜੋ ਕੁਛ ਵੀ ਦਿੱਤਾ ਹੈ ਅਸੀਂ ਉਸ ਲਈ ਧੰਨਵਾਦੀ ਹਾਂ, ਅਤੇ ਉਸਨੇ ਜੋ ਕੁਛ ਨਹੀਂ ਦਿੱਤਾ ਉਸ ਲਈ ਸ਼ਿਕਾਇਤ ਵੀ ਕਰਾਂਗੇ। ਕਹਾਂਗੇ, ਤੁਸੀਂ ਅਜਿਹਾ ਕਿਉਂ ਨਹੀਂ ਕੀਤਾ? ਇਸ ਤਰ੍ਹਾਂ ਤੁਸੀਂ ਕੇਵਲ ਉਸ ਨੂੰ ਕਹਿ ਸਕਦੇ ਹੋ ਜਿਸ ਨਾਲ ਤੁਸੀਂ ਪਿਆਰ ਕਰਦੇ ਹੋ। ਇਹ ਇੱਕ ਸ਼ਿਕਾਇਤ ਕਰਨ ਦਾ ਵਧੀਆ ਮੌਕਾ ਹੁੰਦਾ ਹੈ। ਉਹ ਤੁਹਾਡਾ ਸਭ ਤੋਂ ਚੰਗਾ ਮਿੱਤਰ ਹੈ। ਉਸ ਨਾਲੋਂ ਵਧੀਆ ਤੁਹਾਡਾ ਕੋਈ ਵੀ ਹੋਰ ਮਿੱਤਰ ਨਹੀਂ ਹੈ। ਕਾਮਲ ਮੁਰਸ਼ਦ ਤੁਹਾਡਾ ਸਭ ਤੋਂ ਚੰਗਾ ਦੋਸਤ ਹੈ। ਤੁਸੀਂ ਜੋ ਵੀ ਚਾਹੁੰਦੇ ਹੋ ਕਹਿ ਸਕਦੇ ਹੋ, ਅਤੇ ਉਹ ਸਭ ਨੂੰ ਪਸੰਦ ਕਰੇਗਾ। ਤੁਸੀਂ ਅਜਿਹਾ ਦੇਖੋਗੇ, ਤੁਸੀਂ ਇਸ ਨੂੰ ਅਜਮਾ ਸਕਦੇ ਹੋ। ਇਸ ਲਈ ਇਹ ਦਰਸਾਉਣ ਦਾ ਇੱਕ ਬਹੁਤ ਚੰਗਾ ਮੌਕਾ ਹੈ ਕਿ ਤੁਸੀਂ ਸਤਿਗੁਰੂ ਨੂੰ ਆਪਣੇ ਕਿੰਨਾ ਨੇੜੇ ਚਾਹੁੰਦੇ ਹੋ। ਸਤਿਗੁਰੂ, ਮੇਰੇ ਅਭਿਆਸ ਸਫਲ ਨਹੀਂ ਹੋਏ, ਕਿਰਪਾ ਕਰਕੇ ਕੁਛ ਕਰੋ। ਅਜਿਹਾ ਕਹਿਣ ਦਾ ਇਹ ਚੰਗਾ ਮੌਕਾ ਹੈ। ਸਤਿਗੁਰੂ, ਮੈਨੂੰ ਇਹਨਾਂ ਭਾਰੀ ਕਰਮਾਂ ਵਿੱਚੋਂ ਕਿਉਂ ਲੰਘਣਾ ਪੈ ਰਿਹਾ ਹੈ? ਕੀ ਤੁਸੀਂ ਥੋੜ੍ਹਾ ਦਖਲ ਦੇ ਕੇ ਮੇਰੀ ਮਦਦ ਕਰ ਸਕਦੇ ਹੋ? ਇਹ ਉਹ ਸਭ ਕੁਛ ਕਹਿਣ ਦਾ ਸਮਾਂ ਹੈ। ਇਹ ਸਮਾਂ ਆਪਣੇ ਉਸ ਮਿੱਤਰ ਨੂੰ ਦੱਸਣ ਦਾ ਹੈ ਜੋ ਸਾਰੀ ਦੁਨੀਆ ਵਿੱਚ ਤੁਹਾਡੇ ਸਭ ਤੋਂ ਨੇੜੇ ਹੈ। ਇਸ ਮੌਕੇ ਦਾ ਫਾਇਦਾ ਲਵੋ। ਆਪਣੀਆਂ ਅੱਖਾਂ ਬੰਦ ਕਰੋ, ਵਾਪਸ ਉਸੇ ਜਗ੍ਹਾ 'ਤੇ ਜਾਓ। ਉਹ ਤੁਹਾਡੇ ਅਤੇ ਤੁਹਾਡੇ ਸਤਿਗੁਰੂ ਦੀ ਮੁਲਾਕਾਤ ਦਾ ਸਥਾਨ ਹੈ। ਇਸ ਲਈ ਜਿੰਨਾ ਹੋ ਸਕੇ ਆਪਣੇ ਆਪ ਨੂੰ ਪ੍ਰਗਟ ਕਰੋ। ਤੁਹਾਡਾ ਜੋ ਕੋਈ ਵੀ ਪ੍ਰਸ਼ਨ ਹੈ ਉਸਨੂੰ ਉੱਥੇ ਪੁੱਛੋ। ਤੁਹਾਨੂੰ ਕੋਈ ਵੀ ਸਮੱਸਿਆ ਹੋਵੇ ਤਾਂ ਉਸਨੂੰ ਉੱਥੇ ਜ਼ਾਹਿਰ ਕਰੋ। ਤੁਹਾਡੇ ਵਿੱਚ ਪਿਆਰ ਦੀ ਕੋਈ ਵੀ ਭਾਵਨਾ ਹੋਵੇ ਤਾਂ ਉਹ ਵੀ ਉੱਥੇ ਜ਼ਾਹਿਰ ਕਰੋ। ਤੁਸੀਂ ਇਸ ਸਮੇਂ ਕੁਛ ਵੀ ਕਰਨ ਲਈ ਆਜ਼ਾਦ ਹੋ। ਇਸ ਲਈ ਇਸ ਅਵਸਰ ਦੀ ਵਰਤੋਂ ਕਰੋ ਅਤੇ ਬਿਨਾਂ ਜਲਦੀ ਕਰਦੇ ਹੋਏ ਸਮਾਂ ਲਾਵੋ। ਆਪਣੀਆਂ ਅੱਖਾਂ ਖੋਲ੍ਹੋ। ਵਾਪਸ ਸਵਾਗਤ ਹੈ। ਤੁਹਾਡੇ ਵਿੱਚੋਂ ਕਿੰਨਿਆਂ ਨੂੰ ਇਹ ਸੈਸ਼ਨ ਪਸੰਦ ਆਇਆ? ਇਹ ਵਧੀਆ ਸੀ, ਹੈ ਨਾ? ਅਸੀਂ ਅਸਲ ਅਭਿਆਸ ਵੱਲ ਵੱਧ ਰਹੇ ਹਾਂ। ਇਹ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਆਪਣੇ ਸਤਿਗੁਰੂ ਦੇ ਬਹੁਤ ਨਜ਼ਦੀਕ ਮਹਿਸੂਸ ਕਰਦੇ ਹਾਂ। ਇਸ ਤਰ੍ਹਾਂ ਨਾਮਦਾਨ ਵਿੱਚ ਅਸੀਂ ਅਸਲ ਨਜ਼ਦੀਕੀ ਦਾ ਲਾਭ ਪ੍ਰਾਪਤ ਕਰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਸਾਨੂੰ ਨਾਮਦਾਨ ਪ੍ਰਾਪਤ ਹੋਇਆ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਇੱਕ ਕਾਮਲ ਮੁਰਸ਼ਦ ਤੋਂ ਨਾਮਦਾਨ ਦੀ ਦੀਖਿਆ ਮਿਲੀ ਹੈ। ਜੇਕਰ ਤੁਸੀਂ ਰੋਜ਼ਾਨਾ ਇਸ ਤਰ੍ਹਾਂ ਦਾ ਸੰਪਰਕ ਨਹੀਂ ਕਰਦੇ ਤਾਂ ਅਸੀਂ ਨਾਮਦਾਨ ਨੂੰ ਜੇਬ ਵਿੱਚ ਪਾ ਕੇ ਕਿਤੇ ਦੂਰ ਰੱਖ ਰਹੇ ਹਾਂ। ਜੇਕਰ ਅਸੀਂ ਹਰ ਰੋਜ਼ ਅੰਦਰੂਨੀ ਤੌਰ 'ਤੇ ਸੰਤ ਸਤਿਗੁਰੂ ਨਾਲ ਸੰਪਰਕ ਨਹੀਂ ਕਰ ਰਹੇ ਹਾਂ ਤਾਂ ਅਸੀਂ ਆਪਣੇ ਨਾਮਦਾਨ ਦੀ ਦੀਖਿਆ ਦੀ ਵਰਤੋਂ ਨਹੀਂ ਕਰ ਰਹੇ। ਇਹ ਅਭਿਆਸ ਨਿਯਮਤ ਤੌਰ 'ਤੇ ਹੋਣਾ ਚਾਹੀਦਾ ਹੈ, ਅਤੇ ਫਿਰ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਕਿ ਇਹਨਾਂ ਨਵੇਂ ਅਨੁਭਵਾਂ ਕਰਕੇ ਤੁਹਾਡਾ ਨਿਸ਼ਚਾ ਦਿਨ ਬਰ ਦਿਨ ਮਜ਼ਬੂਤ ਹੁੰਦਾ ਜਾਵੇਗਾ। ਹਰ ਰੋਜ਼ ਤੁਹਾਡੇ ਕੋਲ ਵਧੇਰੇ ਵਿਸ਼ਵਾਸ, ਵਧੇਰੇ ਅਨੁਭਵ, ਵਧੇਰੇ ਨਿਸ਼ਚਿਤਤਾ, ਵਧੇਰੇ ਗਿਆਨ ਹੋਵੇਗਾ। ਇਹ ਇਸ ਸੰਤ ਸਤਿਗੁਰੂ ਦੇ ਮਾਰਗ ਦਾ ਉਦੇਸ਼ ਹੈ। ਇਹ ਹੈ ਸੰਤ ਮਤ ਦਾ ਭਾਵ। ਇਹ ਇੱਕ ਰਸਮ ਨਹੀਂ ਹੈ। ਇਸ ਕਿਸਮ ਦੇ ਅਭਿਆਸ ਦੀ ਰੋਜ਼ਾਨਾ ਜ਼ਰੂਰਤ ਹੈ। ਇਸ ਲਈ ਅਸੀਂ ਹੁਣੇ ਜੋ ਕੀਤਾ ਇਹ ਇਸ ਦਾ ਬਹੁਤ ਹੀ ਛੋਟਾ ਜਿਹਾ ਹਿੱਸਾ ਸੀ, ਹਰੇਕ ਕੁਝ ਕੁ ਮਿੰਟ ਦਾ। ਮੈਨੂੰ ਹਰ ਵਾਰ 5 ਇੰਨੀ ਜਲਦੀ ਕਿਉਂ ਗਿਣਨਾ ਪਿਆ? ਕਿਉਂਕਿ ਸਮਾਂ ਸੀਮਿਤ ਸੀ। ਜਦੋਂ ਮੇਰੇ ਕੋਲ 3 ਜਾਂ 7 ਦਿਨ ਦੀ ਅਭਿਆਸ ਵਰਕਸ਼ਾਪ ਹੁੰਦੀ ਹੈ ਤਾਂ ਅਸੀਂ ਮੁਨਾਸਿਬ ਸਮੇਂ ਲਈ ਕਰਦੇ ਹਾਂ। ਅਸੀਂ ਅਗਲੇ ਕਦਮ 'ਤੇ ਜਾਣ ਤੋਂ ਪਹਿਲਾਂ ਹਰੇਕ ਪੜਾਅ ਦਾ ਪੂਰਾ ਅਨੁਭਵ ਕਰਨ ਲਈ ਇਸ ਨੂੰ ਇੱਕ ਉਚਿਤ ਸਮੇਂ ਲਈ ਕਰਦੇ ਹਾਂ। ਅੱਜ ਇਸ ਨੂੰ ਨਮੂਨੇ ਵਾਂਗ ਲਓ। ਇਹ ਇੱਕ ਤਰ੍ਹਾਂ ਦਾ ਨਮੂਨਾ ਸੀ ਕਿ ਅਸੀਂ ਕਿਸ ਤਰ੍ਹਾਂ ਕਰਨਾ ਹੈ। ਇਸ ਤੋਂ ਅਗਲਾ ਕਦਮ, ਜੇਕਰ ਤੁਸੀਂ ਆਪਣੇ ਆਪ ਨੂੰ ਕੇਂਦਰਿਤ ਕਰ ਪਾਉਂਦੇ ਹੋ ਤਾਂ ਤੁਸੀਂ ਆਪਣੇ ਅੰਦਰ ਸ਼ਬਦ ਧੁਨ ਨੂੰ ਸੁਣ ਸਕੋਗੇ। ਇੱਕ ਵਾਰ ਜਦੋਂ ਸ਼ਬਦ ਧੁਨ ਸੁਣਾਈ ਦੇਣੀ ਸ਼ੁਰੂ ਹੋ ਜਾਂਦੀ ਹੈ ਤਾਂ ਤੁਸੀਂ ਧੁਨੀ 'ਤੇ ਤਵੱਜੋ ਕੇਂਦਰਿਤ ਕਰਕੇ ਉਸ ਨਾਲ ਚੱਲ ਸਕਦੇ ਹੋ। ਸ਼ਬਦ ਧੁਨ ਤੁਹਾਨੂੰ ਸਿਮਰਨ ਨਾਲੋਂ ਜ਼ਿਆਦਾ ਤੇਜ਼ੀ ਨਾਲ ਖਿੱਚੇਗੀ। ਸਿਮਰਨ ਦੀ ਲੋੜ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਤੁਸੀਂ ਸ਼ਬਦ ਧੁਨ ਤੱਕ ਨਹੀਂ ਪਹੁੰਚਦੇ। ਜਦੋਂ ਸ਼ਬਦ ਧੁਨ ਆਉਣੀ ਸ਼ੁਰੂ ਹੋ ਜਾਂਦੀ ਹੈ
ਤਾਂ ਤੁਸੀਂ ਸਿਮਰਨ ਛੱਡ ਸਕਦੇ ਹੋ ਅਤੇ ਸ਼ਬਦ ਧੁਨ ਤੁਹਾਨੂੰ ਧੁਨੀ ਵਿੱਚ ਖਿੱਚ ਲਵੇਗੀ। ਜੇਕਰ ਧੁਨੀ ਮੱਧਮ ਹੋ ਜਾਵੇ ਤਾਂ ਤੁਸੀਂ ਦੁਬਾਰਾ ਸਿਮਰਨ ਸ਼ੁਰੂ ਕਰ ਸਕਦੇ ਹੋ। ਇਹ ਇੱਕ ਨਿਯਮਤ ਅਭਿਆਸ ਹੈ। ਕੁਝ ਸਮੇਂ ਬਾਅਦ ਚਾਹੇ ਤੁਸੀਂ ਆਪਣੀਆਂ ਅੱਖਾਂ ਬੰਦ ਕਰੋ ਜਾਂ ਖੁੱਲ੍ਹੀਆਂ ਰੱਖੋ, ਉਹ ਸ਼ਬਦ ਦੀ ਆਵਾਜ਼ ਉੱਥੇ ਹੀ ਹੋਵੇਗੀ। ਇਸ ਤੋਂ ਬਾਅਦ ਅਭਿਆਸ ਕਰਨਾ ਸਿਰਫ ਆਪਣੀ ਤਵੱਜੋ ਨੂੰ ਕੰਮ ਕਾਜ ਵੱਲੋਂ ਹਟਾ ਕੇ ਸ਼ਬਦ ਧੁਨ 'ਤੇ ਪਾਉਣਾ ਹੁੰਦਾ ਹੈ। ਤੁਹਾਨੂੰ ਨਾ ਤਾਂ ਆਪਣੀਆਂ ਅੱਖਾਂ ਬੰਦ ਕਰਨੀਆਂ ਪੈਣਗੀਆਂ ਅਤੇ ਨਾ ਹੀ ਆਪਣੇ ਕੰਨ ਬੰਦ ਕਰਨੇ ਪੈਣਗੇ। ਤੁਸੀਂ ਬਸ ਆਪਣੀ ਤਵੱਜੋ ਸ਼ਬਦ ਧੁਨ 'ਤੇ ਲਗਾਓ, ਅਭਿਆਸ ਸ਼ੁਰੂ ਹੋ ਜਾਵੇਗਾ। ਇਹ ਹਰ ਸਮੇਂ ਕੁਦਰਤੀ ਤੌਰ 'ਤੇ ਅਤੇ ਆਪਣੇ ਆਪ ਹੋਵੇਗਾ। ਤੁਸੀਂ ਬਿਨਾਂ ਕਿਸੇ ਵਿਸ਼ੇਸ਼ ਆਸਣ ਦੇ ਅਭਿਆਸ ਕਰ ਸਕਦੇ ਹੋ। ਤੁਸੀਂ ਤੁਰਦੇ ਹੋਏ ਵੀ ਅਭਿਆਸ ਕਰ ਸਕਦੇ ਹੋ। ਤੁਸੀਂ ਕੋਈ ਵੀ ਬਾਹਰੀ ਕੰਮ ਕਰਦੇ ਸਮੇਂ ਸ਼ਬਦ ਧੁਨ ਨਾਲ ਜੁੜੇ ਰਹਿ ਸਕਦੇ ਹੋ। ਇਹ ਇੱਕ ਬਹੁਤ ਹੀ ਸੁੰਦਰ ਅਨੁਭਵ ਹੈ ਅਤੇ ਅਭਿਆਸ ਨਾਲ ਤੁਹਾਨੂੰ ਇਹ ਅਵਸਥਾ ਜ਼ਰੂਰ ਪ੍ਰਾਪਤ ਹੋ ਜਾਵੇਗੀ। ਮੈਂ ਇਹਨਾਂ ਚੀਜ਼ਾਂ ਨੂੰ ਅਨੁਭਵ ਦੇ ਨੁਕਤਿਆਂ ਜਾਂ ਸੁਝਾਵਾਂ ਵਜੋਂ ਸਾਂਝਾ ਕਰ ਰਿਹਾ ਸੀ ਕਿ ਤੁਸੀਂ ਅਭਿਆਸ ਨੂੰ ਕਿਵੇਂ ਸੁਧਾਰ ਸਕਦੇ ਹੋ, ਜੋ ਤੁਹਾਡੇ ਵਿੱਚੋਂ ਬਹੁਤ ਸਾਰੇ ਪਹਿਲਾਂ ਹੀ ਕਰ ਰਹੇ ਹਨ। ਪਰ ਮੁੱਖ ਤੱਤਾਂ ਨੂੰ ਯਾਦ ਰੱਖੋ। ਪਹਿਲਾਂ ਆਪਣੇ ਆਪ ਨੂੰ ਅੱਖਾਂ ਦੇ ਪਿੱਛੇ ਸਥਾਪਿਤ ਕਰਨ ਤੋਂ ਬਾਅਦ ਅਭਿਆਸ ਨੂੰ ਸ਼ੁਰੂ ਕਰੋ। ਕੇਵਲ ਆਪਣੀ ਥਾਂ 'ਤੇ ਬੈਠ ਕੇ ਅੱਖਾਂ ਬੰਦ ਕਰਨਾ ਇੱਕ ਚੰਗੀ ਸ਼ੁਰੂਆਤ ਨਹੀਂ ਹੈ। ਚੰਗੀ ਸ਼ੁਰੂਆਤ ਇਹ ਹੈ ਕਿ ਤੁਸੀਂ ਖਿਆਲ ਨਾਲ ਸਿਰ ਵਿੱਚ ਅੱਖਾਂ ਦੇ ਪਿੱਛੇ ਬੈਠੋ ਅਤੇ ਫਿਰ ਅਭਿਆਸ ਸ਼ੁਰੂ ਕਰੋ। ਦੂਜਾ, ਹਰ ਵਾਰ ਅਭਿਆਸ ਕਰਦੇ ਸਮੇਂ ਉਸ ਵਿੱਚ ਪ੍ਰੇਮ ਅਤੇ ਗੁਰਭਗਤੀ ਦੇ ਤੱਤਾਂ ਨੂੰ ਜੋੜੋ। ਸੰਤ ਸਤਿਗੁਰੂ ਨਾਲ ਗੱਲ ਕਰੋ ਅਤੇ ਉਸ ਤੋਂ ਜਿੰਨੀ ਹੋ ਸਕੇ ਮਦਦ ਮੰਗੋ। ਤੁਸੀਂ ਸਤਿਗੁਰੂ ਨੂੰ ਆਪਣੇ ਲਈ ਅਭਿਆਸ ਕਰਨ ਵਾਸਤੇ ਵੀ ਕਹਿ ਸਕਦੇ ਹੋ। ਕਹੋ, ਸਤਿਗੁਰੂ, ਮੈਂ ਸਮਝਦਾ ਹਾਂ ਕਿ ਤੁਸੀਂ ਸਭ ਕੁਝ ਕਰ ਸਕਦੇ ਹੋ। ਤੁਸੀਂ ਮੇਰੇ ਲਈ ਵੀ ਥੋੜ੍ਹਾ ਜਿਹਾ ਸਿਮਰਨ ਕਰੋ ਅਤੇ ਤੁਹਾਡਾ ਅਨੁਭਵ ਦਰਸਾਵੇਗਾ ਕਿ ਸਤਿਗੁਰੂ ਸਿਮਰਨ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਤੁਸੀਂ ਬੈਠ ਕੇ ਆਪਣੇ ਮੁਰਸ਼ਦ ਨੂੰ ਆਪਣੇ ਸ਼ਬਦਾਂ ਨੂੰ ਦੁਹਰਾਉਂਦੇ ਸੁਣ ਸਕੋਗੇ। ਇਹ ਸੌਖਾ ਹੈ। ਆਪਣੇ ਸਤਿਗੁਰੂ ਦੀ ਆਵਾਜ਼ ਨੂੰ ਸਾਡੇ ਲਈ ਸਿਮਰਨ ਕਰਦੇ ਹੋਏ ਸੁਣਨਾ ਬਹੁਤ ਸ਼ਾਨਦਾਰ ਹੁੰਦਾ ਹੈ। ਸਤਿਗੁਰ ਕਹਿਣਗੇ, ਆਓ ਚਲੋ ਉੱਡਦੇ ਹਾਂ, ਅਤੇ ਤੁਸੀਂ ਉਸ ਨਾਲ ਉੱਡ ਸਕੋਗੇ। ਉਹ ਅਸਮਾਨ ਵਿੱਚ ਤੁਹਾਡੇ ਨਾਲ ਹੋਵੇਗਾ। ਉਸ ਨਾਲ ਤੁਹਾਡੀ ਹਮੇਸ਼ਾ ਰਹਿਣ ਵਾਲੀ ਦੋਸਤੀ ਹੋਵੇਗੀ ਜੋ ਕਦੇ ਵੀ ਨਹੀਂ ਟੁੱਟੇਗੀ। ਇੱਕ ਪਰਮ ਸੰਤ ਸਤਿਗੁਰੂ ਦਾ ਰਿਸ਼ਤਾ ਇੱਕ ਬਹੁਤ ਅਮੁੱਲ ਚੀਜ਼ ਹੈ। ਇਹ ਸਤਿਗੁਰੂ ਸਾਨੂੰ ਨਾਮ ਦਾਨ ਦਿੰਦਾ ਹੈ ਅਤੇ ਹਮੇਸ਼ਾ ਲਈ ਸਾਡਾ ਦੋਸਤ ਬਣ ਜਾਂਦਾ ਹੈ। ਕੱਲ੍ਹ ਇੱਕ ਛੋਟੀ ਬੱਚੀ ਨੇ ਮੈਨੂੰ 3 ਪ੍ਰਸ਼ਨ ਕੀਤੇ। ਉਹ ਬਹੁਤ ਛੋਟੀ ਸੀ। ਉਸਦੇ ਪ੍ਰਸ਼ਨਾਂ ਵਿੱਚ ਇਹ ਪ੍ਰਸ਼ਨ ਵੀ ਸ਼ਾਮਿਲ ਸੀ ਕਿ ਨਾਮਦਾਨ ਦੀ ਦੀਖਿਆ ਕੀ ਹੈ। ਕਿਸੇ ਬੱਚੇ ਲਈ ਇਹ ਪ੍ਰਸ਼ਨ ਪੁੱਛਣਾ ਮੇਰੇ ਲਈ ਬਹੁਤ ਹੀ ਪ੍ਰਭਾਵਸ਼ਾਲੀ ਸੀ। ਮੇਰਾ ਜਵਾਬ ਬਹੁਤ ਸੌਖਾ ਸੀ। ਉਹ ਇਹ ਕਿ ਜਦੋਂ ਇੱਕ ਸਤਿਗੁਰੂ ਸਾਨੂੰ ਸਵੀਕਾਰਦਾ ਹੈ ਅਤੇ ਤੁਹਾਡਾ ਦੋਸਤ ਬਣ ਜਾਂਦਾ ਹੈ, ਜਦੋਂ ਉਹ ਸਦਾ ਲਈ ਤੁਹਾਡਾ ਦੋਸਤ ਬਣ ਜਾਂਦਾ ਹੈ, ਇਸ ਨੂੰ ਨਾਮਦਾਨ ਦੀ ਦੀਖਿਆ ਕਹਿੰਦੇ ਹਨ। ਨਾਮਦਾਨ ਦੀ ਦੀਖਿਆ ਸਿਮਰਨ ਜਾਂ ਸ਼ਬਦਾਂ ਨੂੰ ਦੁਹਰਾਉਣ ਦਾ ਤਰੀਕਾ ਸਿਖਾਉਣਾ ਨਹੀਂ ਹੈ। ਨਾਮਦਾਨ ਦੀ ਦੀਖਿਆ ਤੁਹਾਨੂੰ ਇਹ ਨਹੀਂ ਦੱਸਦੀ ਕਿ ਕਿਹੜੇ ਸ਼ਬਦ ਦਾ ਸਿਮਰਨ ਕਰਨਾ ਹੈ। ਨਾਮਦਾਨ ਦੀ ਦੀਖਿਆ ਤੋਂ ਬਾਅਦ ਸੰਤ ਸਤਿਗੁਰੂ ਤੁਹਾਡਾ ਸਥਾਈ ਸਦੀਵੀ ਦੋਸਤ ਬਣ ਜਾਂਦਾ ਹੈ, ਜੋ ਤੁਹਾਡੇ ਅੰਦਰ ਪਹੁੰਚ ਕਰ ਸਕਦਾ ਹੈ, ਜਿਸ ਨਾਲ ਤੁਸੀਂ ਸ਼ਿਕਾਇਤ ਕਰ ਸਕਦੇ ਹੋ, ਗੱਲ ਕਰ ਸਕਦੇ ਹੋ, ਕੁਛ ਵੀ ਕਰ ਸਕਦੇ ਹੋ। ਕੁਝ ਵੀ ਗੁਪਤ ਨਹੀਂ ਰਹਿੰਦਾ। ਜੋ ਸਮੱਸਿਆਵਾਂ ਤੁਸੀਂ ਕਿਸੇ ਹੋਰ ਨਾਲ ਸਾਂਝੀ ਨਹੀਂ ਕਰ ਸਕਦੇ, ਉਹਨਾਂ ਨੂੰ ਤੁਸੀਂ ਉਸ ਸੰਤ ਸਤਿਗੁਰੂ ਨਾਲ ਸਾਂਝਾ ਕਰ ਸਕਦੇ ਹੋ। ਇਹ ਸੱਚੀ ਦੋਸਤੀ ਦਾ ਬਹੁਤ ਵੱਖਰਾ ਜਿਹਾ ਅਨੁਭਵ ਹੁੰਦਾ ਹੈ। ਇਹਨਾਂ ਸੰਤ ਸਤਿਗੁਰੂਆਂ ਦੇ ਕਈ ਮਹਾਨ ਅਨੁਵਾਈ ਹੋਏ ਹਨ। ਮੈਨੂੰ ਕਈ ਸਾਲਾਂ ਬੱਧੀ ਉਹਨਾਂ ਦੇ ਦਰਸ਼ਨਾਂ ਅਤੇ ਉਹਨਾਂ ਦੀ ਸੰਗਤ ਦਾ ਮੌਕਾ ਮਿਲਿਆ। ਉਹਨਾਂ ਵਿੱਚੋਂ ਇੱਕ ਵੈਟਰਨਰੀ ਡਾਕਟਰ ਸਨ, ਜਿਨ੍ਹਾਂ ਦਾ ਨਾਮ ਡਾਕਟਰ ਈਸ਼ਰ ਸਿੰਘ ਸੀ। ਉਹ ਇੱਕ ਸਧਾਰਨ ਡਾਕਟਰ ਸੀ, ਪਰ ਉਹ ਇੱਕ ਬਹੁਤ ਵੱਡੇ ਆਦਮੀ ਲਈ ਕੰਮ ਕਰ ਰਿਹਾ ਸੀ। ਉਹ ਕਪੂਰਥਲਾ ਦੇ ਮਹਾਰਾਜੇ ਲਈ ਕੰਮ ਕਰਦਾ ਸੀ, ਜਿਹੜਾ ਰਾਜ ਬਿਆਸ ਦੇ ਨੇੜੇ ਹੀ ਹੈ, ਜਿੱਥੇ ਮੇਰੇ ਸਤਿਗੁਰੂ ਹਜ਼ੂਰ ਬਾਬਾ ਸਾਵਣ ਸਿੰਘ ਰਹਿੰਦੇ ਸਨ। ਸੋ ਡਾਕਟਰ ਈਸ਼ਰ ਸਿੰਘ ਨੇ ਸੁਣਿਆ ਕਿ ਕਿਤੇ ਬਿਆਸ ਦੇ ਦਰਿਆ ਦੇ ਕਿਨਾਰੇ ਕੋਈ ਕਾਮਲ ਮੁਰਸ਼ਦ ਸੀ, ਪਰੰਤੂ ਉਸਨੇ ਕਦੇ ਵੀ ਇਸ ਵਿੱਚ ਦਿਲਚਸਪੀ ਨਹੀਂ ਲਈ। ਬਾਅਦ ਵਿੱਚ ਉਸਨੂੰ ਪਤਾ ਲੱਗਿਆ
ਕਿ ਕਪੂਰਥਲਾ ਵਿੱਚ ਉਹਨਾਂ ਦੇ ਦੋ ਮੁਸਲਮਾਨ ਗਵਾਂਢੀ ਉਸ ਮੁਰਸ਼ਦ ਦੇ ਸ਼ਿਸ਼ ਸਨ। ਈਸ਼ਰ ਸਿੰਘ ਨੇ ਉਹਨਾਂ ਨੂੰ ਕਿਹਾ, ਮੈਂ ਇੱਕ ਕਾਮਲ ਮੁਰਸ਼ਦ ਨੂੰ ਮਿਲਣਾ ਚਾਹੁੰਦਾ ਹਾਂ। ਮੈਂ ਸਾਰਾ ਸਾਹਿਤ ਪੜ੍ਹ ਚੁੱਕਾ ਹਾਂ। ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਦਾ ਆ ਰਿਹਾ ਹਾਂ। ਕੀ ਮੈਂ ਉਸ ਨੂੰ ਮਿਲ ਸਕਦਾ ਹਾਂ? ਉਹਨਾਂ ਨੇ ਕਿਹਾ, ਬਿਲਕੁਲ, ਅਸੀਂ ਉਸ ਦੇ ਸ਼ਿਸ਼ ਹਾਂ। ਤੁਸੀਂ ਜਾਓ ਅਤੇ ਉਹਨਾਂ ਨੂੰ ਮਿਲੋ। ਉਹ ਮੁੱਖ GT ਰੋਡ ਤੋਂ 3 ਮੀਲ ਦੀ ਦੂਰੀ 'ਤੇ ਬਿਆਸ ਦਰਿਆ ਉੱਤੇ ਇੱਕ ਛੋਟੀ ਜਿਹੀ ਝੌਂਪੜੀ ਵਿੱਚ ਰਹਿੰਦੇ ਹਨ। ਉਹ ਕੰਢੇ 'ਤੇ ਮਿਲ ਜਾਣਗੇ। ਸੋ ਆਪਣਾ ਦਿਨ ਦਾ ਕੰਮ ਪੂਰਾ ਕਰਨ ਤੋਂ ਬਾਅਦ ਈਸ਼ਰ ਸਿੰਘ ਆਪਣਾ ਸਾਈਕਲ ਲੈ ਕੇ ਨਿਕਲ ਪਏ ਅਤੇ ਨਦੀ ਦੇ ਕੰਢੇ ਕੰਢੇ ਸਾਈਕਲ ਚਲਾਉਂਦੇ ਰਹੇ। ਉਹਨਾਂ ਨੇ 3 ਮੀਲ ਤੈਅ ਕੀਤੇ ਪਰ ਕੋਈ ਡੇਰਾ ਜਾਂ ਮੁਰਸ਼ਦ ਨਜ਼ਰ ਨਹੀਂ ਆਏ। ਉਹਨਾਂ 3 ਮੀਲ ਹੋਰ ਤੈਅ ਕੀਤੇ। ਉਹਨਾਂ ਸੋਚਿਆ, ਸ਼ਾਇਦ ਤੁਸੀਂ ਸੁਣਿਆ ਹੋਵੇ ਕਿ ਭਾਰਤ ਵਿੱਚ ਦੂਰੀ ਇੱਕ ਬਹੁਤ ਹੀ ਵਿਅਕਤੀਗਤ ਚੀਜ਼ ਹੈ। ਜੇਕਰ ਕੋਈ ਕਹਿੰਦਾ ਹੈ 1 ਮੀਲ ਜਾਵੋ ਤਾਂ ਤੁਸੀਂ 1 ਮੀਲ ਚੱਲਦੇ ਹੋ। ਹੋਰ ਕਿੰਨੀ ਦੂਰ? 1 ਮੀਲ। ਪਰ ਮੀਲ ਖਤਮ ਹੋਣ ਵਿੱਚ ਨਹੀਂ ਆਉਂਦਾ, ਤੁਸੀਂ ਇੱਕ ਹੋਰ ਮੀਲ ਚੱਲਦੇ ਹੋ। ਪੈਂਡਾ ਹਮੇਸ਼ਾ 1 ਮੀਲ ਹੀ ਰਹਿੰਦਾ ਹੈ। ਤੁਸੀਂ ਸਾਨੂੰ 1 ਮੀਲ ਕਿਹਾ ਸੀ, ਇਹ ਤਾਂ ਜ਼ਿਆਦਾ ਹੈ। ਉਹਨਾਂ ਨੇ ਵੀ ਸੋਚਿਆ ਕਿ ਸ਼ਾਇਦ 3 ਮੀਲ ਦਾ ਮਤਲਬ 3 ਮੀਲ ਹੋਰ ਹੋਣਗੇ, ਇਸ ਲਈ ਉਹ 3 ਮੀਲ ਹੋਰ ਗਏ। ਹਨੇਰਾ ਹੋ ਰਿਹਾ ਸੀ ਅਤੇ ਕੁਝ ਸਮੇਂ ਬਾਅਦ ਹਨੇਰਾ ਹੋਰ ਗਹਿਰਾ ਹੋ ਗਿਆ। ਉਹ ਚੱਲਦੇ ਗਏ ਅਤੇ ਫਿਰ ਉਹਨਾਂ ਨੂੰ ਇੱਕ ਕਿਸ਼ਤੀ ਦਿਖੀ ਜੋ ਲੋਕਾਂ ਨੂੰ ਨਦੀ ਪਾਰ ਕਰਾਉਣ ਵਾਸਤੇ ਸੀ। ਉਹਨਾਂ ਨੇ ਕਿਸ਼ਤੀ ਦੇ ਮਲਾਹ ਨੂੰ ਕਿਹਾ, ਮੈਂ ਸੜਕ ਤੋਂ ਤਕਰੀਬਨ 9 ਮੀਲ ਦੂਰ ਆ ਗਿਆ ਹਾਂ ਪਰ ਡੇਰਾ ਕਿਤੇ ਦਿਖਾਈ ਨਹੀਂ ਦਿੱਤਾ। ਮਲਾਹ ਨੇ ਉੱਤਰ ਦਿੱਤਾ, ਤੁਸੀਂ ਨਦੀ ਦੇ ਗਲਤ ਪਾਸੇ ਹੋ, ਡੇਰਾ ਦੂਜੇ ਪਾਸੇ ਹੈ, ਤੁਸੀਂ ਨਦੀ ਦੇ ਸੱਜੇ ਪਾਸੇ ਆ ਗਏ ਹੋ ਜਦਕਿ ਡੇਰਾ ਖੱਬੇ ਪਾਸੇ ਹੈ। ਉਹਨਾਂ ਕਿਹਾ ਕਿ ਤੂੰ ਮੈਨੂੰ ਆਪਣੀ ਕਿਸ਼ਤੀ 'ਤੇ ਦੂਸਰੇ ਪਾਸੇ ਲਿਜਾ ਸਕਦਾ ਹੈ? ਉਸਨੇ ਕਿਹਾ, ਇਹ ਕਿਸ਼ਤੀ ਤੁਹਾਨੂੰ ਸਿਰਫ ਇੱਕ ਛੋਟੇ ਜਿਹੇ ਪਿੰਡ ਤੱਕ ਲਿਜਾ ਸਕਦੀ ਹੈ ਪਰ ਉਸ ਜਗ੍ਹਾ ਨੂੰ ਡੇਰੇ ਨਾਲ ਜੋੜਨ ਵਾਲੀ ਕੋਈ ਸੜਕ ਨਹੀਂ ਹੈ, ਕੋਈ ਰਸਤਾ ਨਹੀਂ ਹੈ। ਤੁਹਾਨੂੰ ਵਾਪਸ ਜਾਣਾ ਪਵੇਗਾ ਅਤੇ ਦੂਜੇ ਪਾਸੇ ਆਉਣਾ ਪਵੇਗਾ। ਉਹਨੇ ਕਿਹਾ, ਨਹੀਂ, ਜਦੋਂ ਮੈਂ ਅੱਧਾ ਰਸਤਾ ਆ ਚੁੱਕਾ ਹਾਂ ਤਾਂ ਮੈਂ ਵਾਪਸ ਕਿਉਂ ਜਾਵਾਂ? ਉਸਨੇ ਕਿਹਾ, ਹਨੇਰਾ ਹੋ ਗਿਆ ਹੈ, ਦੂਜੇ ਪਾਸੇ ਜੰਗਲੀ ਜਾਨਵਰ ਹਨ, ਇਹ ਸਮਾਂ ਠੀਕ ਨਹੀਂ ਹੈ, ਕੋਈ ਸੜਕ ਨਹੀਂ ਹੈ, ਤੁਹਾਡੇ ਕੋਲ ਸਾਈਕਲ ਹੈ, ਤੁਸੀਂ ਬਿਨਾਂ ਰਸਤੇ ਸਾਈਕਲ 'ਤੇ ਕਿਵੇਂ ਜਾਵੋਗੇ? ਉਹਨਾਂ ਕਿਹਾ, ਨਹੀਂ ਨਹੀਂ, ਮੈਂ ਸਾਈਕਲ ਆਪਣੇ ਸਿਰ 'ਤੇ ਚੁੱਕ ਲਵਾਂਗਾ। ਜਿਵੇਂ ਵੀ ਉਹਨਾਂ ਨੇ ਮਲਾਹ ਨੂੰ ਪਾਰ ਲਿਜਾਣ ਲਈ ਮਨਾ ਲਿਆ। ਬਹੁਤ ਹਨੇਰਾ ਸੀ, ਉਹਨਾਂ ਨੇ ਸਾਈਕਲ ਨੂੰ ਆਪਣੇ ਸਿਰ 'ਤੇ ਰੱਖ ਲਿਆ। ਉਹਨਾਂ ਨੂੰ ਕੰਢੇ ਤੰਗ ਕਰ ਰਹੇ ਸਨ, ਉਹ ਜ਼ਰਾ ਜ਼ਿਆਦਾ ਵੀ ਨਦੀ ਤੋਂ ਦੂਰ ਹੋ ਜਾਂਦੇ ਤਾਂ ਤੁਰੰਤ ਨਜ਼ਦੀਕ ਆ ਜਾਂਦੇ ਤਾਂ ਕਿ ਡੇਰਾ ਨਜ਼ਰ ਵਿੱਚ ਰਹੇ। ਸਾਰੀ ਰਾਤ ਉਹ ਚੱਲਦੇ ਰਹੇ। ਸਵੇਰੇ ਜਦੋਂ ਸੂਰਜ ਚੜ੍ਹਨ ਵਾਲਾ ਸੀ ਤਾਂ ਉਹ ਡੇਰੇ ਪਹੁੰਚ ਗਏ। ਉਹਨਾਂ ਨੂੰ ਉਹ ਦੋ ਝੌਂਪੜੀਆਂ ਦਿਖਾਈ ਦਿੱਤੀਆਂ ਜਿੱਥੇ ਵੱਡੇ ਮਹਾਰਾਜ ਬਾਬਾ ਸਾਵਨ ਸਿੰਘ ਹਫ਼ਤੇ ਦੇ ਅੰਤ ਦੇ ਅੰਦਰ ਆਉਂਦੇ ਸਨ, ਕਿਉਂਕਿ ਉਹ ਅਜੇ ਵੀ ਕਿਤੇ ਹੋਰ ਇੰਜੀਨੀਅਰ ਵਜੋਂ ਕੰਮ ਕਰ ਰਹੇ ਸਨ। ਪਰੰਤੂ ਉਹ ਆਪਣੇ ਗੁਰੂ ਦੇ ਨਿਰਦੇਸ਼ਾਂ ਅਨੁਸਾਰ ਹਫ਼ਤੇ ਦੇ ਅੰਤ 'ਤੇ ਆ ਕੇ ਇਹ ਕੰਮ ਕਰਦੇ ਸਨ। ਜਦੋਂ ਉਹ ਉੱਥੇ ਪਹੁੰਚੇ ਤਾਂ ਉਹਨਾਂ ਨੇ ਦਰਵਾਜ਼ਾ ਖੜਕਾਇਆ। ਇੱਕ ਬੁੱਢੀ ਔਰਤ ਬਾਹਰ ਆਈ। ਗੁੱਸੇ ਵਿੱਚ ਆ ਕੇ ਉਸ ਔਰਤ ਨੇ ਗੁੱਸੇ ਨਾਲ ਬੋਲਣਾ ਸ਼ੁਰੂ ਕਰ ਦਿੱਤਾ, ਤੁਹਾਨੂੰ ਲੋਕਾਂ ਨੂੰ ਕੁਛ ਵੀ ਅਕਲ ਨਹੀਂ ਅਤੇ ਸਤਿਗੁਰੂ ਨੂੰ ਕਿਸੇ ਵੀ ਸਮੇਂ ਆ ਕੇ ਪਰੇਸ਼ਾਨ ਕਰਦੇ ਹੋ। ਉਸਨੇ ਬਹੁਤ ਗੁੱਸਾ ਦਿਖਾਇਆ ਅਤੇ ਉਹਨਾਂ ਉੱਤੇ ਗੰਦੇ ਸ਼ਬਦਾਂ ਦੀ ਵਰਤੋਂ ਕੀਤੀ। ਉਹਨਾਂ ਸੋਚਿਆ, ਇਹ ਉਹੀ ਬੀਬੀ ਹੈ ਜਿਸ ਬਾਰੇ ਮੈਂ ਆਪਣੇ ਗੁਆਂਢੀਆਂ ਤੋਂ ਸੁਣਿਆ ਸੀ, ਇਹ ਉਹੀ ਹੈ ਅਤੇ ਇਸ ਦਾ ਨਾਮ ਬੀਬੀ ਰੁਕੋ ਹੈ। ਮੈਂ ਇਸ ਬੀਬੀ ਦਾ ਨਾਮ ਸੁਣਿਆ ਹੈ ਅਤੇ ਇਸ ਬੀਬੀ ਤੋਂ ਇਲਾਵਾ ਇੱਥੇ ਕੋਈ ਹੋਰ ਨਹੀਂ ਹੈ। ਇਹ ਬੀਬੀ ਸਵਾਮੀ ਜੀ ਦੀ ਸ਼ਿਸ਼ ਸੀ। ਇਹ ਬਾਬਾ ਜੈਮਲ ਸਿੰਘ ਦੀ ਸਹਾਇਕ ਅਤੇ ਸੇਵਾਦਾਰ ਸੀ। ਹੁਣ ਇਹ ਇਸ ਸਤਿਗੁਰੂ ਦੀ ਮਦਦ ਕਰ ਰਹੀ ਹੈ। ਜੇ 3 ਸਤਿਗੁਰੂਆਂ ਨਾਲ ਰਹਿ ਕੇ ਵੀ ਇਸਨੇ ਆਪਣੇ ਗੁੱਸੇ 'ਤੇ ਕਾਬੂ ਨਹੀਂ ਕੀਤਾ ਤਾਂ ਮੈਂ ਇੱਥੋਂ ਕੀ ਪ੍ਰਾਪਤ ਕਰ ਸਕਾਂਗਾ? ਇਹ ਸਭ ਗਲਤ ਹੈ, ਇੱਥੇ ਕੋਈ ਸੰਤ ਸਤਿਗੁਰੂ ਨਹੀਂ ਹੈ। ਉਹ ਨਿਰਾਸ਼ ਹੋ ਕੇ ਵਾਪਸ ਚਲੇ ਗਏ। ਉਸ ਸਵੇਰ ਉਹਨਾਂ ਆਪਣੇ ਗੁਆਂਢੀਆਂ ਨੂੰ ਕਿਹਾ, ਯਾਤਰਾ ਬੇਕਾਰ ਸੀ,
ਮੈਂ ਨਦੀ ਦੇ ਗਲਤ ਕੰਢੇ 'ਤੇ ਚਲਾ ਗਿਆ ਅਤੇ ਮੈਂ ਇੱਕ ਗਲਤ ਵਿਅਕਤੀ ਨੂੰ ਮਿਲਿਆ, ਉਸ ਬੀਬੀ ਨੂੰ। ਉਹ ਦੋਵੇਂ ਹੱਸ ਪਏ। ਈਸ਼ਰ ਸਿੰਘ ਨੇ ਪੁੱਛਿਆ, ਤੁਸੀਂ ਹੱਸ ਕਿਉਂ ਰਹੇ ਹੋ? ਮੈਂ ਸਾਰੀ ਰਾਤ ਬਹੁਤ ਮੁਸ਼ਕਲ ਤਰੀਕੇ ਨਾਲ ਸਮਾਂ ਬਤੀਤ ਕੀਤਾ। ਉਹਨਾਂ ਨੇ ਕਿਹਾ, ਅਸੀਂ ਹੱਸ ਰਹੇ ਹਾਂ ਕਿਉਂਕਿ ਸਤਿਗੁਰੂ ਨੇ ਤੁਹਾਡੇ ਨਾਲ ਇੱਕ ਖੇਡ ਖੇਡੀ ਹੈ। ਉਹਨਾਂ ਕਿਹਾ ਕਿ ਸਤਿਗੁਰ ਖੇਡਾਂ ਖੇਡਦਾ ਹੈ? ਮੈਂ ਸੋਚਿਆ ਕਿ ਉਹ ਇੱਕ ਅਧਿਆਤਮਿਕ ਵਿਅਕਤੀ ਹੈ। ਉਹਨਾਂ ਨੇ ਕਿਹਾ, ਅਸਲੀ ਸਤਿਗੁਰੂ ਅਧਿਆਤਮਿਕ ਹੁੰਦੇ ਹਨ, ਪਰ ਨਾਲ ਨਾਲ ਉਹ ਸ਼ਰਾਰਤੀ ਵੀ ਹੁੰਦੇ ਹਨ। ਉਹ ਚਾਲਾਂ ਵੀ ਖੇਡ ਸਕਦੇ ਹਨ ਕਿਉਂਕਿ ਉਹ ਇਨਸਾਨੀ ਕੰਮ ਕਰ ਰਹੇ ਹੁੰਦੇ ਹਨ ਅਤੇ ਉਹਨਾਂ ਨੂੰ ਤੁਹਾਡੀ ਦੋਸਤ ਬਣਨਾ ਪੈਂਦਾ ਹੈ। ਜੇ ਉਹ ਉੱਚੇ ਆਸਣ 'ਤੇ ਬੈਠ ਜਾਣ ਤਾਂ ਤੁਸੀਂ ਉਹਨਾਂ ਦੀ ਪੂਜਾ ਕਰ ਸਕਦੇ ਹੋ, ਤੁਸੀਂ ਉਹਨਾਂ ਨੂੰ ਸੁਣ ਸਕਦੇ ਹੋ, ਪਰ ਤੁਸੀਂ ਉਹਨਾਂ ਨਾਲ ਦੋਸਤੀ ਨਹੀਂ ਕਰ ਸਕਦੇ। ਉਹ ਤੁਹਾਡੇ ਪੱਧਰ 'ਤੇ ਆ ਜਾਂਦੇ ਹਨ ਅਤੇ ਤੁਹਾਡੇ ਨਾਲ ਖੇਡਾਂ ਖੇਡਦੇ ਹਨ। ਉਹਨਾਂ ਨੇ ਬਹੁਤ ਸਾਰੇ ਲੋਕਾਂ ਨਾਲ ਖੇਡਾਂ ਖੇਡੀਆਂ ਹਨ। ਈਸ਼ਰ ਸਿੰਘ ਨੇ ਕਿਹਾ, ਉਹਨਾਂ ਨੇ ਮੇਰੇ ਨਾਲ ਕਿਹੜੀ ਚਾਲ ਚੱਲੀ? ਚਾਲ ਇਹ ਸੀ ਕਿ ਤੁਸੀਂ ਇੱਕ ਕਾਮਲ ਮੁਰਸ਼ਦ ਨੂੰ ਮਿਲਣ ਲਈ ਗਏ ਸੀ, ਪਰ ਉਹਨਾਂ ਨੂੰ ਮਿਲੇ ਬਿਨਾਂ ਹੀ ਵਾਪਸ ਆ ਗਏ। ਤੁਸੀਂ ਇੱਕ ਔਰਤ ਨੂੰ ਵੇਖਿਆ ਅਤੇ ਵਾਪਸ ਆ ਗਏ। ਉਸ ਔਰਤ ਨੇ ਮੁਰਸ਼ਦ ਦੇ ਨਿਰਦੇਸ਼ਾਂ ਅਨੁਸਾਰ ਹੀ ਕੰਮ ਕੀਤਾ। ਅਗਲੀ ਵਾਰ ਜਦੋਂ ਤੁਸੀਂ ਜਾਵੋਗੇ ਤਾਂ ਉਸ ਔਰਤ ਨੂੰ ਬਹੁਤ ਪਿਆਰ ਨਾਲ ਭਰੀ ਪਾਓਗੇ, ਉਹ ਬਿਲਕੁਲ ਗੁੱਸੇ ਨਹੀਂ ਹੋਵੇਗੀ। ਇਸ ਵਾਰ ਉਹ ਇਮਤਿਹਾਨ ਲੈ ਰਹੀ ਸੀ। ਅਸਲ ਵਿੱਚ ਮੁਰਸ਼ਦ ਤੁਹਾਡਾ ਇਮਤਿਹਾਨ ਲੈ ਰਹੇ ਸਨ ਕਿ ਤੁਸੀਂ ਉਹਨਾਂ ਨੂੰ ਮਿਲਣ ਆ ਰਹੇ ਹੋ ਜਾਂ ਉਸ ਔਰਤ ਨੂੰ। ਤੁਸੀਂ ਉਸ ਔਰਤ ਨੂੰ ਮਿਲ ਕੇ ਚਲੇ ਗਏ। ਤੁਸੀਂ ਮੁਰਸ਼ਦ ਦੇ ਨੁਕਤੇ ਨੂੰ ਨਹੀਂ ਸਮਝ ਸਕੇ। ਈਸ਼ਰ ਸਿੰਘ ਨੇ ਕਿਹਾ, ਠੀਕ ਹੈ, ਮੈਂ ਅਗਲੇ ਹਫ਼ਤੇ ਦੇ ਅੰਤ ਵਿੱਚ ਦਿਨ ਦੇ ਸਮੇਂ ਫਿਰ ਜਾਵਾਂਗਾ ਅਤੇ ਹੁਣ ਮੈਨੂੰ ਪਤਾ ਹੈ ਡੇਰਾ ਕਿੱਥੇ ਹੈ। ਸੋ ਅਗਲੇ ਸ਼ਨਿਚਰਵਾਰ ਉਹ ਮਹਿਲ ਤੋਂ ਛੁੱਟੀ ਲੈ ਕੇ ਸੰਤ ਸਤਿਗੁਰੂ ਨੂੰ ਮਿਲਣ ਚੱਲ ਪਏ। ਡੇਰੇ 'ਤੇ ਪਹੁੰਚ ਕੇ ਉਹਨਾਂ ਨੇ ਦੇਖਿਆ ਕਿ ਸੰਤ ਸਤਿਗੁਰੂ ਝੋਪੜੀ ਦੇ ਬਾਹਰ ਇੱਕ ਕੁਰਸੀ 'ਤੇ ਬੈਠੇ ਹਨ। ਉਹ ਉੱਥੇ ਜਾਂਦਾ ਹੈ। ਉਹਨਾਂ ਕਿਹਾ, ਸਤਿਗੁਰੂ ਜੀ, ਮੇਰਾ ਨਾਮ ਈਸ਼ਰ ਸਿੰਘ ਹੈ। ਮੈਂ ਕਪੂਰਥਲਾ ਦੇ ਮਹਿਲ ਵਿੱਚ ਵੈਟਰਨਰੀ ਡਾਕਟਰ ਹਾਂ ਅਤੇ ਮੈਂ ਤੁਹਾਡੇ ਕੋਲੋਂ ਨਾਮਦਾਨ ਦੀ ਦੀਖਿਆ ਲੈਣ ਲਈ ਆਇਆ ਹਾਂ। ਮੈਂ ਨਾਮਦਾਨ ਦੀ ਦੀਖਿਆ ਚਾਹੁੰਦਾ ਹਾਂ ਕਿਉਂਕਿ ਮੇਰੇ ਗੁਆਂਢੀਆਂ ਨੇ, ਦੋ ਮੁਸਲਿਮ ਲੋਕਾਂ ਨੇ ਤੁਹਾਡੇ ਤੋਂ ਨਾਮਦਾਨ ਦੀ ਦੀਖਿਆ ਲਈ ਹੈ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੂੰ ਬਹੁਤ ਵੱਡੀ ਸਫਲਤਾ ਮਿਲੀ, ਇਸ ਲਈ ਮੈਂ ਨਾਮਦਾਨ ਲਈ ਆਇਆ ਹਾਂ। ਮੈਂ ਬਹੁਤ ਸਾਰੀ ਪੜ੍ਹਾਈ ਅਤੇ ਅਧਿਐਨ ਕੀਤਾ ਹੈ ਅਤੇ ਮੈਂ ਤੁਹਾਡੇ ਕੋਲੋਂ ਨਾਮ ਲੈਣ ਲਈ ਤਿਆਰ ਹਾਂ। ਵੱਡੇ ਮਹਾਰਾਜ ਨੇ ਕਿਹਾ, ਠੀਕ ਹੈ ਈਸ਼ਰ ਸਿੰਘ, ਕੀ ਤੁਸੀਂ ਆਪਣੀ ਬਾਂਹ ਤੁੜਾ ਲਈ ਹੈ? ਉਸਨੇ ਕਿਹਾ ਕਿ ਨਾਮਦਾਨ ਲੈਣ ਤੋਂ ਪਹਿਲਾਂ ਇਹ ਕਰਨਾ ਪੈਂਦਾ ਹੈ। ਮਹਾਰਾਜ ਜੀ ਨੇ ਕਿਹਾ, ਨਹੀਂ ਨਹੀਂ ਨਹੀਂ, ਇਹ ਨਾਮ ਨਹੀਂ ਨਹੀਂ ਕਰਨਾ ਪੈਂਦਾ, ਇਹ ਸਿਰਫ ਤੁਹਾਡੀ ਕਿਸਮਤ ਵਿੱਚ ਲਿਖਿਆ ਹੋਇਆ ਹੈ ਕਿ ਬਾਂਹ ਟੁੱਟਣ ਤੋਂ ਬਾਅਦ ਹੀ ਤੁਹਾਨੂੰ ਨਾਮ ਮਿਲੇਗਾ। ਈਸ਼ਰ ਸਿੰਘ ਨੇ ਕਿਹਾ, ਮੈਂ ਆਪਣੀ ਬਾਂਹ ਕਿਉਂ ਤੁੜਵਾਵਾਂਗਾ? ਮਹਾਰਾਜ ਨੇ ਕਿਹਾ, ਤੁਸੀਂ ਘੋੜ ਸਵਾਰੀ ਕਰਦੇ ਹੋ, ਘੋੜੇ ਤੋਂ ਡਿੱਗ ਕੇ ਤੁਸੀਂ ਆਪਣੀ ਬਾਂਹ ਤੁੜਵਾ ਸਕਦੇ ਹੋ, ਇਸ ਤਰ੍ਹਾਂ ਹੁੰਦਾ ਹੈ। ਉਹਨਾਂ ਕਿਹਾ, ਮੈਂ ਘੋੜੇ ਦੀ ਸਵਾਰੀ ਕਰਾਂਗਾ ਹੀ ਨਹੀਂ। ਉਹਨਾਂ ਕਿਹਾ, ਪਰ ਤੁਸੀਂ ਹਮੇਸ਼ਾ ਘੋੜਿਆਂ ਦੀ ਸਵਾਰੀ ਕਰਦੇ ਆ ਰਹੇ ਹੋ। ਨਹੀਂ, ਅੱਜ ਤੋਂ ਬਾਅਦ ਘੋੜੇ 'ਤੇ ਸਵਾਰ ਹੋਵਾਂਗਾ ਹੀ ਨਹੀਂ, ਮੈਂ ਆਪਣੀ ਬਾਂਹ ਤੁੜਵਾਵਾਂਗਾ ਹੀ ਨਹੀਂ। ਵੱਡੇ ਮਹਾਰਾਜ ਨੇ ਕਿਹਾ, ਚਲੋ ਜਿਵੇਂ ਕਿਵੇਂ ਵੀ, ਜਦੋਂ ਤੁਸੀਂ ਆਪਣੀ ਬਾਂਹ ਨੂੰ ਤੁੜਵਾ ਲਵੋਗੇ ਅਤੇ ਉਸ ਤੋਂ ਬਾਅਦ ਬਾਂਹ ਠੀਕ ਹੋ ਜਾਵੇਗੀ ਤਾਂ ਵਾਪਸ ਆ ਜਾਣਾ, ਮੈਂ ਤੁਹਾਨੂੰ ਨਾਮਦਾਨ ਦੀ ਦੀਖਿਆ ਦੇ ਦੇਵਾਂਗਾ, ਇਹ ਮੇਰਾ ਵਾਅਦਾ ਹੈ। ਉਹਨਾਂ ਕਿਹਾ, ਠੀਕ ਹੈ। ਈਸ਼ਰ ਸਿੰਘ ਵਾਪਸ ਚਲੇ ਗਏ। ਜਿਵੇਂ ਹੀ ਉਹ ਆਪਣੇ ਘਰ ਪਹੁੰਚੇ ਤਾਂ ਉਸਦੀ ਪਤਨੀ ਮਾਇਆ, ਉਸਦਾ ਨਾਮ ਮਾਇਆ ਸੀ, ਉਸਨੇ ਉਹਨਾਂ ਨੂੰ ਪੁੱਛਿਆ, ਤੁਸੀਂ ਕਿੱਥੇ ਸੀ? ਸਾਰਾ ਦਿਨ ਮਹਾਰਾਜ ਤੁਹਾਨੂੰ ਬੁਲਾਉਂਦੇ ਰਹੇ, ਕੋਈ ਜ਼ਰੂਰੀ ਗੱਲ ਹੋਣੀ ਹੈ। ਪੰਜ ਸੁਨੇਹੇ ਆਏ ਸਨ, ਈਸ਼ਰ ਸਿੰਘ ਨੂੰ ਮਹਿਲ ਭੇਜੋ, ਤੁਸੀਂ ਕਿੱਥੇ ਸੀ? ਉਹਨਾਂ ਨੇ ਕਿਹਾ, ਮੈਂ ਇੱਕ ਡੇਰੇ ਦੇ ਮਹਾਰਾਜ ਜੀ ਨੂੰ ਮਿਲਣ ਗਿਆ ਸੀ। ਉਹ ਬੋਲੀ, ਤੁਹਾਨੂੰ ਹੁਣੇ ਹੁਣ ਮਹਿਲ ਜਾਣਾ ਚਾਹੀਦਾ ਹੈ। ਉਹ ਦੌੜੇ ਦੌੜੇ ਮਹਿਲ ਪਹੁੰਚੇ, ਮਹਾਰਾਜ ਆਪਣੇ ਤਖ਼ਤ 'ਤੇ ਬੈਠੇ ਸਨ। ਉਹਨਾਂ ਪੁੱਛਿਆ, ਡਾਕਟਰ ਤੁਸੀਂ ਕਿੱਥੇ ਸੀ? ਮੈਂ ਸਵੇਰ ਤੋਂ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ।
ईशर सिंह ने कहा, मैं तुहाडे लई की कर सकता हाँ। वह बोले, अज सवेर तो अरब तो दो नवे घोड़े आए हैं, वह मेरे सब तो वधिया घोड़े हैं, मैं उन्हां दी सवारी का इंतजार कर रहा हाँ। मैं पूरे महल नूं कहा, ईशर सिंह एक घोड़े ते सवार होणगे अते मैं दूजे ते सवार होवांगा। घोड़ियां दा उद्घाटन उदों ही होवेगा जदों मेरा वैटरनरी डॉक्टर आवेगा। ईशर सिंह ने कहा, महाराज कृपा करके मैनू माफ करो, मैं घोड़े दी सवारी नहीं करांगा। क्यों? तुसी हर रोज घोड़सवारी करते हो, इस विच नवा की है? ईशर सिंह बोले, नहीं मैं अपनी बाह नहीं तड़वानी। वो बोले, एक ही हो जा बेवकूफाना विचार किसी ने तुहाडे दिमाग विच भर दिता, तुसी हर रोज घोड़सवारी करते हो। वो बोले, महाराज जी ने मैनू दसिया है। वो बोले, महाराज तो मैं हाँ, इत्थे कोई होर महाराज नहीं है अते मैं तुहानू कह रहा हाँ। नहीं, जदों उन्होंने मैनू ये दसिया सी तां मैनू बहुत जबरदस्त भावना हुई सी, जरूर उन्होंने कुछ पता होना है। उन्होंने किन्ने सकारात्मक तरीके नाल कहा सी कि मैं अपनी बाँह तोड़ा लवांगा, मैं घोड़सवारी नहीं करनी चाहुंदा। वो बोले, देखो मैं सारा दिन तुहाडे लई इंतजार किया है, सारा महल इंतजार कर रहा है, घट्टो घट मेरी इज्जत बचाउण लई बस घोड़े ते बैठ जाओ। मैं एक घोड़े ते बैठांगा, तुसी दूजे घोड़े ते बैठोगे, मैं सवारी लई निकल जावांगा अते तुसी उतर जाना। ठीक है? ठीक है, मैं इदां कर सकता हाँ। सो महाराजा अपने घोड़े ते चढ़ गया। ईशर सिंह ने अपनी रकाब लगाई अते जिवें ही काठी ते चढ़े, घोड़ा दौड़ पिया। वह एक नवा घोड़ा सी, उसनू पता ना लगा उसका पैर एक पत्थर ते पिया अते घोड़ा डिग पिया। ईशर सिंह उसके हेठा दब गए अते उन्हां दी सज्जी बांह की हड्डी कई जगह तो टुट गई। उन्हां कहा, मैं जानता सी कि यह वापरेगा, उस आदमी के शब्दों में बहुत शक्ति सी, मैं शुरू तो ही जानता सी, पर मैनू नहीं सी पता कि एक खड़े घोड़े नाल इस तरह वापर सकता है। उन्होंने कई फ्रैक्चर हो गए, उन्होंने बाँह पलस्तरां नाल भर गई, वो 6 हफ्ते पलस्तरां विच रहे। यह बहुत बुरा फ्रैक्चर सी, 6 हफ्तों बाद उन्हों का मोढ़ा और बाँह जकड़ी गई, उन्होंने हिला सकना बहुत मुश्किल हो गया। जिवें तिवें वह वापस डेरे ते पहुंचे अते वड़े महाराज ने कहा, मैं अपनी बाँह तुड़ा ली सी पर हुण ठीक है, मैनू नाम दान दे देवो। वड़े महाराज ने कहा, अपना सज्जा हाथ अपने कान तक चुको। सतगुरु जी, मैं इदा नहीं कर सकता, ये बाँह जकड़ चुकी है, ये तो हिलजुल भी नहीं रही, ये हाथ तो जकड़िया जा चुका है, ये तो हिलजुल भी नहीं रहा, माफ करना, फिर मैं तुहानू नाम दा नहीं दे सकता। वो बोले, तुसी किहो जिहे गुरु हो, हर वार तुसी एक नवी शर्त रखते हो, पिछली वार तुसी कहा सी अपनी बाँह तुड़ा लै अते हुण तुसी कह रहे हो अपना हाथ अपने कान तक चुक, तुसी हर वार एक नवी शर्त क्यों रख देंदे हो? वड्डे महाराज ने कहा, नहीं नहीं, ये कोई नवी शर्त नहीं है, ये शर्त तां ओही है जो मैं शुरुआत विच रखी सी। मैं कहा सी, जाओ अते अपनी बाँह तुड़ा लो अते फिर बाँह ठीक हो जाण ते आ जायो, तुसी अजे ठीक नहीं होए हो। वो बोले, महाराज जी इसका कोई हल नहीं है, मेरी बाँह जकड़ी जा चुकी है, ये पूरी तरह एक हड्डी वांग हो गई है, मैं अपने मोढ़े अते बाँह नू नहीं हिला सकता। महाराज बोले, जदों तुहाडे घोड़े की लत टुट जाती है तो तुसी की करते हो? ईशर सिंह ने उत्तर दिता, जदों असी घोड़ियां दा इलाज कर रहे हुंदे हाँ तां असी नाइट्रिक एसिड अते अलसी दे एसिड की वरतों करते हाँ, ये तेज मिश्रण है, इस नूं लगाउण नाल इन्ना दर्द हुंदा है कि घोड़े अपने पैर नूं दर्द नाल जमीन ते इन्ना मारदे हन कि धरती विच खड्डा बन जाता है। महाराज ने कहा, तुसी अजिहा क्यों नहीं करते? डॉक्टर ईशर सिंह ने उत्तर दिता, ये की कह रहे हो सतगुरु जी, जेकर मैं अजिहा किता तां मैं मर जावांगा। नहीं, तुसी नहीं मरोगे, मैं तुहानू मिश्रण बनाउन दा एक ढंग दसदा हाँ
ਕਿ ਐਸਿਡ ਦੀ ਵਰਤੋਂ ਕਿਸ ਅਨੁਪਾਤ ਵਿੱਚ ਕਰਨੀ ਹੈ। ਇਹ 4 ਗੁਣਾ ਹੈ ਅਤੇ ਇਹ 1 ਗੁਣਾ। ਇਸ ਨੂੰ 16 ਗੁਣਾ ਪਤਲਾ ਕਰੋ ਅਤੇ ਫਿਰ ਇਸਤੇਮਾਲ ਕਰੋ। ਉਹ ਬੋਲੇ, ਮਹਾਰਾਜ ਜੀ, ਇਹ ਮੁਸ਼ਕਲ ਹੈ ਪਰ ਮੈਂ ਕੋਸ਼ਿਸ਼ ਕਰਾਂਗਾ। ਉਹ ਵਾਪਸ ਚਲੇ ਗਏ ਅਤੇ ਦੱਸੇ ਹੋਏ ਇਲਾਜ ਦੀ ਕੋਸ਼ਿਸ਼ ਕੀਤੀ। ਇਲਾਜ ਬਹੁਤ ਦੁਖਦਾਈ ਸੀ। ਉਹਨਾਂ ਨਿੱਜੀ ਤੌਰ 'ਤੇ ਮੈਨੂੰ ਦੱਸਿਆ ਕਿ ਇਲਾਜ ਬਹੁਤ ਦੁਖਦਾਈ ਪਰ ਸਹਿਣਯੋਗ ਸੀ। ਕੈਲਸੀਫਿਕੇਸ਼ਨ ਖੁੱਲ੍ਹ ਗਈ ਅਤੇ ਜਕੜਨ ਦੂਰ ਹੋ ਗਈ। ਉਹ ਬਾਂਹ ਹਿਲਾ ਸਕਣ ਦੇ ਯੋਗ ਹੋ ਗਏ। ਉਹ ਵਾਪਸ ਗਏ ਅਤੇ ਨਾਮਦਾਨ ਦੀ ਦੀਖਿਆ ਲਈ। ਇੱਕ ਵਿਅਕਤੀ ਜੋ ਇਸ ਤਰ੍ਹਾਂ ਦੀ ਨਾਮਦਾਨ ਦੀ ਕਿਰਿਆ ਵਿੱਚੋਂ ਲੰਘਿਆ ਹੋਵੇ ਤਾਂ ਸੱਚਮੁੱਚ ਉਹ ਉਸ ਨਾਮਦਾਨ ਦਾ ਸਤਿਕਾਰ ਕਰਦਾ ਹੈ। ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਨੇ ਬਹੁਤ ਕੀਮਤੀ ਚੀਜ਼ ਪ੍ਰਾਪਤ ਕੀਤੀ ਹੈ ਅਤੇ ਇਸ ਲਈ ਉਹਨਾਂ ਨੇ ਚੰਗੀ ਤਰੱਕੀ ਕੀਤੀ। ਬਾਅਦ ਵਿੱਚ ਉਸ ਡਾਕਟਰ ਈਸ਼ਰ ਸਿੰਘ ਨੇ ਐਲਾਨ ਕੀਤਾ ਕਿ ਇਹ ਗੁਰੂ ਸੰਪੂਰਨ ਹੈ, ਉਸ ਨੂੰ ਪੂਰੀ ਸੰਤੁਸ਼ਟੀ ਮਿਲੀ ਹੈ। ਹਾਲਾਂਕਿ ਉਹ ਪਹਿਲਾਂ ਬਹੁਤ ਸਾਰੇ ਗੁਰੂਆਂ ਨੂੰ ਮਿਲੇ ਸਨ ਪਰ ਇਸ ਗੁਰੂ ਨੇ ਉਹਨਾਂ ਦੀ ਪੂਰਨ ਤਸੱਲੀ ਕਰਾ ਦਿੱਤੀ। ਉਹਨਾਂ ਨੇ ਸੁਣਿਆ ਸੀ ਕਿ ਜੇ ਕੋਈ ਵਿਅਕਤੀ ਇੱਕ ਪਰਮ ਸੰਤ ਸਤਿਗੁਰੂ ਦੇ ਚਿਹਰੇ ਦੇ ਦਰਸ਼ਨ ਕਰਦਾ ਹੈ, ਇੱਕ ਪਰਮ ਸੰਤ ਸਤਿਗੁਰੂ ਦੇ ਦਰਸ਼ਨ ਕਰਦਾ ਹੈ ਤਾਂ ਇੱਕ ਦਿਨ ਉਸ ਨੂੰ ਨਾਮਦਾਨ ਜ਼ਰੂਰ ਪ੍ਰਾਪਤ ਹੋਵੇਗਾ। ਜੇ ਇਸ ਜਨਮ ਵਿੱਚ ਨਹੀਂ ਤਾਂ ਅਗਲੇ ਜਨਮ ਵਿੱਚ। ਇੱਕ ਪਰਮ ਸੰਤ ਸਤਿਗੁਰੂ ਦੇ ਦਰਸ਼ਨ ਕਰਨਾ ਇੰਨਾ ਲਾਭਦਾਇਕ ਹੁੰਦਾ ਹੈ। ਈਸ਼ਰ ਸਿੰਘ ਨੇ ਆਪਣੇ ਦੋਸਤਾਂ ਨੂੰ ਕਿਹਾ, ਸਭ ਤੋਂ ਵਧੀਆ ਕੰਮ ਜੋ ਮੈਂ ਤੁਹਾਡੇ ਲਈ ਕਰ ਸਕਦਾ ਹਾਂ ਉਹ ਹੈ ਤੁਹਾਨੂੰ ਪਰਮ ਸੰਤ ਸਤਿਗੁਰੂ ਕੋਲ ਲਿਜਾਣਾ। ਸ਼ਾਇਦ ਤੁਸੀਂ ਉਸ ਨੂੰ ਨਾ ਮੰਨੋ, ਉਸ ਵੱਲ ਵੇਖੋ। ਜੇ ਉਹ ਤੁਹਾਨੂੰ ਵੇਖਦਾ ਹੈ, ਤੁਹਾਡੇ ਉੱਤੇ ਦ੍ਰਿਸ਼ਟੀ ਪਾਉਂਦਾ ਹੈ ਤਾਂ ਯਕੀਨਨ ਤੁਹਾਨੂੰ ਬਿਨਾਂ ਮੰਗੇ ਅਤੇ ਕੋਸ਼ਿਸ਼ ਕੀਤੇ ਨਾਮਦਾਨ ਆਪਣੇ ਆਪ ਮਿਲ ਜਾਵੇਗਾ। ਅੱਗੋਂ ਈਸ਼ਰ ਸਿੰਘ ਨੇ ਆਪਣੇ ਪਿਤਾ ਨੂੰ ਕਿਹਾ, ਪਿਤਾ ਜੀ, ਮੈਂ ਚਾਹੁੰਦਾ ਹਾਂ ਕਿ ਤੁਸੀਂ ਡੇਰੇ ਜਾਓ ਅਤੇ ਮੇਰੇ ਗੁਰੂ ਨੂੰ ਮਿਲੋ। ਉਸ ਦੇ ਪਿਤਾ ਨੇ ਕਿਹਾ, ਤੂੰ ਮੂਰਖ ਅਤੇ ਪਾਗਲ ਹੈ। ਜਦੋਂ ਸਾਡੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਤਾਂ ਇੱਕ ਆਦਮੀ ਨੂੰ ਗੁਰੂ ਮੰਨਣਾ ਕਿੱਥੋਂ ਦੀ ਅਕਲਮੰਦੀ ਹੈ? ਸਾਡੇ ਕੋਲ ਪਵਿੱਤਰ ਗ੍ਰੰਥ ਹੈ। ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਇੱਕ ਵਿਅਕਤੀ ਉਸ ਦੇ ਬਰਾਬਰ ਹੋ ਸਕਦਾ ਹੈ। ਈਸ਼ਰ ਸਿੰਘ ਨੇ ਕਿਹਾ, ਭੁੱਲ ਜਾਓ ਗੁਰੂ ਨੂੰ। ਉਹ ਗੁਰੂ ਨਹੀਂ ਹੈ, ਬਸ ਇੱਕ ਚੰਗਾ ਇਨਸਾਨ ਹੈ। ਇੱਕ ਚੰਗੇ ਆਦਮੀ ਨੂੰ ਤਾਂ ਮਿਲ ਸਕਦੇ ਹੋ? ਮੇਰੇ ਕੋਲ ਕਿਸੇ ਵੀ ਚੰਗੇ ਆਦਮੀ ਨੂੰ ਮਿਲਣ ਲਈ ਸਮਾਂ ਨਹੀਂ ਹੈ। ਮੈਂ ਨਹੀਂ ਜਾਵਾਂਗਾ। ਮੈਨੂੰ ਪਤਾ ਹੈ ਕਿ ਤੂੰ ਮੈਨੂੰ ਉੱਥੇ ਲਿਜਾਣ ਲਈ ਮੇਰੇ ਨਾਲ ਕੋਈ ਚਾਲ ਖੇਡ ਰਿਹਾ ਹੈ। ਮੈਂ ਨਹੀਂ ਜਾਵਾਂਗਾ। ਤੂੰ ਜਿੰਨੀ ਵੀ ਮਰਜ਼ੀ ਕੋਸ਼ਿਸ਼ ਕਰ ਲੈ। ਸੋ ਈਸ਼ਰ ਸਿੰਘ ਵੱਡੇ ਮਹਾਰਾਜ ਕੋਲ ਆਏ। ਉਹਨਾਂ ਕਿਹਾ, ਮੈਂ ਆਪਣੇ ਪਿਤਾ ਜੀ ਨੂੰ ਤੁਹਾਡੇ ਕੋਲੋਂ ਨਾਮ ਲੈਣ ਲਈ ਇੱਥੇ ਲਿਆਉਣਾ ਚਾਹੁੰਦਾ ਹਾਂ। ਮਹਾਰਾਜ ਜੀ ਬੋਲੇ, ਈਸ਼ਰ ਸਿੰਘ, ਆਪਣੇ ਪਿਤਾ ਜੀ ਨੂੰ ਮੇਰੇ ਕੋਲ ਲਿਆਓ। ਇਹ ਤੁਹਾਡਾ ਕੰਮ ਹੈ। ਮੈਂ ਉਹਨਾਂ ਨੂੰ ਨਾਮਦਾਨ ਦੇਵਾਂਗਾ। ਉਹ ਮੇਰਾ ਕੰਮ ਹੈ। ਈਸ਼ਰ ਸਿੰਘ ਨੇ ਕਿਹਾ, ਵਾਹ, ਮੇਰਾ ਕੰਮ ਤਾਂ ਸਿਰਫ ਉਹਨਾਂ ਨੂੰ ਇੱਥੇ ਲਿਆਉਣ ਦਾ ਹੀ ਹੈ। ਇੱਕ ਦਿਨ ਵੱਡੇ ਮਹਾਰਾਜ ਨੇ ਰੇਲ ਰਾਹੀਂ ਯਾਤਰਾ ਕਰਨੀ ਸੀ। ਬਿਆਸ ਸਟੇਸ਼ਨ ਕੁਛ ਡੁੰਘਾਈ 'ਤੇ ਹੈ। ਪਲੇਟਫਾਰਮ ਤੱਕ ਪਹੁੰਚਣ ਲਈ ਤੁਹਾਨੂੰ ਪੌੜੀਆਂ ਉਤਰਨਾ ਪੈਂਦਾ ਹੈ। ਸੋ ਆਪਣੇ ਪਿਤਾ ਨੂੰ ਵੱਡੇ ਮਹਾਰਾਜ ਨਾਲ ਮਿਲਾਉਣ ਲਈ ਈਸ਼ਰ ਸਿੰਘ ਕੋਈ ਵਿਉਂਤ ਸੋਚਣ ਲੱਗ ਪਏ। ਈਸ਼ਰ ਸਿੰਘ ਨੇ ਵੱਡੇ ਮਹਾਰਾਜ ਨੂੰ ਕਿਹਾ, ਤੁਸੀਂ ਗੱਡੀ ਆਉਣ ਤੋਂ ਘੱਟੋ ਘੱਟ 10 ਤੋਂ 15 ਮਿੰਟ ਪਹਿਲਾਂ ਸਟੇਸ਼ਨ 'ਤੇ ਪਹੁੰਚ ਜਾਓਗੇ। ਮੈਂ ਆਪਣੇ ਬਾਪੂ ਆਪਣੇ ਪਿਤਾ ਨੂੰ ਸਟੇਸ਼ਨ 'ਤੇ ਲਿਆਵਾਂਗਾ। ਫਿਰ ਮੈਂ ਉਹਨਾਂ ਨੂੰ ਕਹੂੰਗਾ ਕਿ ਮੈਂ ਕਿਸੇ ਕੰਮ ਲਈ ਸਟੇਸ਼ਨ ਮਾਸਟਰ ਕੋਲ ਜਾ ਰਿਹਾ ਹਾਂ ਅਤੇ ਫਿਰ ਮੈਂ ਤੁਹਾਡੇ ਕੋਲ ਆ ਜਾਵਾਂਗਾ ਅਤੇ ਤੁਸੀਂ ਆ ਕੇ ਉਹਨਾਂ ਨੂੰ ਦਰਸ਼ਨ ਦੇ ਦੇਣਾ। ਮੈਂ ਬਸ ਇਹੀ ਚਾਹੁੰਦਾ ਹਾਂ। ਵੱਡੇ ਮਹਾਰਾਜ ਨੇ ਇਹ ਕਰਨ ਲਈ ਹਾਂ ਕਰ ਦਿੱਤੀ। ਸੋ ਈਸ਼ਰ ਸਿੰਘ ਨੇ ਆਪਣੇ ਪਿਤਾ ਜੀ ਨੂੰ ਕਿਹਾ, ਮੈਨੂੰ ਸਟੇਸ਼ਨ 'ਤੇ ਕੁਛ ਕੰਮ ਹੈ, ਕੀ ਤੁਸੀਂ ਮੇਰੇ ਨਾਲ ਚੱਲੋਗੇ? ਉਹ ਬੋਲੇ, ਠੀਕ ਹੈ। ਸੋ ਉਹ ਦੋਵੇਂ ਆਪਣੇ ਘੋੜਿਆਂ 'ਤੇ ਸਵਾਰ ਹੋ ਕੇ ਸਟੇਸ਼ਨ 'ਤੇ ਪਹੁੰਚ ਗਏ। ਉਹਨਾਂ ਨੇ ਆਪਣੇ ਪਿਤਾ ਜੀ ਨੂੰ ਕਿਹਾ, ਬਾਪੂ, ਮੇਰੇ ਘੋੜੇ ਨੂੰ ਫੜੋ, ਮੈਂ ਸਟੇਸ਼ਨ ਮਾਸਟਰ ਕੋਲ ਜਾ ਕੇ ਕੰਮ ਨਿਪਟਾ ਆਵਾਂ। ਬਾਪੂ ਬੋਲੇ, ਠੀਕ ਹੈ, ਅਤੇ ਉਹਨਾਂ ਦੂਜੇ ਘੋੜੇ ਦੀ ਲਗਾਮ ਫੜ ਲਈ। ਈਸ਼ਰ ਸਿੰਘ ਹੇਠਾਂ ਨੂੰ ਦੌੜੇ। ਆ ਕੇ ਉਹਨਾਂ ਵੱਡੇ ਮਹਾਰਾਜ ਨੂੰ ਕਿਹਾ, ਮੇਰੇ ਪਿਤਾ ਜੀ ਆ ਗਏ ਹਨ, ਉਹਨਾਂ ਨੂੰ ਦਰਸ਼ਨ ਦਿਓ। ਹਾਂ ਹਾਂ, ਅਤੇ ਉਹ ਦੋਵੇਂ ਉਸ ਵੱਲ ਦੌੜ ਪਏ।
ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਕਲਪਨਾ ਨਹੀਂ ਕਰ ਸਕਦੇ ਕਿ ਇੱਕ ਸੰਤ ਸਤਿਗੁਰੂ ਜਿਸ ਦੀ ਉਮਰ ਹੋ ਗਈ ਹੈ, ਚਿੱਟੀ ਦਾੜ੍ਹੀ ਹੈ, ਉਹ ਅਤੇ ਇੱਕ ਡਾਕਟਰ ਦੋਵੇਂ ਦੌੜ ਰਹੇ ਹਨ। ਇਹ ਬੱਚਿਆਂ ਵਾਲੀ ਹਰਕਤ ਲੱਗਦੀ ਹੈ, ਪਰ ਗੁਰੂ ਬੱਚਿਆਂ ਵਾਂਗ ਹੀ ਹੁੰਦੇ ਹਨ। ਉਹ ਤੁਹਾਡੇ ਪੱਧਰ ਤੱਕ ਆ ਸਕਦੇ ਹਨ। ਉਹ ਦੋਵੇਂ ਪੌੜੀਆਂ ਚੜ੍ਹੇ ਅਤੇ ਉਹਨਾਂ ਨੇ ਦੇਖਿਆ ਕਿ ਬਾਪੂ ਘੋੜਾ ਛੱਡ ਕੇ ਚਲਾ ਗਿਆ ਸੀ। ਉਸ ਨੂੰ ਸ਼ੱਕ ਹੋ ਗਿਆ ਸੀ ਕਿ ਕੋਈ ਚਾਲ ਚੱਲ ਰਿਹਾ ਹੈ, ਸੋ ਉਹ ਉੱਥੋਂ ਚਲਾ ਗਿਆ। ਵੱਡੇ ਮਹਾਰਾਜ ਨੇ ਕਿਹਾ, ਮੈਨੂੰ ਮਾਫ਼ ਕਰਨਾ ਈਸ਼ਰ ਸਿੰਘ, ਤੁਹਾਡੇ ਪਿਤਾ ਜੀ ਨੇ ਇਹ ਮੌਕਾ ਗੁਆ ਦਿੱਤਾ, ਇਸ ਲਈ ਮੈਂ ਕੋਈ ਮਦਦ ਨਹੀਂ ਕਰ ਸਕਦਾ। ਸੌਦਾ ਇਹ ਸੀ ਕਿ ਤੁਸੀਂ ਆਪਣੇ ਪਿਤਾ ਜੀ ਨੂੰ ਮੇਰੇ ਕੋਲ ਲਿਆਓ ਅਤੇ ਮੈਂ ਉਹਨਾਂ ਨੂੰ ਨਾਮ ਦੇਵਾਂਗਾ। ਉਹਨਾਂ ਉੱਤਰ ਦਿੱਤਾ, ਮੁਰਸ਼ਦ, ਮੇਰੇ ਪਿਤਾ ਜੀ ਇਸ ਤਰ੍ਹਾਂ ਦੇ ਨਹੀਂ ਹਨ, ਉਹਨਾਂ ਨੂੰ ਮਨਾਉਣਾ ਬਹੁਤ ਮੁਸ਼ਕਲ ਹੈ, ਅਜਿਹਾ ਲਗਭਗ ਅਸੰਭਵ ਹੈ। ਜੇ ਤੁਸੀਂ ਕਿਸੇ ਤਰੀਕੇ ਨਾਲ ਉਹਨਾਂ ਨੂੰ ਮਨਾ ਲਓ ਤਾਂ ਇਹ ਇੱਕ ਵੱਡਾ ਚਮਤਕਾਰ ਹੋਵੇਗਾ। ਜਦੋਂ ਕੋਈ ਵਿਉਂਤ ਸਿਰੇ ਨਾ ਚੜ੍ਹੀ ਤਾਂ ਈਸ਼ਰ ਸਿੰਘ ਨੇ ਸੋਚਿਆ, ਵੱਡੇ ਮਹਾਰਾਜ ਨੇ ਵਾਅਦਾ ਕੀਤਾ ਸੀ ਮੇਰੇ ਨਾਲ ਕਿ ਬਾਪੂ ਜੀ ਨੂੰ ਉਹਨਾਂ ਕੋਲ ਲੈ ਜਾਣਾ ਮੇਰਾ ਕੰਮ ਹੈ ਅਤੇ ਉਹਨਾਂ ਨੂੰ ਨਾਮਦਾਨ ਦੀ ਦੀਖਿਆ ਦੇਣਾ ਉਹਨਾਂ ਦਾ ਕੰਮ ਹੈ। ਉਹਨਾਂ ਨਿਸ਼ਚਾ ਕੀਤਾ ਕਿ ਉਹ ਬਾਪੂ ਨੂੰ ਉੱਥੇ ਲੈ ਕੇ ਜਾਣਗੇ ਅਤੇ ਇੱਕ ਸਵੇਰ ਜਦੋਂ ਉਹਨਾਂ ਦੇ ਬਾਪੂ ਰਸੋ ਰਹੇ ਸਨ ਤਾਂ ਉਹਨਾਂ ਇੱਕ ਰੱਸੇ ਨਾਲ ਲਪੇਟ ਕੇ ਬਾਪੂ ਨੂੰ ਮੰਜੇ ਨਾਲ ਬੰਨ੍ਹ ਲਿਆ। ਬਾਪੂ ਨੇ ਕਿਹਾ, ਤੂੰ ਇਹ ਕੀ ਕਰ ਰਿਹਾ ਹੈ? ਪਿਤਾ ਜੀ, ਮੈਂ ਤੁਹਾਨੂੰ ਆਪਣੇ ਗੁਰੂ ਕੋਲ ਲਿਜਾ ਰਿਹਾ ਹਾਂ, ਤੂੰ ਮੈਨੂੰ ਇਸ ਤਰ੍ਹਾਂ ਜ਼ਬਰਦਸਤੀ ਕਿਵੇਂ ਲਿਜਾ ਸਕਦਾ ਹੈ? ਈਸ਼ਰ ਸਿੰਘ ਨੇ ਕਿਹਾ, ਮੈਂ ਇੱਕ ਟਾਂਗਾ ਬੁਲਾ ਲਿਆ ਹੈ, ਉਹ ਬਾਹਰ ਖੜਾ ਹੈ, ਮੈਂ ਤੁਹਾਨੂੰ ਉੱਥੇ ਲਿਜਾ ਰਿਹਾ ਹਾਂ। ਬਾਪੂ ਨੇ ਕਿਹਾ ਕਿ ਤੂੰ ਮੈਨੂੰ ਉੱਥੇ ਲਿਜਾਣ ਲਈ ਮਜਬੂਰ ਨਹੀਂ ਕਰ ਸਕਦਾ। ਈਸ਼ਰ ਸਿੰਘ ਨੇ ਕਿਹਾ, ਮੇਰਾ ਸੌਦਾ ਹੋ ਚੁੱਕਿਆ ਹੈ ਕਿ ਮੈਂ ਤੁਹਾਨੂੰ ਵੱਡੇ ਮਹਾਰਾਜ ਤੱਕ ਲਿਜਾਣਾ ਹੈ ਅਤੇ ਉਸ ਤੋਂ ਬਾਅਦ ਦਾ ਕੰਮ ਉਹਨਾਂ ਦਾ ਹੈ। ਬਾਪੂ ਨੇ ਕਿਹਾ, ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਤੂੰ ਪਾਗਲ ਹੋ ਗਿਆ ਲੱਗਦਾ ਹੈ। ਈਸ਼ਰ ਸਿੰਘ ਨੇ ਕਿਹਾ, ਤੁਸੀਂ ਜੋ ਮਰਜ਼ੀ ਕਹੋ, ਪਰ ਤੁਸੀਂ ਉੱਥੇ ਜਾ ਰਹੇ ਹੋ। ਈਸ਼ਰ ਸਿੰਘ ਇੱਕ ਤਾਕਤਵਰ ਇਨਸਾਨ ਸੀ। ਉਹਨਾਂ ਆਪਣੇ ਰੱਸੇ ਨਾਲ ਬੰਨੇ ਪਿਤਾ ਸਮੇਤ ਮੰਜੇ ਨੂੰ ਚੁੱਕ ਕੇ ਬਾਹਰ ਟਾਂਗੇ ਵਿੱਚ ਰੱਖ ਲਿਆ ਅਤੇ ਟਾਂਗੇ ਵਾਲੇ ਨੂੰ ਕਿਹਾ, ਟਾਂਗੇ ਨੂੰ ਡੇਰੇ ਵੱਲ ਭਜਾ। ਪਿਤਾ ਜੀ ਚੀਕੇ, ਮੇਰਾ ਪੁੱਤਰ ਪਾਗਲ ਹੋ ਗਿਆ ਹੈ। ਸਾਰੇ ਗੁਆਂਢੀ ਬਾਹਰ ਆ ਗਏ। ਉਹਨਾਂ ਪੁੱਛਿਆ, ਈਸ਼ਰ ਸਿੰਘ, ਇਹ ਕੀ ਹੋ ਰਿਹਾ ਹੈ? ਈਸ਼ਰ ਸਿੰਘ ਨੇ ਉੱਤਰ ਦਿੱਤਾ, ਮੇਰੇ ਡੈਡੀ ਪਾਗਲ ਹੋ ਗਏ ਹਨ ਅਤੇ ਮੈਂ ਉਹਨਾਂ ਨੂੰ ਹਸਪਤਾਲ ਲਿਜਾ ਰਿਹਾ ਹਾਂ। ਬਾਪੂ ਬੋਲੇ, ਮੈਂ ਪਾਗਲ ਨਹੀਂ ਹਾਂ, ਮੇਰਾ ਪੁੱਤਰ ਪਾਗਲ ਹੈ। ਲੋਕਾਂ ਨੇ ਕਿਹਾ, ਜਲਦੀ ਲਿਜਾਓ, ਹੁਣ ਟਾਂਗਾ ਦੌੜ ਰਿਹਾ ਹੈ, ਉਸ 'ਤੇ ਬੰਨਿਆ ਹੋਇਆ ਆਦਮੀ ਚੀਕ ਰਿਹਾ ਹੈ, ਉਸ ਦੀਆਂ ਬਾਹਾਂ ਅਤੇ ਲੱਤਾਂ ਰੱਸੀ ਕਾਰਨ ਛਿੱਲ ਗਈਆਂ ਸਨ। ਪੈਂਡਾ 15 ਮੀਲ ਦੀ ਦੂਰੀ ਦਾ ਸੀ। ਪਿੱਛੋਂ ਈਸ਼ਰ ਸਿੰਘ ਹੋਰ ਤੇਜ਼ ਜਾਣ ਦਾ ਹੁਕਮ ਦੇ ਰਹੇ ਸਨ। ਉੱਧਰ ਵੱਡੇ ਮਹਾਰਾਜ ਬਾਹਰ ਕੁਰਸੀ 'ਤੇ ਬੈਠੇ ਸਨ। ਇਹ ਅਜੀਬ ਤਰ੍ਹਾਂ ਦਾ ਨਜ਼ਾਰਾ ਸੀ। ਇੱਕ ਆਦਮੀ ਇੱਕ ਟਾਂਗੇ 'ਤੇ ਬੰਨਿਆ ਚੀਕ ਰਿਹਾ ਸੀ, ਨਾਲ ਹੀ ਈਸ਼ਰ ਸਿੰਘ ਇੱਕ ਘੋੜੇ 'ਤੇ ਸਵਾਰ ਸਨ। ਦੋਵੇਂ ਵੱਡੇ ਮਹਾਰਾਜ ਕੋਲ ਪਹੁੰਚੇ। ਮਹਾਰਾਜ ਜੀ ਹੈਰਾਨ ਸਨ। ਉਹ ਉੱਠੇ। ਈਸ਼ਰ ਸਿੰਘ ਨੇ ਕਿਹਾ, ਮਹਾਰਾਜ ਜੀ, ਮੈਂ ਆਪਣੇ ਬਾਪੂ ਨੂੰ ਲੈ ਆਇਆ ਹਾਂ। ਉਹਨਾਂ ਕਿਹਾ, ਇਹ ਕੋਈ ਤਰੀਕਾ ਹੈ ਉਹਨਾਂ ਨੂੰ ਲਿਆਉਣ ਦਾ? ਤੁਸੀਂ ਆਪਣੇ ਪਿਤਾ ਨਾਲ ਅਜਿਹਾ ਸਲੂਕ ਕਿਵੇਂ ਕਰ ਸਕਦੇ ਹੋ? ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਕਿਵੇਂ ਬੰਨ ਸਕਦੇ ਹੋ? ਈਸ਼ਰ ਸਿੰਘ ਦੇ ਪਿਤਾ ਨੇ ਕਿਹਾ, ਇਹੀ ਗੱਲ ਤਾਂ ਮੈਂ ਉਸ ਨੂੰ ਕਹਿੰਦਾ ਆ ਰਿਹਾ ਸੀ, ਇਹ ਪਾਗਲ ਹੋ ਗਿਆ ਹੈ। ਮਹਾਰਾਜ ਬੋਲੇ, ਈਸ਼ਰ ਸਿੰਘ, ਤੁਸੀਂ ਆਪਣੇ ਪਿਤਾ ਨੂੰ ਇਸ ਤਰ੍ਹਾਂ ਲਿਆਏ ਹੋ, ਤੁਹਾਡਾ ਦਿਮਾਗ ਤਾਂ ਠੀਕ ਹੈ? ਰੱਸੀਆਂ ਨੂੰ ਖੋਲ੍ਹੋ। ਉਹਨਾਂ ਨੇ ਦੋ ਸੇਵਾਦਾਰਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, ਇਹਨਾਂ ਦੀਆਂ ਰੱਸੀਆਂ ਖੋਲ੍ਹੋ, ਸਰਦਾਰ ਜੀ ਨੂੰ ਅੰਦਰ ਲਿਜਾਓ ਅਤੇ ਕੁਛ ਮਲਮ ਲਗਾਓ। ਦੇਖੋ ਤਾਂ ਸਹੀ, ਇਸ ਆਦਮੀ ਨੇ ਆਪਣੇ ਪਿਤਾ ਨਾਲ ਕਿਹੋ ਜਿਹਾ ਸਲੂਕ ਕੀਤਾ ਹੈ। ਉਹਨਾਂ ਨੂੰ ਰੱਸੀਆਂ ਨਾਲ ਬੰਨਿਆ ਹੈ, ਇਹਨਾਂ ਨੂੰ ਅੰਦਰ ਲਿਜਾਓ, ਇਹਨਾਂ ਦੇ ਹੱਥਾਂ 'ਤੇ ਮਲਮ ਲਗਾਓ। ਈਸ਼ਰ ਸਿੰਘ ਨੇ ਸੋਚਿਆ, ਇਹ ਮੁਰਸ਼ਦ ਮੇਰੇ ਪਿਤਾ ਨੂੰ ਕਿਸ ਤਰ੍ਹਾਂ ਦਿੱਖਿਆ ਦੇ ਸਕਦੇ ਹਨ? ਇੱਦਾਂ ਕਰਨ ਵਿੱਚ ਕਈ ਸਾਲ ਲੱਗ ਸਕਦੇ ਹਨ। ਵੱਡੇ ਮਹਾਰਾਜ ਨੇ ਈਸ਼ਰ ਸਿੰਘ ਨੂੰ ਕਿਹਾ, ਤੁਸੀਂ ਹੁਣ ਜਾਓ ਅਤੇ 3 ਦਿਨਾਂ ਬਾਅਦ ਵਾਪਸ ਆਉਣਾ। ਈਸ਼ਰ ਸਿੰਘ ਨੇ ਕਿਹਾ, 3 ਦਿਨਾਂ ਵਿੱਚ ਕੀ ਹੋਵੇਗਾ? ਮੈਂ ਆਪਣੇ ਬਾਪੂ ਨੂੰ ਜਾਣਦਾ ਹਾਂ, 3 ਦਿਨਾਂ ਵਿੱਚ ਕੁਝ ਨਹੀਂ ਹੋ ਸਕਦਾ। ਵੱਡੇ ਮਹਾਰਾਜ ਦਾ ਹੁਕਮ ਮੰਨ ਕੇ ਈਸ਼ਰ ਸਿੰਘ ਉੱਥੋਂ ਚਲੇ ਗਏ। 3 ਦਿਨਾਂ ਬਾਅਦ ਉਹ ਵਾਪਸ ਆਏ ਤਾਂ ਉਹਨਾਂ ਨੇ ਇੱਕ ਅਜੀਬ ਨਜ਼ਾਰਾ ਦੇਖਿਆ। ਵੱਡੇ ਮਹਾਰਾਜ ਉਸੇ ਕੁਰਸੀ 'ਤੇ ਬੈਠੇ ਸਨ ਅਤੇ ਉਹਨਾਂ ਦੇ ਬਾਪੂ ਸਾਹਮਣੇ ਖੜ੍ਹੇ ਸਨ।
ਅਤੇ ਜਦੋਂ ਈਸ਼ਰ ਸਿੰਘ ਨੇੜੇ ਆ ਕੇ ਆਪਣੇ ਘੋੜੇ ਤੋਂ ਉਤਰਦਾ ਹੈ ਤਾਂ ਅਚਨਚੇਤ ਉਹਨਾਂ ਦਾ ਘੋੜਾ ਉਸ ਜਗ੍ਹਾ ਨੂੰ ਗੰਦੀ ਕਰ ਦਿੰਦਾ ਹੈ। ਤਾਂ ਈਸ਼ਰ ਸਿੰਘ ਦੇ ਪਿਤਾ ਆਪਣੀ ਕਮੀਜ਼ ਉਤਾਰ ਕੇ ਉਸ ਨਾਲ ਜਗ੍ਹਾ ਨੂੰ ਸਾਫ਼ ਕਰਦੇ ਹਨ ਅਤੇ ਈਸ਼ਰ ਸਿੰਘ ਨੂੰ ਕਹਿੰਦੇ ਹਨ, ਤੂੰ ਪਾਗਲ ਹੋ ਗਿਆ ਹੈ, ਗੁਰੂ ਤੇਰੇ ਸਾਹਮਣੇ ਬੈਠੇ ਹਨ ਅਤੇ ਤੂੰ ਉਸ ਜਗ੍ਹਾ ਨੂੰ ਗੰਦਾ ਕਰ ਰਿਹਾ ਹੈ, ਤੂੰ ਸੱਚਮੁੱਚ ਪਾਗਲ ਹੋ ਗਿਆ ਹੈ। ਈਸ਼ਰ ਸਿੰਘ ਨੇ ਹੈਰਾਨੀ ਨਾਲ ਕਿਹਾ ਕਿ ਇਹ ਤੁਸੀਂ ਹੋ ਪਿਤਾ ਜੀ? ਉਹ ਵਿਸ਼ਵਾਸ ਨਹੀਂ ਕਰ ਪਾ ਰਹੇ ਸਨ ਕਿ ਕੀ ਹੋ ਰਿਹਾ ਹੈ। ਬਾਪੂ ਬੋਲੇ, ਤੂੰ ਕਦੇ ਮੈਨੂੰ ਦੱਸਿਆ ਹੀ ਨਹੀਂ ਉਹ ਕੌਣ ਹਨ। ਇਹ ਇੱਕ ਅਸਲ ਪਰਮ ਸੰਤ ਸਤਿਗੁਰੂ ਹਨ ਅਤੇ ਮੈਂ ਬਹੁਤ ਖੁਸ਼ਕਿਸਮਤ ਹਾਂ। ਈਸ਼ਰ ਸਿੰਘ ਨੇ ਪੁੱਛਿਆ, ਕੀ ਮਤਲਬ ਹੈ ਤੁਹਾਡਾ? ਮੈਂ ਅੱਜ ਸਵੇਰੇ ਉਹਨਾਂ ਤੋਂ ਨਾਮਦਾਨ ਦੀ ਦੀਖਿਆ ਪ੍ਰਾਪਤ ਕੀਤੀ ਹੈ। ਸੰਤ ਸਤਿਗੁਰੂ ਬਹੁਤ ਕੁਝ ਕਰ ਸਕਦੇ ਹਨ, ਅਸੀਂ ਉਹਨਾਂ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਅਸੀਂ ਉਹਨਾਂ ਨੂੰ ਆਮ ਮਨੁੱਖਾਂ ਵਾਂਗ ਸਮਝਦੇ ਹਾਂ ਕਿਉਂਕਿ ਉਹ ਸਧਾਰਨ ਮਨੁੱਖਾਂ ਵਾਂਗ ਵਰਤਦੇ ਹਨ। ਇਹ ਸੰਤ ਸਤਿਗੁਰੂ ਇਤਨੇ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਹੋਣ ਦੇ ਬਾਵਜੂਦ ਸਧਾਰਨ ਆਮ ਲੋਕਾਂ ਵਾਂਗੂ ਕਿਉਂ ਵਿਚਰਦੇ ਹਨ? ਕਾਰਨ ਇਹ ਹੈ ਕਿ ਉਹਨਾਂ ਦੀ ਭੂਮਿਕਾ ਸਿੱਖਿਆ ਦੇਣਾ ਨਹੀਂ ਹੁੰਦੀ, ਉਹਨਾਂ ਦੀ ਭੂਮਿਕਾ ਦੋਸਤ ਬਣਨ ਦੀ ਹੁੰਦੀ ਹੈ। ਈਸ਼ਰ ਸਿੰਘ ਉਹੀ ਵਿਅਕਤੀ ਆਪਣੀ ਮੌਤ ਤੋਂ ਪਹਿਲਾਂ ਉਹਨਾਂ ਮੈਨੂੰ ਦੱਸਿਆ, ਅਸੀਂ ਆਪਣੇ ਸਤਿਗੁਰੂ ਨੂੰ ਨਹੀਂ ਪਛਾਣ ਸਕੇ। ਉਹ ਪਹਿਲਾਂ ਗੁਰੂ ਨਹੀਂ ਹੁੰਦੇ, ਬਲਕਿ ਉਹ ਪਹਿਲਾਂ ਯਾਰ ਹੁੰਦੇ ਹਨ ਅਤੇ ਬਾਅਦ ਵਿੱਚ ਗੁਰੂ। ਉਹ ਪਹਿਲਾਂ ਇੱਕ ਦੋਸਤ ਹੁੰਦੇ ਹਨ ਅਤੇ ਬਾਅਦ ਵਿੱਚ ਇੱਕ ਕਾਮਨ ਮੁਰਸ਼ਿਦ ਜਾਂ ਸੰਤ ਸਤਿਗੁਰੂ। ਅਸੀਂ ਇਸ ਚੀਜ਼ ਨੂੰ ਸਮਝਿਆ ਹੀ ਨਹੀਂ ਕਿ ਉਹਨਾਂ ਦੀ ਦੋਸਤੀ ਬਹੁਤ ਮਹੱਤਵਪੂਰਨ ਹੁੰਦੀ ਹੈ। ਸਾਨੂੰ ਇੱਕ ਸੱਚਾ ਮਿੱਤਰ ਮਿਲ ਜਾਂਦਾ ਹੈ, ਸਾਨੂੰ ਸਾਰੀ ਜ਼ਿੰਦਗੀ ਲਈ ਇੱਕ ਸੱਚਾ ਮਿੱਤਰ ਮਿਲ ਜਾਂਦਾ ਹੈ, ਨਾ ਕੇਵਲ ਇਸ ਜ਼ਿੰਦਗੀ ਲਈ ਬਲਕਿ ਹਮੇਸ਼ਾ ਲਈ। ਸਿਰਫ ਇਸ ਜ਼ਿੰਦਗੀ ਲਈ ਨਹੀਂ ਪਰ ਸਾਰੀਆਂ ਜ਼ਿੰਦਗੀਆਂ ਲਈ। ਜਦ ਤੱਕ ਉਹ ਸਾਨੂੰ ਸਾਡੇ ਸੱਚੇ ਘਰ ਸੱਚਖੰਡ ਨਹੀਂ ਲੈ ਜਾਂਦੇ, ਉਹ ਸਾਡੇ ਸਾਥੀ ਅਤੇ ਮਿੱਤਰ ਬਣੇ ਰਹਿੰਦੇ ਹਨ। ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ, ਇਹ ਇੱਕ ਬਹੁਤ ਵੱਡੀ ਗੱਲ ਹੈ। ਪਰ ਇਹ ਕਰਨ ਲਈ ਉਹ ਸਾਡੇ ਪੱਧਰ 'ਤੇ ਆਉਂਦਾ ਹੈ, ਉਹ ਸਾਡੇ ਵਰਗਾ ਬਣ ਜਾਂਦਾ ਹੈ, ਉਹ ਸਾਡੇ ਜਿੰਨਾ ਹੀ ਸਧਾਰਨ ਬਣ ਜਾਂਦਾ ਹੈ। ਕਿਉਂ? ਕਿਉਂਕਿ ਜੇ ਉਹ ਸਾਡੇ ਵਾਂਗ ਨਾ ਬਣਨ ਤਾਂ ਅਸੀਂ ਉਹਨਾਂ ਨਾਲ ਦੋਸਤੀ ਨਹੀਂ ਕਰ ਪਾਵਾਂਗੇ। ਫਿਰ ਅਸੀਂ ਕੀ ਕਰਾਂਗੇ? ਅਸੀਂ ਉਸ ਦੀ ਪੂਜਾ ਕਰਾਂਗੇ। ਮੰਨ ਲਓ ਇਸ ਸਮੇਂ ਇਸ ਹਾਲ ਵਿੱਚ ਇੱਕ ਗੁਰੂ ਆਉਂਦਾ ਹੈ। ਜਰਾ ਮੰਨ ਲਓ ਇਹ ਦਰਸਾਉਣ ਲਈ ਕਿ ਉਹ ਇੱਕ ਗੁਰੂ ਹੈ, ਉਹ ਚਮਤਕਾਰੀ ਹੈ। ਗੁਰੂ ਹਵਾ ਵਿੱਚ ਉੱਡ ਕੇ ਆਉਂਦਾ ਹੈ, ਉਹ ਸਾਡੇ ਸਾਹਮਣੇ ਉੱਡ ਸਕਦਾ ਹੈ। ਇੱਥੇ ਬੈਠੇ ਸਾਡੀ ਕੀ ਪ੍ਰਤੀਕਿਰਿਆ ਹੋਵੇਗੀ? ਸਾਡੇ ਵਿੱਚੋਂ ਕੁਝ ਕਹਿਣਗੇ ਕਿ ਹੋ ਸਕਦਾ ਹੈ ਕੁਝ ਤਾਰਾਂ ਜਾਂ ਰੱਸੀਆਂ ਬੰਨੀਆਂ ਹੋਣ। ਪਹਿਲਾਂ ਅਸੀਂ ਇਹ ਵੇਖਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਇਹ ਕਿੱਦਾਂ ਕਰ ਰਿਹਾ ਹੈ। ਕੁਝ ਔਰਤਾਂ ਤਾਂ ਇੱਕ ਆਦਮੀ ਨੂੰ ਬਿਨਾਂ ਕਿਸੇ ਚੀਜ਼ ਤੋਂ ਉੱਡਦੇ ਦੇਖ ਕੇ ਬੇਹੋਸ਼ ਵੀ ਹੋ ਸਕਦੀਆਂ ਹਨ, ਕੁਛ ਉਸ ਦੀ ਪੂਜਾ ਕਰਨਗੀਆਂ। ਸ਼ਾਇਦ ਇਹ ਇੱਕ ਵਿਲੱਖਣ ਇਨਸਾਨ ਹੈ, ਕੁਛ ਪ੍ਰਸ਼ੰਸਾ ਕਰਨਗੇ, ਪਰ ਕੋਈ ਵੀ ਉਸ ਨੂੰ ਪਿਆਰ ਨਹੀਂ ਕਰੇਗਾ, ਕੋਈ ਵੀ ਉਸ ਦਾ ਦੋਸਤ ਨਹੀਂ ਬਣ ਸਕੇਗਾ। ਜੇ ਉਹ ਗਲਤੀ ਨਾਲ ਹੇਠਾਂ ਡਿੱਗ ਜਾਂਦਾ ਹੈ ਤਾਂ ਸਾਡੇ ਵਿੱਚੋਂ ਕੁਛ ਇੱਕੋਦਮ ਉੱਠਣਗੇ ਅਤੇ ਭੱਜ ਕੇ ਜਾਣਗੇ। ਤੁਹਾਨੂੰ ਸੱਟ ਤਾਂ ਨਹੀਂ ਲੱਗੀ? ਤੁਸੀਂ ਠੀਕ ਹੋ? ਪਹਿਲਾ ਮੌਕਾ ਕਿ ਉਹ ਤੁਹਾਡਾ ਦੋਸਤ ਬਣ ਸਕੇ। ਕਿਸੇ ਵਿਅਕਤੀ ਦੀ ਪੂਜਾ ਕਰਨੀ ਉਸਦਾ ਦੋਸਤ ਬਣਨ ਤੋਂ ਬਹੁਤ ਵੱਖਰੀ ਚੀਜ਼ ਹੈ। ਇਹ ਸੰਤ ਸਤਿਗੁਰੂ ਪੂਜਾ ਕਰਾਉਣ ਲਈ ਨਹੀਂ ਆਉਂਦੇ। ਅਸੀਂ ਆਪਣੀ ਸਾਰੀ ਜ਼ਿੰਦਗੀ, ਬਹੁਤ ਸਾਰੀਆਂ ਜ਼ਿੰਦਗੀਆਂ, ਕਾਫ਼ੀ ਸਾਰੇ ਇਸ਼ਟਾਂ ਦੀ ਪੂਜਾ ਕਰਦੇ ਆ ਰਹੇ ਹਾਂ। ਉਹ ਸਾਡੇ ਦੋਸਤ ਬਣਨ ਆਉਂਦੇ ਹਨ। ਦੋਸਤ ਹੋਣ ਦੇ ਨਾਤੇ, ਸਾਥੀ ਹੋਣ ਦੇ ਨਾਤੇ, ਉਹ ਸਾਨੂੰ ਵਾਪਸ ਘਰ ਲਿਜਾਉਂਦੇ ਹਨ। ਇਹ ਉਹਨਾਂ ਦੀ ਇੱਕ ਬਹੁਤ ਵੱਖਰੀ ਭੂਮਿਕਾ ਹੁੰਦੀ ਹੈ ਅਤੇ ਇਹੀ ਕਾਰਨ ਹੈ ਕਿ ਉਹ ਸਧਾਰਨ ਤਰੀਕੇ ਨਾਲ ਆਉਂਦੇ ਹਨ। ਉਹ ਦੁਨੀਆ ਭਰ ਵਿੱਚ ਜਿੱਥੇ ਵੀ ਆਏ ਉਹ ਉਸੇ ਪੱਧਰ 'ਤੇ ਅਤੇ ਉਸੇ ਰੂਪ ਵਿੱਚ ਆਏ ਜਿਸ ਰੂਪ ਵਿੱਚ ਜਗਿਆਸੂ ਹੋਣ ਜਿਨ੍ਹਾਂ ਨੂੰ ਉਹ ਵਾਪਸ ਘਰ ਲੈ ਕੇ ਗਏ। ਇਹਨਾਂ ਸੰਤ ਸਤਿਗੁਰੂਆਂ ਨੇ ਕਦੇ ਵੀ ਨਹੀਂ ਦਿਖਾਇਆ ਕਿ ਉਹ ਦੂਜਿਆਂ ਨਾਲੋਂ ਉੱਚੇ ਹਨ। ਅਸਲ ਵਿੱਚ ਉਹ ਆਮ ਲੋਕਾਂ ਨਾਲੋਂ ਵਧੇਰੇ ਆਮ ਸਨ। ਕਬੀਰ ਵਰਗੇ ਸੰਤ ਸਤਿਗੁਰੂ ਇੱਕ ਜੁਲਾਹਾ ਬਣ ਕੇ ਆਏ। ਕਈ ਅਮੀਰ ਲੋਕ ਰਾਜੇ ਰਜਵਾੜੇ ਕਬੀਰ ਦੇ ਅਨੁਵਾਈ ਸਨ, ਪਰ ਉਹ ਇੱਕ ਜੁਲਾਹਾ ਬਣੇ ਰਹੇ। ਉਹਨਾਂ ਨੇ ਕਿਹਾ, ਸਾਡੇ ਮਹਿਲ ਵਿੱਚ ਆਓ, ਇੱਥੇ ਰਹੋ। ਨਹੀਂ, ਮੇਰਾ ਕੰਮ ਬੁਣਨਾ ਹੈ ਅਤੇ ਮੈਂ ਇੱਕ ਜੁਲਾਹਾ ਹਾਂ। ਰਵੀਦਾਸ ਇੱਕ ਮੋਚੀ ਸੀ, ਪਰ ਉਹ ਹਮੇਸ਼ਾ ਮੋਚੀ ਬਣੇ ਰਹੇ।
ਰਾਜਾ ਪੀਪਾ ਉਹਨਾਂ ਦੇ ਨੇੜੇ ਰਹਿੰਦਾ ਸੀ। ਉਹਨਾਂ ਦੀ ਛੋਟੀ ਜਿਹੀ ਝੋਪੜੀ ਮਹਿਲ ਦੇ ਨੇੜੇ ਸੀ, ਜਿੱਥੇ ਹਰ ਸਮੇਂ ਉਹ ਜੁੱਤੀਆਂ ਦੀ ਮੁਰੰਮਤ ਕਰਦੇ ਰਹਿੰਦੇ। ਰਾਜਾ ਪੀਪਾ ਉਹਨਾਂ ਦੀਆਂ ਮਿੰਨਤਾਂ ਕਰਦੇ ਰਹਿੰਦੇ, ਕਿਰਪਾ ਕਰਕੇ ਮਹਿਲ ਆਓ। ਪਰ ਉਹਨਾਂ ਦਾ ਉੱਤਰ ਹੁੰਦਾ, ਨਹੀਂ, ਮੇਰਾ ਕੰਮ ਜੁੱਤੀਆਂ ਗੰਢਣਾ ਹੈ, ਚਮੜੇ ਨਾਲ ਜੁੱਤੀਆਂ ਬਣਾਉਣਾ ਹੈ। ਇੱਕ ਦਿਨ ਰਾਜਾ ਪੀਪਾ ਨੇ ਕਿਹਾ, ਉਹ ਕਿੰਨੇ ਨਿਮਾਣੇ ਹਨ, ਉਹ ਮੇਰੇ ਮਹਿਲ ਵਿੱਚ ਆ ਕੇ ਰਹਿਣ ਦੀ ਪੇਸ਼ਕਸ਼ ਸਵੀਕਾਰ ਨਹੀਂ ਕਰਦੇ, ਜ਼ਰੂਰ ਉਹਨਾਂ ਕੋਲ ਕੁਝ ਖਾਸ ਹੋਵੇਗਾ। ਕਿਸੇ ਨੇ ਕਿਹਾ, ਉਹਨਾਂ ਨੂੰ ਸਧਾਰਨ ਮੋਚੀ ਨਾ ਸਮਝੋ, ਉਹ ਕੋਈ ਆਮ ਮੋਚੀ ਨਹੀਂ ਹਨ, ਉਹ ਕੋਈ ਬਹੁਤ ਖਾਸ ਹਨ। ਜਾਓ ਅਤੇ ਉਹਨਾਂ ਤੋਂ ਨਾਮਦਾਨ ਦੀ ਦੀਖਿਆ ਲਓ ਅਤੇ ਉਹਨਾਂ ਤੋਂ ਕੁਝ ਖਾਸ ਲੈ ਆਓ। ਰਾਜਾ ਪੀਪਾ ਨੇ ਨਿਸ਼ਚੇ ਕੀਤਾ, ਮੈਂ ਸਵੇਰੇ ਸਵੇਰੇ ਉਹਨਾਂ ਕੋਲ ਜਾਵਾਂਗਾ। ਲੋਕ ਸੋਚਣਗੇ, ਮੈਂ ਦੀਖਿਆ ਲੈਣ ਲਈ ਕਿਸੇ ਮੋਚੀ ਕੋਲ ਕਿਉਂ ਜਾ ਰਿਹਾ ਹਾਂ, ਇਸ ਲਈ ਮੈਂ ਸਵੇਰੇ ਤੜਕੇ ਜਾਵਾਂਗਾ ਜਦੋਂ ਕੋਈ ਮੈਨੂੰ ਵੇਖ ਨਾ ਸਕੇ। ਮੈਂ ਉਸ ਮੋਚੀ ਤੋਂ ਰਹਿਮਤ ਮੰਗਾਂਗਾ। ਸੋ ਉਹ ਇੱਕ ਸਵੇਰੇ ਤੜਕੇ 3 ਵਜੇ ਉੱਠੇ ਅਤੇ ਮੋਚੀ ਗੁਰੂ ਦੇ ਕੋਲ ਚਲੇ ਗਏ। ਆਪਣੀ ਝੋਂਪੜੀ ਵਿੱਚ ਮੋਚੀ ਜੁੱਤੀ ਬਣਾ ਰਹੇ ਸਨ। ਉਸ ਮੋਚੀ ਰਵਿਦਾਸ ਨੇ ਪੁੱਛਿਆ, ਮਹਾਰਾਜ ਤੁਸੀਂ ਇੱਥੇ ਕਿਵੇਂ ਆਏ ਹੋ? ਉਹਨਾਂ ਨੇ ਕਿਹਾ, ਮੈਂ ਰਾਜਾ ਬਣ ਕੇ ਨਹੀਂ ਆਇਆ, ਮੈਂ ਇੱਕ ਭਿਖਾਰੀ ਬਣ ਕੇ ਆਇਆ ਹਾਂ। ਮੈਂ ਬੇਨਤੀ ਕਰਦਾ ਹਾਂ, ਮੈਨੂੰ ਨਾਮਦਾਨ ਦੀ ਦੀਖਿਆ ਦਿਓ। ਉਹ ਬੋਲੇ, ਹਾਂ ਜ਼ਰੂਰ। ਉਹ ਕੁਝ ਚਮੜਾ ਗਿੱਲਾ ਕਰਨ ਲਈ ਪਾਣੀ ਵਿੱਚ ਪਾ ਰਹੇ ਸਨ ਅਤੇ ਉਹਨਾਂ ਨੇ ਕੁਝ ਗੱਦਲਾ ਪਾਣੀ ਹੱਥ ਵਿੱਚ ਲੈ ਕੇ ਰਾਜੇ ਵੱਲ ਵਧਾ ਕੇ ਕਿਹਾ, ਇਹ ਪੀਓ ਚਰਨਾਮ੍ਰਿਤ। ਰਾਜੇ ਨੇ ਸੋਚਿਆ, ਇਹ ਗੰਦਾ ਪਾਣੀ, ਇਹ ਅੰਮ੍ਰਿਤ ਨਹੀਂ ਜਾਪਦਾ। ਰਾਜਾ ਨਾ ਤਾਂ ਨਹੀਂ ਕਰ ਸਕਿਆ, ਪਰ ਉਸਨੇ ਪਾਣੀ ਨਹੀਂ ਪੀਤਾ। ਉਸਨੇ ਉਸ ਪਾਣੀ ਨੂੰ ਆਪਣੀ ਕਮੀਜ਼ ਦੀ ਬਾਂਹ ਦੇ ਅੰਦਰ ਤੋਂ ਰੁੜ ਜਾਣ ਦਿੱਤਾ ਅਤੇ ਧੰਨਵਾਦ ਕਰਦੇ ਹੋਏ ਫਟਾਫਟ ਵਾਪਸ ਮੁੜ ਆਏ। ਰਾਜੇ ਨੇ ਸੋਚਿਆ ਕਿ ਇਹ ਇੱਕ ਬਹੁਤ ਬੁਰਾ ਅਨੁਭਵ ਸੀ। ਰਾਜਾ ਕਹਿੰਦਾ ਹੈ, ਮੈਂ ਤਾਂ ਸੋਚਿਆ ਕਿ ਉਹ ਮੇਰੇ ਉੱਤੇ ਕੁਝ ਕਿਰਪਾ ਕਰਨਗੇ, ਪਰ ਉਹਨਾਂ ਮੈਨੂੰ ਪੀਣ ਲਈ ਗੰਦਾ ਪਾਣੀ ਦਿੱਤਾ। ਰਾਜੇ ਨੇ ਵਾਪਸ ਜਾ ਕੇ ਗੰਦੇ ਪਾਣੀ ਕਾਰਨ ਕਮੀਜ਼ ਉੱਤੇ ਪਏ ਉਸ ਦਾਗ ਨੂੰ ਵੇਖਿਆ। ਉਸਨੇ ਸੋਚਿਆ, ਇਹ ਬੁਰਾ ਹੈ, ਕੱਲ੍ਹ ਹਰ ਕੋਈ ਮੈਨੂੰ ਪੁੱਛੇਗਾ, ਤੁਸੀਂ ਆਪਣੀ ਕਮੀਜ਼ 'ਤੇ ਦਾਗ ਕਿਵੇਂ ਪਾ ਲਿਆ? ਉਹਨਾਂ ਕਮੀਜ਼ ਉਤਾਰੀ ਅਤੇ ਆਪਣੇ ਗੁਪਤ ਸਹਾਇਕ ਨੂੰ ਬੁਲਾਇਆ, ਕਿਰਪਾ ਕਰਕੇ ਹੁਣੇ ਧੋਬੀ ਨੂੰ ਬੁਲਾਓ ਅਤੇ ਉਸ ਨੂੰ ਕਹੋ ਕਿ ਮੇਰੀ ਕਮੀਜ਼ ਨੂੰ ਸਾਫ਼ ਕਰੇ, ਸੁਕਾਵੇ ਅਤੇ ਸਵੇਰੇ ਜਲਦੀ ਵਾਪਸ ਲੈ ਆਵੇ। ਸਹਾਇਕ ਕਮੀਜ਼ ਨੂੰ ਧੋਬੀ ਕੋਲ ਲੈ ਗਿਆ, ਉਸ ਨੂੰ ਜਗਾਇਆ ਅਤੇ ਕਿਹਾ, ਰਾਜਾ ਸਾਹਿਬ ਚਾਹੁੰਦੇ ਹਨ ਕਿ ਇਹ ਕਮੀਜ਼ ਸਵੇਰੇ ਤੱਕ ਧੋ ਕੇ ਸੁਕਾ ਕੇ ਵਾਪਸ ਲੈ ਆ। ਧੋਬੀ ਨੇ ਕਿਹਾ, ਠੀਕ ਹੈ, ਅਤੇ ਉਸ ਧੋਬੀ ਨੇ ਉਸ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਦਾਗ ਹਲੇ ਵੀ ਲੱਗਿਆ ਰਿਹਾ। ਉਸ ਦੀ ਛੋਟੀ ਧੀ ਉੱਠ ਖੜੀ ਹੋਈ ਅਤੇ ਬੋਲੀ, ਪਿਤਾ ਜੀ ਕੀ ਹੋਇਆ ਹੈ, ਕੀ ਮਸਲਾ ਹੈ, ਤੁਸੀਂ ਇੰਨੀ ਸਵੇਰੇ ਉੱਠ ਗਏ ਹੋ? ਧੋਬੀ ਨੇ ਕਿਹਾ, ਮੈਨੂੰ ਇਹ ਕਮੀਜ਼ ਸਾਫ਼ ਕਰਨ ਲਈ ਕਿਹਾ ਗਿਆ ਹੈ। ਛੋਟੀ ਕੁੜੀ ਨੇ ਕਿਹਾ, ਮੈਂ ਤੁਹਾਡੀ ਮਦਦ ਕਰ ਸਕਦੀ ਹਾਂ। ਜਦੋਂ ਉਸ ਕੁੜੀ ਨੇ ਦਾਗ ਨੂੰ ਵੇਖਿਆ ਤਾਂ ਉਸਨੇ ਸੋਚਿਆ, ਹੋ ਸਕਦਾ ਹੈ ਇਸ ਨੂੰ ਚਬਾਉਣ ਨਾਲ ਦਾਗ ਮਿਟ ਜਾਵੇਗਾ, ਕਦੇ ਕਦੇ ਲੋਕ ਇੱਦਾਂ ਕਰਦੇ ਹਨ। ਸੋ ਉਹ ਉਸ ਧੱਬੇ ਨੂੰ ਚਬਾਉਣ ਲੱਗ ਗਈ ਤਾਂ ਕਿ ਉਸ ਨੂੰ ਸਾਫ਼ ਕੀਤਾ ਜਾ ਸਕੇ, ਅਤੇ ਹੌਲੀ ਹੌਲੀ ਉਸ ਲੜਕੀ ਨੂੰ ਗਿਆਨ ਹੋਣਾ ਸ਼ੁਰੂ ਹੋ ਗਿਆ। ਉਹ ਉੱਚ ਪੱਧਰ ਦੀਆਂ ਗੱਲਾਂ ਕਰਨ ਲੱਗ ਪਈ। ਧੋਬੀ ਦੀ ਛੋਟੀ ਕੁੜੀ ਗਿਆਨਵਾਨ ਹੋ ਚੁੱਕੀ ਸੀ। ਉਸ ਦਾ ਪਿਤਾ ਹੈਰਾਨ ਸੀ, ਕੀ ਹੋਇਆ? ਕੁੜੀ ਨੇ ਕਿਹਾ, ਮੈਨੂੰ ਨਹੀਂ ਪਤਾ, ਮੈਂ ਸਾਰਾ ਕੁਝ ਬਹੁਤ ਸਾਫ਼ ਦੇਖ ਸਕਦੀ ਹਾਂ। ਉਹਨਾਂ ਨੇ ਸੋਚਿਆ ਕਿ ਕਮੀਜ਼ ਵਿੱਚ ਅਜਿਹੀ ਕੋਈ ਚੀਜ਼ ਹੋਣੀ ਹੈ ਜਿਸ ਨਾਲ ਕੁੜੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਹੈ। ਉਹ ਕੁੜੀ ਉਪਦੇਸ਼ ਦੇਣ ਲੱਗ ਪਈ। ਕੁਛ ਦਿਨ ਬਾਅਦ ਰਾਜੇ ਨੇ ਵੀ ਇਹ ਸੁਣਿਆ ਕਿ ਧੋਬੀ ਦੀ ਛੋਟੀ ਜਿਹੀ ਧੀ ਉਪਦੇਸ਼ ਦੇ ਰਹੀ ਹੈ ਅਤੇ ਇੰਨੀ ਛੋਟੀ ਉਮਰ ਵਿੱਚ ਗਿਆਨਵਾਨ ਹੋ ਗਈ ਹੈ। ਉਸਨੇ ਸੋਚਿਆ, ਮੈਨੂੰ ਜਾ ਕੇ ਉਸ ਛੋਟੀ ਗਿਆਨਵਾਨ ਕੁੜੀ ਨੂੰ ਮਿਲਣਾ ਚਾਹੀਦਾ ਹੈ। ਇੱਕ ਛੋਟੀ ਜਿਹੀ ਸੰਤ ਕੁੜੀ ਮੇਰੇ ਰਾਜ ਵਿੱਚ ਪ੍ਰਗਟ ਹੋਈ ਹੈ। ਉਹ ਧੋਬੀ ਦੀ ਝੋਂਪੜੀ 'ਤੇ ਗਿਆ ਅਤੇ ਉਸਨੇ ਧੋਬੀ ਨੂੰ ਕਿਹਾ ਕਿ ਉਹ ਉਸ ਦੀ ਗਿਆਨਵਾਨ ਛੋਟੀ ਕੁੜੀ ਨੂੰ ਮਿਲਣ ਲਈ ਆਇਆ ਹੈ। ਧੀ ਬਾਹਰ ਆ ਗਈ ਅਤੇ ਰਾਜੇ ਅੱਗੇ ਝੁਕਣ ਲੱਗੀ। ਨਹੀਂ ਨਹੀਂ ਨਹੀਂ, ਰਾਜੇ ਨੇ ਕਿਹਾ, ਮੇਰੇ ਅੱਗੇ ਨਾ ਝੁਕੋ, ਮੈਂ ਇੱਥੇ ਰਾਜਾ ਬਣ ਕੇ ਨਹੀਂ ਆਇਆ, ਮੈਂ ਤੇਰਾ ਸਤਿਕਾਰ ਕਰਨ ਲਈ ਇੱਥੇ ਆਇਆ ਹਾਂ, ਕਿਉਂਕਿ ਤੂੰ ਗਿਆਨਵਾਨ ਹੋ ਗਈ ਹੈ ਅਤੇ ਮੈਨੂੰ ਵੀ ਗਿਆਨ ਬਖਸ਼। ਉਸ ਕੁੜੀ ਨੇ ਕਿਹਾ, ਮੈਂ ਤੇਰੇ ਅੱਗੇ ਇਸ ਲਈ ਨਹੀਂ ਝੁਕ ਰਹੀ ਸੀ ਕਿ ਕਿਉਂਕਿ ਤੂੰ ਰਾਜਾ ਹੈ, ਮੈਂ ਇਸ ਲਈ ਝੁਕ ਰਹੀ ਹਾਂ ਕਿਉਂਕਿ ਮੈਨੂੰ ਜੋ ਕੁਝ ਵੀ ਮਿਲਿਆ ਉਹ ਤੁਹਾਡੇ ਤੋਂ ਹੀ ਮਿਲਿਆ ਹੈ। ਰਾਜੇ ਨੇ ਕਿਹਾ,
ਮੈਂ ਤੁਹਾਨੂੰ ਕੁਛ ਨਹੀਂ ਦਿੱਤਾ। ਨਹੀਂ, ਤੁਸੀਂ ਕਮੀਜ਼ ਭੇਜੀ ਸੀ, ਸਭ ਕੁਛ ਉਸ ਕਮੀਜ਼ ਦੀ ਆਸਤਿਨ ਵਿੱਚ ਹੀ ਸੀ। ਰਾਜੇ ਨੇ ਸੋਚਿਆ, ਮੈਂ ਵੱਡੀ ਗਲਤੀ ਕੀਤੀ ਹੈ। ਉਹ ਸੱਚ ਹੀ ਕਹਿ ਰਹੇ ਸਨ ਕਿ ਇਹ ਅੰਮ੍ਰਿਤ ਹੈ। ਸੋ ਰਾਜੇ ਨੇ ਕਿਹਾ, ਯਾਦ ਕਰਾਉਣ ਲਈ ਧੰਨਵਾਦ, ਅਤੇ ਉਹ ਦੌੜ ਕੇ ਸੰਤ ਰਵਿਦਾਸ ਮੋਚੀ ਕੋਲ ਚਲਾ ਗਿਆ। ਮੈਂ ਬਹੁਤ ਭਾਰੀ ਗਲਤੀ ਕੀਤੀ। ਮੈਂ ਉਸ ਦੀ ਇੱਕ ਬੂੰਦ ਵੀ ਆਪਣੇ ਮੂੰਹ ਵਿੱਚ ਨਹੀਂ ਪਾਈ ਅਤੇ ਉਸ ਨੂੰ ਆਪਣੀ ਆਸਤਿਨ ਵਿੱਚ ਡੋਲ ਦਿੱਤਾ ਸੀ। ਮੇਰੇ ਆਂਗਣ ਦੀ ਇੱਕ ਛੋਟੀ ਜਿਹੀ ਲੜਕੀ ਸਿਰਫ ਇਸ ਕਰਕੇ ਗਿਆਨਵਾਨ ਬਣ ਗਈ ਹੈ, ਕਿਰਪਾ ਕਰਕੇ ਮੈਨੂੰ ਦੁਬਾਰਾ ਹੋਰ ਦਿਓ। ਤਾਂ ਰਵਿਦਾਸ ਜੀ ਬੋਲੇ, ਮਾਫ਼ ਕਰਨਾ ਰਾਜਾ ਸਾਹਿਬ, ਇਹ ਬਹੁਤ ਹੀ ਦੁਰਲਭ ਪਲ ਹੁੰਦੇ ਹਨ ਜਦੋਂ ਇੱਕ ਸਤਿਗੁਰੂ ਨੂੰ ਲੱਗਦਾ ਹੈ ਕਿ ਰਾਜਾ ਆਪਣੇ ਰਾਜੇਪਨ ਦੀ ਪਰਵਾਹ ਕੀਤੇ ਬਿਨਾਂ ਕਿਸੇ ਚੀਜ਼ ਲਈ ਭੀਖ ਮੰਗ ਰਿਹਾ ਹੈ। ਤਾਂ ਉਹ ਸਤਿਗੁਰੂ ਅਸਧਾਰਨ ਕਿਰਪਾ ਕਰਦਾ ਹੈ ਅਤੇ ਕੁਝ ਅਜਿਹਾ ਖਾਸ ਦਿੰਦਾ ਹੈ ਜੋ ਆਮ ਤੌਰ 'ਤੇ ਪ੍ਰਾਪਤ ਨਹੀਂ ਹੁੰਦਾ। ਤੁਸੀਂ ਉਹ ਮੌਕਾ ਗਵਾ ਦਿੱਤਾ, ਇਹ ਉਸ ਕੁੜੀ ਨੂੰ ਮਿਲ ਗਿਆ। ਹੁਣ ਮੈਂ ਤੁਹਾਨੂੰ ਦੇਖਿਆ ਦੇਵਾਂਗਾ ਅਤੇ ਹੁਣ ਤੋਂ ਲਗਭਗ 20 ਸਾਲਾਂ ਬਾਅਦ ਤੁਸੀਂ ਉਹੀ ਨਤੀਜੇ ਪ੍ਰਾਪਤ ਕਰੋਗੇ ਜੋ ਕੁੜੀ ਨੇ ਪ੍ਰਾਪਤ ਕੀਤੇ ਹਨ, ਪਰ ਨਿਯਮਤ ਤੌਰ 'ਤੇ ਅਭਿਆਸ ਕਰਦੇ ਰਹੇ ਹੋ। ਇਹ ਅਜੀਬ ਕਹਾਣੀ ਹੈ ਕਿ ਸੰਤ ਸਤਿਗੁਰੂ ਜਦੋਂ ਜੋ ਵੀ ਚਾਹੁਣ ਉਹ ਕਰ ਸਕਦੇ ਹਨ। ਉਹ ਸਧਾਰਨ ਮਨੁੱਖਾਂ ਵਾਂਗ ਵਿਵਹਾਰ ਕਰਦੇ ਹਨ, ਪਰ ਇੱਕ ਮਨੁੱਖੀ ਦਇਆ ਮਿਹਰ ਇਨਸਾਨੀ ਤੌਰ 'ਤੇ ਪਰ ਇੱਕ ਬੜੇ ਦੈਵੀ ਢੰਗ ਨਾਲ ਬਾਹਰ ਆਉਂਦੀ ਹੈ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਉਹਨਾਂ ਨੂੰ ਕਦੇ ਵੀ ਘੱਟ ਨਾ ਸਮਝੋ। ਉਹ ਤੁਹਾਡੇ ਇਸ ਤਰ੍ਹਾਂ ਦੇ ਦੋਸਤ ਬਣ ਜਾਂਦੇ ਹਨ ਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਹਨਾਂ 'ਤੇ ਸਭ ਤੋਂ ਜ਼ਿਆਦਾ ਭਰੋਸਾ ਕਰ ਸਕਦੇ ਹੋ। ਉਹ ਸਾਡੇ ਦੋਸਤ ਬਣ ਜਾਂਦੇ ਹਨ ਅਤੇ ਉਹਨਾਂ ਦਾ ਪਿਆਰ ਬੇਸ਼ਰਤ ਹੁੰਦਾ ਹੈ। ਉਹ ਕਦੇ ਵੀ ਤੁਹਾਡੇ ਗੁਣ ਜਾਂ ਅਵਗੁਣ ਨਹੀਂ ਦੇਖਦੇ। ਕੁਛ ਸਧਾਰਨ ਗੁਣ ਹੁੰਦੇ ਹਨ ਜੋ ਤੁਸੀਂ ਹਰ ਕਾਮਲ ਸੰਤ ਸਤਿਗੁਰੂ ਵਿੱਚ ਵੇਖ ਸਕਦੇ ਹੋ। ਪਹਿਲਾ, ਉਹ ਕਦੇ ਨਹੀਂ ਕਹਿੰਦਾ ਕਿ ਉਹ ਇੱਕ ਸੰਤ ਸਤਿਗੁਰੂ ਹੈ। ਕਿਸੇ ਵੀ ਸੰਤ ਸਤਿਗੁਰੂ ਨੇ ਕਦੇ ਵੀ ਇਹ ਦਾਅਵਾ ਨਹੀਂ ਕੀਤਾ ਕਿ ਉਹ ਸਤਿਗੁਰੂ ਹੈ। ਗੁਰੂ ਨਾਨਕ ਸਭ ਤੋਂ ਉੱਤਮ ਸਤਿਗੁਰੂ, ਸਿੱਖਾਂ ਦੇ ਪਹਿਲੇ ਗੁਰੂ ਨੇ ਕਦੇ ਵੀ ਨਹੀਂ ਕਿਹਾ ਕਿ ਉਹ ਗੁਰੂ ਜਾਂ ਸਤਿਗੁਰੂ ਹਨ। ਉਹ ਆਪਣੇ ਆਪ ਨੂੰ ਦਾਸਨ ਕਾ ਦਾਸ, ਸੇਵਕਾਂ ਦੇ ਸੇਵਕ ਕਹਿੰਦੇ ਸਨ। ਬਾਕੀ ਸਾਰੇ ਗੁਰੂਆਂ ਨੇ ਕਿਹਾ, ਅਸੀਂ ਸਿਰਫ ਸੰਗਤ ਦੀ ਸੇਵਾ ਕਰ ਰਹੇ ਹਾਂ। ਕਿਸੇ ਨੇ ਕਦੇ ਕੋਈ ਦਾਅਵਾ ਨਹੀਂ ਕੀਤਾ। ਤਾਂ ਜੇਕਰ ਕੋਈ ਕਹਿੰਦਾ ਹੈ ਮੈਂ ਗੁਰੂ ਹਾਂ, ਤਾਂ ਯਕੀਨ ਕਰੋ ਕਿ ਉਹ ਨਹੀਂ ਹੈ। ਯਕੀਨਨ ਉਹ ਇੱਕ ਪਰਮ ਸੰਤ ਸਤਿਗੁਰੂ ਨਹੀਂ ਹੈ। ਉਹ ਇੱਕ ਚੰਗਾ ਅਧਿਆਪਕ ਹੋ ਸਕਦਾ ਹੈ, ਪਰ ਇੱਕ ਪਰਮ ਸੰਤ ਸਤਿਗੁਰੂ ਨਹੀਂ ਹੋ ਸਕਦਾ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ, ਜੋ ਸਾਨੂੰ ਘਰ ਵਾਪਸ ਲਿਜਾ ਸਕਦਾ ਹੈ। ਦੂਜਾ, ਆਪਣੇ ਆਪ ਨੂੰ ਅਨੋਖਾ ਦਰਸਾਉਣ ਲਈ ਉਹ ਚਮਤਕਾਰ ਨਹੀਂ ਕਰਦੇ। ਉਹ ਆਮ ਲੋਕਾਂ ਵਾਂਗੂ ਹੀ ਜਿਉਂਦੇ ਹਨ ਤਾਂ ਜੋ ਉਹ ਦੁਨੀਆ ਦੇ ਹੋਰ ਮਿੱਤਰਾਂ ਵਾਂਗ ਸਾਡੇ ਦੋਸਤ ਬਣ ਸਕਣ। ਤੀਜਾ, ਉਹ ਨਹੀਂ ਕਹਿੰਦੇ ਇਹ ਮੇਰਾ ਗਰੁੱਪ ਜਾਂ ਸਮੂਹ ਹੈ, ਮੈਂ ਇਸ ਗਰੁੱਪ ਲਈ ਕੰਮ ਕਰਾਂਗਾ। ਉਹਨਾਂ ਦਾ ਸੰਦੇਸ਼ ਪੂਰੀ ਦੁਨੀਆ ਲਈ ਹੁੰਦਾ ਹੈ। ਉਹ ਕਦੇ ਨਹੀਂ ਕਹਿੰਦੇ ਇਸ ਕਿਸਮ ਦੇ ਲੋਕ ਹੀ ਮੇਰੇ ਕੋਲ ਆ ਸਕਦੇ ਹਨ, ਦੂਸਰੇ ਮੇਰੇ ਕੋਲ ਨਹੀਂ ਆ ਸਕਦੇ। ਜੇ ਉਹ ਕੋਈ ਇਸ ਤਰ੍ਹਾਂ ਦਾ ਵਿਤਕਰਾ ਕਰਦੇ ਹਨ ਤਾਂ ਉਹ ਸੰਤ ਸਤਿਗੁਰੂ ਨਹੀਂ ਹਨ। ਤੀਜਾ, ਉਹ ਕਦੇ ਵੀ ਆਪਣੀ ਸੇਵਾ ਦਾ ਮੁੱਲ ਨਹੀਂ ਲੈਂਦੇ। ਉਹ ਉਸ ਸੇਵਾ ਨੂੰ ਆਪਣੇ ਸਤਿਗੁਰੂ ਦੀ, ਆਪਣੇ ਪਰਮ ਪਿਤਾ ਪਰਮਾਤਮਾ ਦੀ ਸੇਵਾ ਮੰਨਦੇ ਹਨ। ਉਹ ਕਦੇ ਨਹੀਂ ਕਹਿੰਦੇ ਤੁਸੀਂ ਮੈਨੂੰ $400 ਜਾਂ 500 ਰੁਪਏ ਦੇ ਦਿਓ ਅਤੇ ਫਿਰ ਮੈਂ ਤੁਹਾਨੂੰ ਨਾਮਦਾਨ ਦੀ ਦੀਖਿਆ ਦੇਵਾਂਗਾ। ਉਹ ਕਦੇ ਵੀ ਕਿਸੇ ਸੇਵਾ ਲਈ ਪੈਸੇ ਨਹੀਂ ਲੈਂਦੇ। ਜੇ ਉਹਨਾਂ ਨੂੰ ਕੋਈ ਸੇਵਾ ਦਿੱਤੀ ਜਾਂਦੀ ਹੈ ਤਾਂ ਉਹ ਇਸ ਨੂੰ ਕਦੀ ਆਪਣੇ ਉੱਤੇ ਨਹੀਂ ਵਰਤਦੇ। ਉਹ ਇਸ ਦੀ ਵਰਤੋਂ ਦੁਬਾਰਾ ਸੇਵਾ ਲਈ ਕਰ ਸਕਦੇ ਹਨ। ਉਹ ਆਪਣੇ ਹੀ ਚੇਲਿਆਂ ਦੇ ਸੇਵਾਦਾਰ ਹੁੰਦੇ ਹਨ। ਇਸ ਲਈ ਤੁਸੀਂ ਦੇਖੋਗੇ ਕਿ ਉਹ ਆਪਣੇ ਲਈ ਕਦੇ ਪੈਸੇ ਨਹੀਂ ਸਵੀਕਾਰਦੇ। ਜੇ ਉਹ ਪੈਸੇ ਲੈਂਦੇ ਹਨ ਤਾਂ ਉਹ ਹਮੇਸ਼ਾ ਸੰਗਤ ਲਈ ਅਤੇ ਸੰਸਥਾ ਦੇ ਖਰਚਿਆਂ ਲਈ ਹੁੰਦੇ ਹਨ, ਵਿਵਸਥਾ ਚਲਾਉਣ ਲਈ ਹੁੰਦੇ ਹਨ, ਉਹਨਾਂ ਦੇ ਆਪਣੇ ਆਪ ਲਈ ਨਹੀਂ। ਉਹ ਆਪਣੀ ਖੁਦ ਦੀ ਕਮਾਈ ਕਰਦੇ ਹਨ। ਉਹ ਕੰਮ ਜਾਂ ਕਿੱਤੇ ਵਿੱਚੋਂ ਆਪਣੀ ਕਮਾਈ ਕਰਦੇ ਹਨ। ਫਿਰ ਚਾਹੇ ਉਹ ਕਿੱਤਾ ਕਿਸੇ ਚੁਲਾਹੇ ਵਾਲਾ ਹੋਵੇ, ਜਾਂ ਉਹ ਕਿਸੇ ਕੰਪਨੀ ਦੇ ਕਰਮਚਾਰੀ ਹੋਣ, ਜਾਂ ਉਹ ਇੱਕ ਆਮ ਕਿਸਾਨ ਹੋਣ, ਜੋ ਕੋਈ ਵੀ ਉਹ ਹੋਣ, ਉਹ ਆਪਣੇ ਅਤੇ ਆਪਣੇ ਪਰਿਵਾਰ ਲਈ ਖੁਦ ਕਮਾਈ ਕਰਦੇ ਹਨ, ਜਿਵੇਂ ਹਰ ਸਧਾਰਨ ਮਨੁੱਖ ਕਰਦਾ ਹੈ। ਉਹ ਕੋਈ ਵੀ ਸੰਗਤ ਦੀ ਮਾਇਆ ਆਪਣੇ ਵਾਸਤੇ ਨਹੀਂ ਵਰਤਦੇ। ਇਹ ਸਧਾਰਨ ਚੀਜ਼ਾਂ ਤੁਸੀਂ ਹਰ ਪਰਮ ਸੰਤ ਸਤਿਗੁਰੂ ਵਿੱਚ ਪਾ ਸਕਦੇ ਹੋ।
ਜੇ ਤੁਹਾਨੂੰ ਲੱਗਦਾ ਹੈ ਕਿ ਇਹ ਸਧਾਰਨ ਚੀਜ਼ਾਂ ਵੀ ਲਾਪਤਾ ਹਨ ਤਾਂ ਤੁਸੀਂ ਨਿਸ਼ਚਿਤ ਤੌਰ 'ਤੇ ਕਹਿ ਸਕਦੇ ਹੋ ਕਿ ਉਹ ਇੱਕ ਪਰਮ ਸੰਤ ਸਤਿਗੁਰੂ ਨਹੀਂ ਹੈ। ਉਹ ਕਿਸੇ ਪੱਧਰ ਦਾ ਅਧਿਆਪਕ ਹੋ ਸਕਦਾ ਹੈ ਪਰ ਪਰਮ ਸੰਤ ਸਤਿਗੁਰੂ ਨਹੀਂ ਹੋ ਸਕਦਾ। ਹੁਣ ਪ੍ਰਸ਼ਨ ਹੁੰਦਾ ਹੈ ਕਿ ਜੇਕਰ ਅਸੀਂ ਇਹ ਜਾਣ ਨਹੀਂ ਸਕਦੇ ਕਿ ਇੱਕ ਪਰਮ ਸੰਤ ਸਤਿਗੁਰੂ ਕੌਣ ਹੈ ਕਿਉਂਕਿ ਉਹ ਬਹੁਤ ਸਧਾਰਨ ਹੁੰਦਾ ਹੈ ਤਾਂ ਅਸੀਂ ਉਸ ਨੂੰ ਕਿੱਦਾਂ ਲੱਭ ਸਕਦੇ ਹਾਂ? ਜੇਕਰ ਕੋਈ ਕਹਿੰਦਾ ਹੈ ਮੈਂ ਇੱਕ ਪਰਮ ਸੰਤ ਸਤਿਗੁਰੂ ਨੂੰ ਲੱਭਣਾ ਚਾਹੁੰਦਾ ਹਾਂ ਤਾਂ ਉਹ ਕਿਵੇਂ ਲੱਭ ਸਕਦਾ ਹੈ? ਉੱਤਰ ਇਹ ਹੈ ਕਿ ਤੁਸੀਂ ਉਸ ਨੂੰ ਨਹੀਂ ਲੱਭ ਸਕਦੇ। ਇਹ ਹੋ ਹੀ ਨਹੀਂ ਸਕਦਾ। ਕੋਈ ਵੀ ਇੱਕ ਪਰਮ ਸੰਤ ਸਤਿਗੁਰੂ ਨੂੰ ਨਹੀਂ ਲੱਭ ਸਕਦਾ। ਗੱਲ ਖਤਮ। ਕਿਉਂਕਿ ਉਹ ਬਹੁਤ ਸਧਾਰਨ ਹੁੰਦੇ ਹਨ। ਇਸ ਦਾ ਹੋਰ ਕੋਈ ਹੱਲ ਹੈ ਹੀ ਨਹੀਂ। ਇੱਥੋਂ ਤੱਕ ਕਿ ਜੋ ਮਾਪਦੰਡ ਮੈਂ ਤੁਹਾਨੂੰ ਦੱਸੇ ਹਨ 20 ਠੱਗ ਉਸ ਦੀ ਨਕਲ ਕਰ ਸਕਦੇ ਹਨ। ਉਹ ਵਿਖਾਵਾ ਕਰ ਸਕਦੇ ਹਨ ਕਿ ਉਹਨਾਂ ਵਿੱਚ ਇਹ ਗੁਣ ਹਨ। ਸ਼ਾਇਦ ਉਹਨਾਂ ਕੋਲ ਅਸਲ ਵਿੱਚ ਉਹ ਗੁਣ ਨਾ ਹੀ ਹੋਣ। ਸੰਤ ਸਤਿਗੁਰੂ ਕਦੇ ਗੁੱਸੇ ਨਹੀਂ ਹੁੰਦੇ। ਇਹ ਲੋਕ ਆਪਣੇ ਆਪ ਨੂੰ ਸੰਤ ਸਤਿਗੁਰੂ ਵਾਂਗੂ ਦਿਸਣ ਲਈ ਕੁਛ ਦੇਰ ਲਈ ਗੁੱਸੇ 'ਤੇ ਕਾਬੂ ਕਰ ਸਕਦੇ ਹਨ। ਫਿਰ ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਇੱਕ ਸੰਤ ਸਤਿਗੁਰੂ ਕੌਣ ਹੈ? ਤੁਸੀਂ ਨਹੀਂ ਲੱਭ ਸਕਦੇ। ਫਿਰ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਇੱਕ ਸੰਤ ਸਤਿਗੁਰੂ ਨੂੰ ਨਹੀਂ ਲੱਭ ਸਕਦੇ ਪਰ ਇੱਕ ਸੰਤ ਸਤਿਗੁਰੂ ਤੁਹਾਨੂੰ ਲੱਭ ਸਕਦਾ ਹੈ। ਇੱਕ ਸੰਤ ਸਤਿਗੁਰੂ ਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਨੂੰ ਲੱਭਣਾ ਹੈ? ਤੁਹਾਡੇ ਅੰਦਰ ਦੀ ਜਗਿਆਸਾ ਤੋਂ। ਜੇ ਕਿਸੇ ਸੰਤ ਸਤਿਗੁਰੂ ਨੂੰ ਇਸ ਦਾ ਨਹੀਂ ਪਤਾ ਕਿ ਇੱਕ ਜਗਿਆਸੂ ਉਸ ਦਾ ਇੱਕ ਸ਼ਿਸ਼ ਉਸ ਦੀ ਅੰਦਰੋਂ ਜਗਿਆਸਾ ਜਾਂ ਭਾਲ ਕਰ ਰਿਹਾ ਹੈ ਅਤੇ ਉਹ ਸੰਤ ਸਤਿਗੁਰੂ ਕਿਸੇ ਸੰਯੋਗ ਕਿਸੇ ਢੰਗ ਨਾਲ ਉਸਦੇ ਸਾਹਮਣੇ ਪ੍ਰਗਟ ਨਹੀਂ ਹੁੰਦਾ ਤਾਂ ਉਹ ਇੱਕ ਪਰਮ ਸੰਤ ਸਤਿਗੁਰੂ ਹੈ ਹੀ ਨਹੀਂ। ਇੱਕ ਸਤਿਗੁਰੂ ਨੂੰ ਆਪਣੇ ਸ਼ਿਸ਼ ਬਾਰੇ ਉਸ ਸ਼ਿਸ਼ ਤੋਂ ਜ਼ਿਆਦਾ ਪਤਾ ਹੋਣਾ ਚਾਹੀਦਾ ਹੈ। ਇਸ ਲਈ ਜਦੋਂ ਤੁਸੀਂ ਆਪਣੇ ਦਿਲ ਵਿੱਚ ਜਗਿਆਸਾ ਅਤੇ ਪ੍ਰਾਰਥਨਾ ਕਰ ਰਹੇ ਹੁੰਦੇ ਹੋ ਕਿ ਮੈਨੂੰ ਇੱਕ ਪਰਮ ਸੰਤ ਸਤਿਗੁਰੂ ਚਾਹੀਦਾ ਹੈ, ਮੈਂ ਆਪਣੇ ਸੱਚੇ ਘਰ ਵਾਪਸ ਜਾਣਾ ਚਾਹੁੰਦਾ ਹਾਂ, ਇਹ ਉੱਚੀ ਸਾਰੀ ਬੋਲਣ ਦੀ ਚੀਕਣ ਦੀ ਜ਼ਰੂਰਤ ਨਹੀਂ ਹੈ। ਆਪਣੇ ਦਿਲ ਵਿੱਚ ਮਨ ਵਿੱਚ ਹੀ ਕਹੋ। ਜੇਕਰ ਤੁਸੀਂ ਇੱਦਾਂ ਜਗਿਆਸਾ ਕਰੋਗੇ ਤਾਂ ਇਹ ਨਿਸ਼ਚਿਤ ਹੈ ਇੱਕ ਪਰਮ ਸੰਤ ਸਤਿਗੁਰੂ ਤੁਹਾਡੀ ਜ਼ਿੰਦਗੀ ਵਿੱਚ ਜ਼ਰੂਰ ਆਵੇਗਾ। ਹੋ ਸਕਦਾ ਹੈ ਤੁਹਾਨੂੰ ਪਛਾਣਨ ਵਿੱਚ ਸਮਾਂ ਲੱਗੇ, ਉਸ ਦੀ ਪਾਲਣਾ ਕਰਨ ਵਿੱਚ ਸਮਾਂ ਲੱਗੇ, ਪਰ ਸੰਤ ਸਤਿਗੁਰੂ ਤੁਹਾਡੇ ਅੰਦਰ ਦੀ ਜਗਿਆਸਾ ਦੇ ਜਵਾਬ ਵਿੱਚ ਜ਼ਰੂਰ ਆਵੇਗਾ। ਉਸ ਨੂੰ ਖੋਜਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਖੋਜ ਉਲਝਣ ਪੈਦਾ ਕਰਦੀ ਹੈ। ਉਸ ਦੀ ਜਗ੍ਹਾ ਜਗ੍ਹਾ ਤਲਾਸ਼ ਕਰਨ ਨਾਲੋਂ ਬਿਹਤਰ ਇਹ ਹੈ ਕਿ ਇੱਕ ਹੀ ਜਗ੍ਹਾ 'ਤੇ ਰਹਿ ਕੇ ਉਸ ਦੀ ਉਡੀਕ ਕਰੋ। ਬਸ ਉਸ ਦੀ ਉਡੀਕ ਕਰੋ ਅਤੇ ਉਹ ਜ਼ਰੂਰ ਆਵੇਗਾ। ਮੈਂ ਆਪਣੀ ਜ਼ਿੰਦਗੀ ਵਿੱਚ ਕਈ ਲੋਕਾਂ ਨੂੰ ਭਾਲ ਕਰਦੇ ਦੇਖਿਆ ਹੈ। ਮੈਂ ਸਾਧਕਾਂ, ਸਤਸੰਗੀਆਂ, ਨਾਮਦਾਨ ਪ੍ਰਾਪਤ ਕੀਤੇ ਲੋਕਾਂ ਨੂੰ, ਸੰਤ ਸਤਿਗੁਰੂਆਂ ਨੂੰ ਅਤੇ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਮਿਲ ਚੁੱਕਾ ਹਾਂ ਅਤੇ ਹਰ ਵਾਰ ਮੈਂ ਇਸ ਨਿਯਮ ਦੀ ਪਾਲਣਾ ਹੁੰਦੇ ਦੇਖੀ ਹੈ। ਜਿੱਥੇ ਵੀ ਕੋਈ ਗੰਭੀਰ ਜਗਿਆਸੂ ਆਪਣੇ ਘਰ ਵਾਪਸ ਜਾਣ ਲਈ ਉਤਸੁਕ ਹੋਇਆ ਤਾਂ ਇੱਕ ਸੰਤ ਸਤਿਗੁਰੂ ਉਸ ਲਈ ਪ੍ਰਗਟ ਹੋਇਆ। ਉਸ ਜਗਿਆਸੂ ਨੇ ਸੰਤ ਸਤਿਗੁਰੂ ਜਾਂ ਕਾਮਲ ਮੁਰਸ਼ਦ ਨੂੰ ਨਹੀਂ ਲੱਭਿਆ। ਉਹ ਕਾਮਲ ਮੁਰਸ਼ਦ ਅਜਿਹੇ ਢੰਗ ਨਾਲ ਪ੍ਰਗਟ ਹੋਇਆ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਕਾਮਲ ਮੁਰਸ਼ਿਦ ਅਜੀਬ ਇਤਫਾਕ ਦੁਆਰਾ ਪ੍ਰਗਟ ਹੁੰਦਾ ਹੈ। ਕੋਈ ਤੁਹਾਨੂੰ ਆ ਕੇ ਕੁਛ ਕਹਿੰਦਾ ਹੈ, ਤੁਹਾਨੂੰ ਕੋਈ ਪਤਾ ਦਿੰਦਾ ਹੈ, ਤੁਸੀਂ ਉੱਥੇ ਜਾਂਦੇ ਹੋ ਅਤੇ ਉਸ ਦੀ ਬਜਾਏ ਕਿਸੇ ਹੋਰ ਨੂੰ ਮਿਲ ਬੈਠਦੇ ਹੋ। ਕਾਮਲ ਮੁਰਸ਼ਿਦ ਨੂੰ ਮਿਲਣ ਦੀਆਂ ਅਜੀਬ ਸੰਭਾਵਨਾਵਾਂ ਪਾਪਰੀਆਂ ਹਨ। ਜਗਿਆਸੂ ਆਪਣੀ ਸਾਰੀ ਜ਼ਿੰਦਗੀ ਕਾਮਲ ਮੁਰਸ਼ਿਦ ਦੀ ਭਾਲ ਕਰਦੇ ਹਨ ਅਤੇ ਉਸ ਨੂੰ ਨਹੀਂ ਲੱਭ ਪਾਉਂਦੇ, ਪਰ ਕਾਮਲ ਮੁਰਸ਼ਿਦ ਆ ਕੇ ਉਹਨਾਂ ਨੂੰ ਲੱਭ ਲੈਂਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਜਦੋਂ ਚੇਲਾ ਤਿਆਰ ਹੁੰਦਾ ਹੈ ਤਾਂ ਗੁਰੂ ਪ੍ਰਗਟ ਹੁੰਦਾ ਹੈ। ਉਹ ਇਹ ਨਹੀਂ ਕਹਿੰਦੇ ਕਿ ਜਦੋਂ ਚੇਲਾ ਤਿਆਰ ਹੋਵੇਗਾ ਤਾਂ ਉਹ ਗੁਰੂ ਨੂੰ ਲੱਭ ਲਵੇਗਾ। ਇਹ ਸੱਚ ਹੈ, ਇਹ ਹੂਬ ਹੂ ਹੈ। ਜਦੋਂ ਤੁਸੀਂ ਤਿਆਰ ਹੋ ਜਾਂਦੇ ਹੋ, ਜਦੋਂ ਤੁਹਾਡੀ ਜਗਿਆਸਾ ਤਤਪਰ ਹੋ ਜਾਵੇਗੀ ਤਾਂ ਗੁਰੂ ਤੁਹਾਡੇ ਜੀਵਨ ਵਿੱਚ ਪ੍ਰਗਟ ਹੋ ਜਾਵੇਗਾ। ਤੁਸੀਂ ਕਦੋਂ ਤਿਆਰ ਹੁੰਦੇ ਹੋ? ਇਹ ਇੱਕ ਹੋਰ ਸਵਾਲ ਹੈ। ਤੁਸੀਂ ਕਦੋਂ ਤਿਆਰ ਹੁੰਦੇ ਹੋ? ਤੁਸੀਂ ਉਸ ਸਮੇਂ ਤਿਆਰ ਹੁੰਦੇ ਹੋ ਜਦੋਂ ਤੁਸੀਂ ਕਹਿੰਦੇ ਹੋ ਕਿ ਬਹੁਤ ਹੋ ਗਿਆ, ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਇਹ ਮੇਰੀ ਜਗ੍ਹਾ ਨਹੀਂ ਹੈ, ਮੈਨੂੰ ਲੱਗਦਾ ਹੈ ਕਿ ਇੱਥੇ ਹੋਰ ਕੁਝ ਵੀ ਹੈ ਜੋ ਮੈਨੂੰ ਨਜ਼ਰ ਨਹੀਂ ਆ ਰਿਹਾ
ਅਤੇ ਮੈਂ ਇਸ ਤੋਂ ਅੱਗੇ ਜਾਣਾ ਚਾਹੁੰਦਾ ਹਾਂ। ਮੈਂ ਘਰ ਜਾਣਾ ਚਾਹੁੰਦਾ ਹਾਂ। ਮੈਂ ਉੱਥੇ ਜਾਣਾ ਚਾਹੁੰਦਾ ਹਾਂ ਜਿੱਥੇ ਸੱਚਾਈ ਹੋਵੇ। ਮੈਂ ਸੱਚ ਦੀ ਭਾਲ ਕਰਨਾ ਚਾਹੁੰਦਾ ਹਾਂ ਅਤੇ ਮੈਨੂੰ ਨਹੀਂ ਲੱਗਦਾ ਕਿ ਜੋ ਕੁਝ ਮੇਰੇ ਸਾਹਮਣੇ ਹੈ ਉਹ ਪੂਰਾ ਸੱਚ ਹੈ। ਅਜਿਹਾ ਲੱਗਦਾ ਹੈ ਕਿ ਲੋਕ ਪਖੰਡ ਕਰ ਰਹੇ ਹਨ। ਅਜਿਹਾ ਲੱਗਦਾ ਹੈ ਕਿ ਲੋਕ ਕਹਿ ਕੁਝ ਰਹੇ ਹਨ ਅਤੇ ਕਰ ਕੁਝ ਰਹੇ ਹਨ। ਅਜਿਹਾ ਲੱਗਦਾ ਹੈ ਕਿ ਇਹ ਸੰਸਾਰ ਬਹੁਤ ਅਜੀਬ ਹੈ। ਮੈਂ ਇਸ ਸੰਸਾਰ ਲਈ ਫਿੱਟ ਨਹੀਂ। ਜਦੋਂ ਤੁਹਾਡੇ ਵਿੱਚ ਇਹ ਭਾਵਨਾਵਾਂ ਹੋਣ ਤਾਂ ਤੁਸੀਂ ਤਿਆਰ ਹੋ। ਇਸ ਲਈ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਸੰਸਾਰ ਵਿੱਚ ਵਧੀਆ ਸਮਾਂ ਬਿਤਾ ਰਹੇ ਹੋ ਤਾਂ ਕੋਈ ਵੀ ਕਾਮਰ ਮੁਰਸ਼ਦ ਤੁਹਾਡੀ ਜ਼ਿੰਦਗੀ ਵਿੱਚ ਨਹੀਂ ਆਵੇਗਾ। ਇੱਕ ਆਦਮੀ ਮੈਨੂੰ ਅਮਰੀਕਾ ਦੇ ਇੱਕ ਸ਼ਹਿਰ ਵਿੱਚ ਮਿਲਿਆ। ਉਸਨੇ ਕਿਹਾ, ਮੈਂ ਤੁਹਾਡੇ ਯੂਟਿਊਬ ਲੈਕਚਰ ਦੇਖਦਾ ਹਾਂ। ਤੁਸੀਂ ਕਹਿੰਦੇ ਹੋ ਇੱਕ ਗੁਰੂ ਦੀ ਪਾਲਣਾ ਕਰੋ, ਇਹ ਕਰੋ, ਉਹ ਕਰੋ। ਮੈਂ ਤਾਂ ਬਹੁਤ ਖੁਸ਼ ਹਾਂ। ਮੇਰੇ ਕੋਲ ਬਹੁਤ ਸਾਰਾ ਪੈਸਾ ਹੈ, ਇੱਕ ਚੰਗਾ ਘਰ ਹੈ, ਮੈਂ ਚੰਗਾ ਸਮਾਂ ਬਤੀਤ ਕਰ ਰਿਹਾ ਹਾਂ, ਮੈਂ ਆਨੰਦ ਵਿੱਚ ਰਹਿ ਰਿਹਾ ਹਾਂ। ਮੈਂ ਕਿਉਂ ਕਿਸੇ ਦੀ ਪਾਲਣਾ ਕਰਾਂ? ਮੈਂ ਕਿਹਾ, ਤੈਨੂੰ ਪਾਲਣਾ ਕਰਨ ਦੀ ਕੋਈ ਲੋੜ ਨਹੀਂ ਹੈ। ਮੇਰੇ ਯੂਟਿਊਬ ਲੈਕਚਰ ਤੁਹਾਡੇ ਲਈ ਨਹੀਂ ਹਨ, ਮੇਰੇ ਸਤਸੰਗ ਤੁਹਾਡੇ ਲਈ ਨਹੀਂ ਹਨ, ਤੁਹਾਡੇ ਵਰਗੇ ਵਿਅਕਤੀ ਨੂੰ ਇਹਨਾਂ ਦੀ ਜ਼ਰੂਰਤ ਨਹੀਂ ਹੈ। ਘਰ ਜਾਓ, ਜਾਓ ਅਤੇ ਆਨੰਦ ਲਓ, ਤੁਹਾਨੂੰ ਇਸ ਦੀ ਜ਼ਰੂਰਤ ਨਹੀਂ ਹੈ। ਇੱਕ ਹਫ਼ਤੇ ਬਾਅਦ ਉਹ ਦੁਬਾਰਾ ਵਾਪਸ ਆਇਆ। ਮੈਂ ਉਸ ਨੂੰ ਪੁੱਛਿਆ, ਹੁਣ ਕੀ ਹੋਇਆ? ਉਹ ਕਹਿਣ ਲੱਗਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਸਭ ਤੋਂ ਦੁਖੀ ਹਾਂ, ਮੈਂ ਬਹੁਤ ਪਰੇਸ਼ਾਨ ਹਾਂ। ਮੈਂ ਕਿਹਾ, ਤੁਸੀਂ ਤਾਂ ਕਿਹਾ ਸੀ ਕਿ ਤੁਹਾਡੇ ਕੋਲ ਸਭ ਕੁਝ ਹੈ। ਮੇਰੇ ਕੋਲ ਪੈਸੇ ਹਨ, ਮੇਰੇ ਕੋਲ ਚੰਗਾ ਘਰ ਹੈ, ਮੇਰਾ ਚੰਗਾ ਵਪਾਰ ਹੈ, ਚੰਗੀ ਨੌਕਰੀ ਹੈ, ਮੇਰੇ ਕੋਲ ਸਭ ਕੁਝ ਹੈ, ਪਰ ਮੈਂ ਖੁਸ਼ ਨਹੀਂ ਹਾਂ। ਮੈਂ ਕਿਹਾ, ਕਿਹੜੀ ਗੱਲ ਤੋਂ ਪਰੇਸ਼ਾਨ ਹੋ? ਉਸਨੇ ਕਿਹਾ, ਕੀ ਤੁਸੀਂ ਮਾੜੇ ਸੰਬੰਧਾਂ ਬਾਰੇ ਜਾਣਦੇ ਹੋ? ਉਹ ਮੈਨੂੰ ਨਹੀਂ ਬੁਲਾਉਂਦੇ, ਮੇਰੇ ਦੋਸਤ ਮੈਨੂੰ ਪਸੰਦ ਨਹੀਂ ਕਰਦੇ। ਤੁਹਾਨੂੰ ਲੱਗਦਾ ਹੈ ਕਿ ਮੈਂ ਇਸ ਤਰ੍ਹਾਂ ਖੁਸ਼ ਰਹਿ ਸਕਦਾ ਹਾਂ? ਮੈਨੂੰ ਨਿਰਾਸ਼ਾਵਾਂ ਨੇ ਘੇਰਿਆ ਹੋਇਆ ਹੈ। ਮੈਂ ਆਪਣੇ ਆਲੇ ਦੁਆਲੇ ਦੀਆਂ ਹੋ ਰਹੀਆਂ ਘਟਨਾਵਾਂ ਕਰਕੇ ਉਦਾਸ ਹਾਂ। ਮੈਂ ਪ੍ਰੋਜ਼ੇਕ ਲੈਂਦਾ ਹਾਂ, ਇਹ ਐਂਟੀ ਡਿਪਰੈਸੈਂਟ ਦਵਾਈ ਹੈ। ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੈਂ ਖੁਸ਼ ਹਾਂ? ਮੈਂ ਕਿਹਾ, ਪਿਛਲੇ ਹਫ਼ਤੇ ਤੁਸੀਂ ਖੁਦ ਹੀ ਕਿਹਾ ਸੀ ਕਿ ਤੁਸੀਂ ਖੁਸ਼ ਹੋ, ਹੁਣ ਅਚਾਨਕ ਤੁਸੀਂ ਨਾ ਖੁਸ਼ ਹੋ। ਉਸਨੇ ਕਿਹਾ, ਪਿਛਲੇ ਹਫ਼ਤੇ ਮੈਂ ਤੁਹਾਨੂੰ ਸੱਚ ਦੱਸਣ ਵਿੱਚ ਸ਼ਰਮ ਮਹਿਸੂਸ ਕਰ ਰਿਹਾ ਸੀ। ਮੈਂ ਤੁਹਾਨੂੰ ਸਿਰਫ ਪਰਖ ਰਿਹਾ ਸੀ ਕਿ ਤੁਸੀਂ ਕੀ ਕਹੋਗੇ। ਮੈਂ ਸੋਚਿਆ ਸੀ ਕਿ ਤੁਸੀਂ ਕਹੋਗੇ ਕਿ ਨਹੀਂ ਨਹੀਂ ਤੁਸੀਂ ਖੁਸ਼ ਹੋ, ਫਿਰ ਵੀ ਤੁਹਾਨੂੰ ਆਉਣ ਦੀ ਜ਼ਰੂਰਤ ਹੈ। ਅਤੇ ਤੁਸੀਂ ਕਿਹਾ, ਨਹੀਂ, ਘਰ ਜਾਓ। ਮੈਨੂੰ ਬਹੁਤ ਚੰਗਾ ਲੱਗਿਆ। ਸੋਚਿਆ, ਘੱਟੋ ਘੱਟ ਇਹ ਵਿਅਕਤੀ ਇਮਾਨਦਾਰ ਤਾਂ ਹੈ। ਤੁਸੀਂ ਕਿਹਾ ਕਿ ਜੇਕਰ ਮੈਂ ਇਸ ਦੁਨੀਆਂ ਵਿੱਚ ਖੁਸ਼ ਹਾਂ ਤਾਂ ਘਰ ਜਾ ਅਤੇ ਆਨੰਦ ਲੈ, ਇਹ ਰੂਹਾਨੀ ਮਾਰਗ ਤੁਹਾਡੇ ਲਈ ਨਹੀਂ ਹੈ। ਤਦ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੇ ਦਿਲ ਦੀਆਂ ਅਸਲੀ ਭਾਵਨਾਵਾਂ ਤੁਹਾਨੂੰ ਜ਼ਰੂਰ ਦੱਸਣੀਆਂ ਚਾਹੀਦੀਆਂ ਹਨ। ਸੱਚ ਕੀ ਹੈ? ਜੇਕਰ ਤੁਸੀਂ ਦੁਨੀਆਂ 'ਤੇ ਨਜ਼ਰ ਮਾਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਹਰ ਪਾਸੇ ਨਿਰਾਸ਼ਾ ਹੀ ਨਿਰਾਸ਼ਾ ਹੈ। ਲੋਕ ਇਕੱਲੇਪਨ, ਉਦਾਸੀ, ਦੁੱਖ, ਟੁੱਟੇ ਵਾਅਦੇ, ਨਿਰਾਸ਼ਾ ਆਦਿ ਨਾਲ ਜਕੜੇ ਹੋਏ ਹਨ। ਮੈਂ ਉਸ ਲਈ ਇੰਨਾ ਕੁਝ ਕੀਤਾ ਪਰ ਉਸ ਲਈ ਮੇਰੇ ਲਈ ਕੁਝ ਨਹੀਂ ਕੀਤਾ। ਬਹੁਤ ਜ਼ਿਆਦਾ ਈਰਖਾ ਹੈ। ਇਹ ਭਾਵਨਾਤਮਕ ਸਮੱਸਿਆਵਾਂ ਉਹਨਾਂ ਦੀ ਦੂਸਰੀ ਸਥੂਲ ਚੀਜ਼ਾਂ 'ਤੇ ਹਾਵੀ ਹੋ ਜਾਂਦੀਆਂ ਹਨ। ਮੈਂ ਜਿੰਨੇ ਵੀ ਅਮੀਰ ਤੋਂ ਅਮੀਰ ਲੋਕ ਦੇਖੇ ਹਨ ਉਹ ਸਾਰੇ ਖੁਸ਼ੀ ਪੱਖੋਂ ਸਭ ਤੋਂ ਗਰੀਬ ਹਨ। ਬਹੁਤ ਅਮੀਰ ਲੋਕ, ਮਸ਼ਹੂਰ ਹਸਤੀਆਂ, ਹਾਲੀਵੁੱਡ ਦੀਆਂ ਮਸ਼ਹੂਰ ਫਿਲਮ ਹਸਤੀਆਂ, ਮੈਂ ਵੇਖਿਆ ਹੈ ਕਿ ਉਹ ਕਿੰਨੇ ਨਾਖੁਸ਼ ਹਨ ਅਤੇ ਸਕਰੀਨ 'ਤੇ ਉਹ ਬਹੁਤ ਖੁਸ਼ ਦਿਖਾਈ ਦਿੰਦੇ ਹਨ। ਅਸੀਂ ਉਹਨਾਂ ਨੂੰ ਦੂਰੋਂ ਵੇਖਦੇ ਹਾਂ ਅਤੇ ਸੋਚਦੇ ਹਾਂ, ਵਾਹ, ਉਹ ਤਾਂ ਬਹੁਤ ਖੁਸ਼ਕਿਸਮਤ ਹਨ। ਤੁਸੀਂ ਉਹਨਾਂ ਦੇ ਘਰ ਕੇਵਲ 2 ਦਿਨ ਰਹੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਹੈ। ਉਹਨਾਂ ਦਾ ਜੀਵਨ ਨਿਰਾਸ਼ਾ ਨਾਲ ਭਰਿਆ ਹੋਇਆ ਹੁੰਦਾ ਹੈ। ਅਸੀਂ ਸਾਰੇ ਅਸਲ ਵਿੱਚ ਕੁਝ ਭਾਲ ਰਹੇ ਹਾਂ। ਸਾਡੀ ਰੂਹ ਹਮੇਸ਼ਾ ਸੱਚਾਈ ਲਈ ਤਰਸਦੀ ਰਹਿੰਦੀ ਹੈ, ਪਰ ਸਾਡਾ ਮਨ ਸਾਨੂੰ ਸੰਸਾਰਿਕ ਕਾਰਜਾਂ ਵਿੱਚ ਵਿਅਸਤ ਰੱਖਦਾ ਹੈ ਅਤੇ ਰੂਹ ਦੀ ਤਾਂਘ ਨੂੰ ਪ੍ਰਗਟ ਨਹੀਂ ਕਰਨ ਦਿੰਦਾ। ਜਦੋਂ ਤੁਹਾਡੀ ਰੂਹ ਦੀ ਇੱਛਾ ਮਨ ਦੀ ਖੁਸ਼ ਹੋਣ ਦੀਆਂ ਕੋਸ਼ਿਸ਼ਾਂ ਤੋਂ ਉੱਤੇ ਲੰਘ ਜਾਂਦੀ ਹੈ ਤਾਂ ਤੁਸੀਂ ਤਿਆਰ ਹੁੰਦੇ ਹੋ। ਜਦੋਂ ਤੁਸੀਂ ਉਸ ਅਵਸਥਾ ਵਿੱਚ ਪਹੁੰਚ ਜਾਂਦੇ ਹੋ ਕਿ ਬਹੁਤ ਹੋ ਗਿਆ, ਹੁਣ ਹੋਰ ਨਹੀਂ, ਜਦੋਂ ਤੁਹਾਡਾ ਮਨ ਅਤੇ ਆਤਮਾ ਇਹ ਕਹਿੰਦੇ ਹਨ ਤਾਂ ਇੱਕ
ਗੁਰੂ ਤੁਹਾਡੇ ਜੀਵਨ ਵਿੱਚ ਆਪਣੇ ਆਪ ਆ ਜਾਵੇਗਾ। ਇਸ ਲਈ ਇਸ ਬਾਰੇ ਕਦੇ ਵੀ ਚਿੰਤਾ ਨਾ ਕਰੋ। ਜੇਕਰ ਤੁਸੀਂ ਕਿਸੇ ਅਜਿਹੇ ਗੁਰੂ ਕੋਲ ਪਹੁੰਚ ਜਾਓ ਜੋ ਇੱਕ ਪਰਮ ਸੰਤ ਸਤਿਗੁਰੂ ਨਹੀਂ ਹੈ, ਤਾਂ ਕੀ ਕੀਤਾ ਜਾਵੇ? ਇਸ ਤਰ੍ਹਾਂ ਹੋ ਸਕਦਾ ਹੈ ਤੁਹਾਨੂੰ ਨਹੀਂ ਪਤਾ ਕਿ ਉਹ ਪੂਰਾ ਹੈ ਜਾਂ ਨਹੀਂ, ਅਤੇ ਤੁਸੀਂ ਕਿਸੇ ਐਸੇ ਗੁਰੂ ਕੋਲ ਪਹੁੰਚ ਜਾਓ ਜੋ ਸੰਪੂਰਨ ਨਹੀਂ ਹੈ, ਤਾਂ ਕੀ ਹੋਵੇਗਾ? ਉਹ ਗੁਰੂ ਪੂਰਾ ਜਾਪਦਾ ਹੈ, ਕਿਉਂਕਿ ਉਹ ਉਹੀ ਚੀਜ਼ਾਂ ਦੱਸ ਰਿਹਾ ਹੈ ਜੋ ਪਰਮ ਗੁਰੂ ਦੱਸਦੇ ਹਨ। ਉਹ ਉਹਨਾਂ ਵਾਂਗ ਹੀ ਲੱਗਦਾ ਹੈ। ਅਸਲ ਵਿੱਚ ਕਈ ਵਾਰ ਤਾਂ ਉਹ ਦੂਸਰੇ ਗੁਰੂਆਂ ਤੋਂ ਵੀ ਵਧੀਆ ਲੱਗਦਾ ਹੈ। ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਕੀ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਪਤਾ ਲਗਾਉਣਾ ਚਾਹੀਦਾ ਹੈ ਕਿ ਉਹ ਸੰਪੂਰਨ ਹੈ ਜਾਂ ਨਹੀਂ? ਪਤਾ ਕਰਨ ਦਾ ਕੋਈ ਤਰੀਕਾ ਹੈ ਹੀ ਨਹੀਂ। ਜੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਹ ਵਿਅਕਤੀ ਸੰਪੂਰਨ ਗੁਰੂ ਹੈ, ਤਾਂ ਮੈਂ ਤੁਹਾਨੂੰ ਇੱਕ ਸੰਪੂਰਨ ਗੁਰੂ ਵਜੋਂ ਸਵੀਕਾਰ ਕਰ ਲਵਾਂਗਾ। ਜੇਕਰ ਤੁਹਾਡੇ ਕੋਲ ਇਹ ਨਿਰਣਾ ਕਰਨ ਦੀ ਸ਼ਕਤੀ ਹੈ ਅਤੇ ਤੁਸੀਂ ਦੱਸ ਸਕਦੇ ਹੋ ਕਿ ਕੋਈ ਵਿਅਕਤੀ ਸੰਪੂਰਨ ਗੁਰੂ ਹੈ, ਤਾਂ ਲਾਜ਼ਮੀ ਤੌਰ 'ਤੇ ਤੁਸੀਂ ਆਪਣੇ ਆਪ ਵਿੱਚ ਇੱਕ ਸੰਪੂਰਨ ਗੁਰੂ ਹੋ। ਇਸ ਲਈ ਇਸ ਅਵਸਥਾ ਵਿੱਚ ਅਸੀਂ ਇਹ ਨਿਰਣਾ ਨਹੀਂ ਕਰ ਸਕਦੇ ਕਿ ਕੌਣ ਇੱਕ ਸੰਪੂਰਨ ਗੁਰੂ ਹੈ। ਇਸ ਲਈ ਗੁਰੂ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਜੇ ਤੁਹਾਨੂੰ ਅਜਿਹਾ ਗੁਰੂ ਮਿਲਦਾ ਹੈ ਜੋ ਤੁਹਾਨੂੰ ਪੂਰੇ ਰਸਤੇ ਦੇ ਕੁਝ ਹਿੱਸੇ ਤੱਕ ਹੀ ਲਿਜਾਂਦਾ ਹੈ ਅਤੇ ਫਿਰ ਤੁਹਾਨੂੰ ਵਿੱਚੇ ਹੀ ਅਸੰਤੁਸ਼ਟ ਛੱਡ ਦਿੰਦਾ ਹੈ, ਤਾਂ ਇਹ ਸਪਸ਼ਟ ਹੈ ਕਿ ਉਹ ਸੰਪੂਰਨ ਗੁਰੂ ਨਹੀਂ ਸੀ, ਕਿਉਂਕਿ ਤੁਹਾਨੂੰ ਸੰਤੁਸ਼ਟੀ ਨਹੀਂ ਮਿਲੀ। ਤੁਹਾਨੂੰ ਮਹਿਸੂਸ ਨਹੀਂ ਹੋਇਆ ਕਿ ਤੁਸੀਂ ਘਰ ਪਹੁੰਚ ਗਏ ਹੋ। ਤੁਹਾਨੂੰ ਮਹਿਸੂਸ ਨਹੀਂ ਹੋਇਆ ਕਿ ਤੁਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਗਏ ਹੋ। ਪਰ ਉਸਨੇ ਤੁਹਾਨੂੰ ਰਾਤ ਦਾ ਕੁਝ ਸਫ਼ਰ ਤਾਂ ਪੂਰਾ ਕਰਾਇਆ। ਬਹੁਤ ਵਧੀਆ। ਜੇਕਰ ਉਹ ਗੁਰੂ ਥੋੜ੍ਹੇ ਜਿਹੇ ਰਾਹ ਤੱਕ ਹੀ ਲਿਜਾ ਕੇ ਇਸ ਤੋਂ ਅੱਗੇ ਨਹੀਂ ਲਿਜਾ ਪਾਉਂਦਾ, ਤਾਂ ਇਹ ਉਸ ਗੁਰੂ ਦੀ ਸੀਮਾ ਹੈ। ਉਹ ਆਪਣੀ ਸੀਮਾ 'ਤੇ ਪਹੁੰਚ ਗਿਆ। ਕੋਈ ਵੀ ਗੁਰੂ ਉਸ ਤੋਂ ਪਰੇ ਨਹੀਂ ਲਿਜਾ ਸਕਦਾ ਜਿੱਥੇ ਤੱਕ ਉਹ ਆਪ ਪਹੁੰਚਿਆ ਹੋਵੇ। ਉਹ ਇਸ ਤੋਂ ਅੱਗੇ ਤੁਹਾਨੂੰ ਲਿਜਾ ਹੀ ਨਹੀਂ ਸਕਦਾ। ਉਹ ਗੁਰੂ ਉੱਥੇ ਤੱਕ ਹੀ ਲਿਜਾ ਕੇ ਕਹੇਗਾ ਕਿ ਮੰਜ਼ਿਲ ਆ ਗਈ। ਜੇ ਤੁਸੀਂ ਅਜੇ ਵੀ ਅਸੰਤੁਸ਼ਟ ਹੋ ਅਤੇ ਕਹਿੰਦੇ ਹੋ ਇਹ ਉਹ ਨਹੀਂ ਜਿੱਥੇ ਮੈਂ ਪਹੁੰਚਣਾ ਚਾਹੁੰਦਾ ਸੀ, ਤਾਂ ਉਸ ਅਸੰਤੁਸ਼ਟਤਾ ਦੇ ਕਾਰਨ ਇੱਕ ਪਰਮ ਸੰਤ ਸਤਿਗੁਰੂ ਤੁਹਾਡੇ ਜੀਵਨ ਵਿੱਚ ਆਵੇਗਾ। ਇਹ ਕੁਦਰਤੀ ਨਿਯਮ ਹੈ। ਇਹ ਉਹ ਕਾਨੂੰਨ ਹੈ ਜਿਸ ਦਾ ਸ੍ਰਿਸ਼ਟੀ ਦੀ ਰਚਨਾ ਵੇਲੇ ਵਾਅਦਾ ਕੀਤਾ ਗਿਆ ਸੀ। ਇਹ ਹੁਣ ਨਹੀਂ ਬਣਾਇਆ ਜਾ ਰਿਹਾ, ਇਹ ਹਰ ਸਮੇਂ ਸੀ। ਇਸ ਲਈ ਕਦੇ ਵੀ ਚਿੰਤਾ ਨਾ ਕਰੋ ਕਿ ਗੁਰੂ ਸੰਪੂਰਨ ਹੈ ਜਾਂ ਨਹੀਂ। ਗੁਰੂ ਦੀਆਂ ਹਿਦਾਇਤਾਂ 'ਤੇ ਅਮਲ ਕਰੋ ਅਤੇ ਜਿੱਥੋਂ ਤੱਕ ਹੋ ਸਕੇ ਜਾਓ। ਜਦੋਂ ਤੁਸੀਂ ਹੋਰ ਅੱਗੇ ਨਹੀਂ ਵੱਧ ਸਕੋਗੇ, ਅਸੰਤੁਸ਼ਟ ਹੋਵੋਗੇ, ਆਪਣੇ ਦਿਲ ਅੰਦਰ ਜਿਗਿਆਸਾ ਕਰੋਗੇ ਅਤੇ ਕਹੋਗੇ ਮੈਨੂੰ ਹੋਰ ਚਾਹੀਦਾ ਹੈ, ਮੈਂ ਹੋਰ ਚਾਹੁੰਦਾ ਹਾਂ, ਤਾਂ ਤੁਸੀਂ ਹੋਰ ਪ੍ਰਾਪਤ ਕਰੋਗੇ। ਇੱਕ ਇੰਜੀਨੀਅਰ ਸੀ, ਵੱਡੇ ਮਹਾਰਾਜ ਦਾ ਇੱਕ ਚੇਲਾ। ਉਸ ਦਾ ਨਾਮ ਤ੍ਰਿਲੋਕ ਚੰਦ ਸੀ। ਮੈਂ ਤੁਹਾਨੂੰ ਉਸਦੀ ਕਹਾਣੀ ਇਸ ਲਈ ਸੁਣਾ ਰਿਹਾ ਹਾਂ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਇਹ ਇੱਕ ਆਮ ਕਹਾਣੀ ਹੈ। ਉਹ ਬਰਮਾ ਰੰਗੂਨ ਮਿਆਨ ਗਿਆਨ ਵਿੱਚ ਇੱਕ ਰੋਡ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ। ਉਹ ਇੱਕ ਬਹੁਤ ਕੰਜੂਸ ਆਦਮੀ ਸੀ। ਕੰਜੂਸ, ਤੁਸੀਂ ਜਾਣਦੇ ਹੋ ਕੰਜੂਸ ਕੌਣ ਹੁੰਦਾ ਹੈ? ਕੰਜੂਸ ਦਾ ਅਰਥ ਹੈ ਕਿ ਉਹ ਆਪਣੀ ਜੇਬ ਵਿੱਚੋਂ 1 ਰੁਪਇਆ ਕੱਢ ਕੇ ਉਸ ਵੱਲ ਵੇਖਦਾ ਸੀ। ਖਰਚ ਕਰਾਂ ਜਾਂ ਨਾ ਕਰਾਂ, ਖਰਚ ਕਰਾਂ ਜਾਂ ਨਾ ਕਰਾਂ, ਚਲੋ ਖਰਚ ਨਹੀਂ ਕਰਦਾ। ਇਸ ਤਰ੍ਹਾਂ ਉਸਨੇ ਇੱਕ ਇੰਜੀਨੀਅਰ ਦੀ ਥੋੜ੍ਹੀ ਤਨਖਾਹ ਵਿੱਚੋਂ 30,000 ਰੁਪਏ ਦੀ ਬੱਚਤ ਕਰ ਲਈ। ਫਿਰ ਵੀ ਉਸਨੂੰ ਇੱਕ ਸੰਪੂਰਨ ਗੁਰੂ ਨੂੰ ਲੱਭਣ ਦੀ ਤੀਬਰ ਇੱਛਾ ਸੀ। ਕਿਸੇ ਨੇ ਉਸਨੂੰ ਦੱਸਿਆ ਕਿ ਭਾਰਤ ਮਦਰਾਸ ਵਿੱਚ ਇੱਕ ਸਵਾਮੀ ਹੈ ਜੋ ਬਹੁਤ ਗਿਆਨਵਾਨ ਹੈ ਅਤੇ ਤੁਹਾਨੂੰ ਗਿਆਨ ਦੇ ਸਕਦਾ ਹੈ ਅਤੇ ਤੁਸੀਂ ਉਸ ਨੂੰ ਮਿਲ ਕੇ ਖੁਸ਼ੀ ਮਹਿਸੂਸ ਕਰੋਗੇ। ਇਸ ਲਈ ਉਸਨੇ ਆਪਣੀ ਨੌਕਰੀ ਛੱਡ ਦਿੱਤੀ, ਸਭ ਕੁਝ ਬਰਮਾ ਵਿੱਚ ਛੱਡ ਦਿੱਤਾ, ਭਾਰਤ ਆਇਆ, ਮਦਰਾਸ ਗਿਆ ਅਤੇ ਉਸ ਸਵਾਮੀ ਨੂੰ ਮਿਲਿਆ ਅਤੇ ਕਿਹਾ, ਸਵਾਮੀ ਜੀ, ਮੈਂ ਗਿਆਨ, ਖੁਸ਼ੀ ਅਤੇ ਸ਼ਾਂਤੀ ਚਾਹੁੰਦਾ ਹਾਂ। ਮੈਨੂੰ ਉਹ ਸਾਰੀਆਂ ਚੰਗੀਆਂ ਚੀਜ਼ਾਂ ਚਾਹੀਦੀਆਂ ਹਨ ਜੋ ਸੱਚੇ ਘਰ ਵਿੱਚ ਹਨ। ਮੈਂ ਇਸ ਦੁਨੀਆ ਤੋਂ ਤੰਗ ਆ ਗਿਆ ਹਾਂ। ਅਤੇ ਸਵਾਮੀ ਜੀ ਨੇ ਕਿਹਾ, ਜ਼ਰੂਰ, ਮੈਂ ਤੁਹਾਨੂੰ ਦੇ ਸਕਦਾ ਹਾਂ, ਪਰ ਤੁਹਾਨੂੰ ਕੀਮਤ ਚੁਕਾਉਣੀ ਪਵੇਗੀ। ਉਸਨੇ ਕਿਹਾ, ਮੈਂ ਕੋਈ ਵੀ ਕੀਮਤ ਦੇ ਸਕਦਾ ਹਾਂ। ਸਵਾਮੀ ਨੇ ਕਿਹਾ, ਕੀ ਤੁਸੀਂ ਰਾਜਾ ਜਨਕ ਅਤੇ ਅਸ਼ਟਾਵਕਰ ਦੀ ਕਹਾਣੀ ਸੁਣੀ ਹੈ? ਅਸ਼ਟਾਵਕਰ ਨੇ ਰਾਜੇ ਜਨਕ ਨੂੰ 3 ਚੀਜ਼ਾਂ ਦੇਣ ਲਈ ਕਿਹਾ, ਆਪਣੀ ਦੌਲਤ ਦਿਓ,
ਆਪਣਾ ਸਰੀਰ ਦਿਓ ਅਤੇ ਆਪਣਾ ਮਨ ਦਿਓ ਅਤੇ ਮੈਂ ਤੁਹਾਨੂੰ ਸੱਚਾ ਗਿਆਨ ਦੇਵਾਂਗਾ। ਮੈਂ ਉਸੇ ਪ੍ਰਣਾਲੀ ਦੀ ਪਾਲਣਾ ਕਰਦਾ ਹਾਂ। ਮੈਂ ਅਸ਼ਟਾਵਕਰ ਦਾ ਚੇਲਾ ਹਾਂ। ਇਸ ਲਈ ਜੇ ਤੁਸੀਂ ਸੱਚਾ ਗਿਆਨ ਚਾਹੁੰਦੇ ਹੋ ਤਾਂ ਮੈਨੂੰ ਆਪਣਾ ਸਰੀਰ ਦਿਓ, ਮੈਨੂੰ ਆਪਣੀ ਦੌਲਤ ਦਿਓ ਅਤੇ ਮੈਨੂੰ ਆਪਣਾ ਮਨ ਦਿਓ। ਮੈਂ ਤੁਹਾਨੂੰ ਸੱਚਾ ਗਿਆਨ ਦੇਵਾਂਗਾ। ਉਸਨੇ ਕਿਹਾ, ਠੀਕ ਹੈ। ਸਵਾਮੀ ਨੇ ਕਿਹਾ, ਤੁਹਾਡੇ ਕੋਲ ਕਿੰਨੇ ਪੈਸੇ ਹਨ? ਚਲੋ ਦੋਨੋਂ ਤੋਂ ਸ਼ੁਰੂਆਤ ਕਰੀਏ। ਉਸਨੇ ਕਿਹਾ, ਮੈਂ ਹੁਣ ਤੱਕ 30,000 ਰੁਪਏ ਇਕੱਠੇ ਕੀਤੇ ਹਨ। ਹੌਲੀ ਹੌਲੀ ਕਰਕੇ ਮੈਂ ਇਹ ਪੈਸਾ ਬਚਾਇਆ ਹੈ। ਸਵਾਮੀ ਨੇ ਕਿਹਾ, ਪਹਿਲਾਂ ਉਹ 30,000 ਰੁਪਏ ਮੇਰੇ ਖਾਤੇ ਵਿੱਚ ਟ੍ਰਾਂਸਫਰ ਕਰੋ। ਮੈਂ ਇੱਕ ਮੰਦਰ ਬਣਾਉਣਾ ਹੈ ਅਤੇ ਮੈਂ ਤੁਹਾਡੇ ਪੈਸੇ ਨਾਲ ਸ਼ੁਰੂਆਤ ਕਰਾਂਗਾ। ਇਹ ਚੰਗੀ ਸ਼ੁਰੂਆਤ ਹੋਵੇਗੀ ਅਤੇ ਅਸੀਂ ਅਗਲੇ ਕਦਮ ਫਿਰ ਜਾਵਾਂਗੇ। ਦੇਖੋ, ਇਸ ਵਿਅਕਤੀ ਨੂੰ ਜੋ 1 ਰੁਪਿਆ ਵੀ ਨਹੀਂ ਸੀ ਖਰਚ ਸਕਦਾ, ਉਸਨੇ 30,000 ਰੁਪਏ ਸਵਾਮੀ ਜੀ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੇ। ਸੱਚੇ ਗਿਆਨ ਨੂੰ ਪ੍ਰਾਪਤ ਕਰਨ ਦੀ ਉਸਦੀ ਬਹੁਤ ਤੀਬਰ ਇੱਛਾ ਸੀ। ਸਵਾਮੀ ਜੀ ਨੇ ਮੰਦਰ ਉਸਾਰਨਾ ਸ਼ੁਰੂ ਕਰ ਦਿੱਤਾ। ਸਵਾਮੀ ਜੀ ਨੇ ਫਿਰ ਕਿਹਾ, ਹੁਣ ਮੈਨੂੰ ਆਪਣਾ ਸਰੀਰ ਦਿਓ। ਉਸਨੇ ਪੁੱਛਿਆ, ਤੁਹਾਨੂੰ ਕਿਸ ਤਰ੍ਹਾਂ ਮੇਰਾ ਸਰੀਰ ਚਾਹੀਦਾ ਹੈ? ਸਵਾਮੀ ਨੇ ਕਿਹਾ, ਜੋ ਅਭਿਆਸ ਮੈਂ ਸਿਖਾਉਣ ਜਾ ਰਿਹਾ ਹਾਂ, ਉਸ ਲਈ ਤੇਰੇ ਸਰੀਰ ਦਾ ਛੋਟਾ ਜਿਹਾ ਆਪਰੇਸ਼ਨ ਕਰਨਾ ਪਵੇਗਾ। ਮੈਂ ਤੈਨੂੰ ਪ੍ਰਾਣਾਯਾਮ, ਸਾਹ ਲੈਣ ਦੀ ਕਸਰਤ ਸਿਖਾਵਾਂਗਾ। ਤੂੰ ਇੱਕ ਨਾਸਿਕਾ ਤੋਂ ਇੱਕ ਵਾਰ ਅਤੇ ਫਿਰ ਦੂਜੀ ਨਾਸਿਕਾ ਤੋਂ ਸਾਹ ਲੈਣਾ ਹੈ। ਇੱਕ ਦੋ, ਇੱਕ ਦੋ, ਇਸ ਤਰ੍ਹਾਂ ਬਦਲ ਕੇ। ਪਰ ਤੂੰ ਆਪਣੀ ਉਂਗਲ ਜਾਂ ਆਪਣੇ ਹੱਥ ਦੀ ਵਰਤੋਂ ਨਹੀਂ ਕਰੇਗਾ, ਕਿਉਂਕਿ ਜੇ ਤੂੰ ਆਪਣੀਆਂ ਉਂਗਲਾਂ ਦੀ ਵਰਤੋਂ ਕਰੇਗਾ ਤਾਂ ਤਵੱਜੋ ਉਂਗਲਾਂ ਵੱਲ ਜਾਵੇਗੀ ਅਤੇ ਅਸੀਂ ਤਵੱਜੋ ਨੂੰ ਅੰਦਰ ਖਿੱਚਣਾ ਹੈ। ਇਸ ਲਈ ਵਿਕਲਪ ਅੰਦਰੋਂ ਹੀ ਕਰਨਾ ਪਵੇਗਾ। ਇਸ ਦਾ ਇੱਕੋ ਇੱਕ ਰਾਸਤਾ ਹੈ ਜੀਵ ਦੁਆਰਾ। ਜੀਵ ਪਿੱਛੇ ਵੱਲ ਜਾ ਸਕਦੀ ਹੈ ਅਤੇ ਜੀਵ ਅੰਦਰ ਤੋਂ ਇੱਕ ਪਾਸੇ ਤੋਂ ਦੂਜੇ ਪਾਸੇ ਵੱਲ ਲਿਜਾਈ ਜਾ ਸਕਦੀ ਹੈ। ਜੀਵ ਨਾਲ ਦੋਵੇਂ ਨਾਸਾਂ ਤੋਂ ਵਾਰੀ ਵਾਰੀ ਸਾਹ ਲਿਆ ਜਾ ਸਕਦਾ ਹੈ, ਪਰ ਇਸ ਲਈ ਜੀਵ ਨੂੰ ਪਿੱਛੇ ਵੱਲ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ ਅਤੇ ਜੀਵ ਸਾਹਮਣੇ ਤੋਂ ਤੰਤੂਆਂ ਅਤੇ ਮਾਸਪੇਸ਼ੀਆਂ ਨਾਲ ਬੱਝੀ ਹੁੰਦੀ ਹੈ। ਉਸਨੇ ਕਿਹਾ, ਇਸ ਨੂੰ ਕੱਟਣਾ ਪਵੇਗਾ। ਫਿਰ ਸਵਾਮੀ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਉਸਦੀ ਜੀਭ ਸੱਪ ਦੀ ਜੀਭ ਵਾਂਗ ਬਾਹਰ ਆਈ। ਇਹ ਬਹੁਤ ਢਿੱਲੀ ਅਤੇ ਵੱਡੀ ਸੀ। ਉਸਨੇ ਕਿਹਾ, ਮੈਂ ਇਹ ਆਪਰੇਸ਼ਨ ਕਰਵਾਇਆ ਹੈ ਅਤੇ ਹੁਣ ਮੈਂ ਆਪਣੀ ਜੀਭ ਨੂੰ ਪਿੱਛੇ ਮੋੜ ਕੇ ਪ੍ਰਾਣਾਯਾਮ ਕਰ ਸਕਦਾ ਹਾਂ। ਤੈਨੂੰ ਵੀ ਇਹ ਕਰਨਾ ਪਵੇਗਾ। ਉਸਨੇ ਪੁੱਛਿਆ, ਕਿ ਇਸ ਉੱਤੇ ਬਹੁਤ ਖਰਚਾ ਆਵੇਗਾ? ਨਹੀਂ ਨਹੀਂ ਨਹੀਂ, ਮੈਂ ਇਹ ਕਰ ਦਿਆਂਗਾ। ਉਸਨੇ ਕਿਹਾ, ਕਿ ਤੁਸੀਂ ਜੀਭ ਦੇ ਟੈਂਡਨ ਕੱਟ ਦਿਓਗੇ? ਨਹੀਂ ਨਹੀਂ, ਮੈਂ ਰੇਗਮਾਰ ਦਾ ਇਸਤੇਮਾਲ ਕਰਾਂਗਾ। ਤੈਨੂੰ ਸਰੀਰ ਦੀ ਕੁਰਬਾਨੀ ਦੇਣੀ ਪਵੇਗੀ। ਸ਼ਾਇਦ ਮੈਂ ਰੇਗਮਾਰ ਵੀ ਨਾ ਵਰਤਾਂ, ਸ਼ਾਇਦ ਮੈਂ ਬਿੱਛੂ ਬੂਟੀ ਦੀ ਵਰਤੋਂ ਕਰਾਂਗਾ। ਇਸ ਨਾਲ ਥੋੜ੍ਹੀ ਜਿਹੀ ਜ਼ਿਆਦਾ ਤਕਲੀਫ ਹੋਵੇਗੀ ਅਤੇ ਇਸ ਨੂੰ ਕਰਨ ਵਿੱਚ 1 ਮਹੀਨਾ ਲੱਗੇਗਾ। ਉਸ ਵਿਅਕਤੀ ਤ੍ਰਿਲੋਕ ਚੰਦ ਬਾਰੇ ਕਲਪਨਾ ਕਰੋ, ਇੰਜੀਨੀਅਰ ਜਿਸਨੇ 1 ਮਹੀਨੇ ਤਸੀਹੇ ਸਹੇ ਅਤੇ ਓਪਰੇਸ਼ਨ ਦੌਰਾਨ ਹਰ ਦਿਨ ਚੀਕਾਂ ਮਾਰੀਆਂ। 1 ਮਹੀਨੇ ਬਾਅਦ ਉਸਦੀ ਜੀਭ ਢਿੱਲੀ ਹੋ ਗਈ ਅਤੇ ਫਿਰ ਸਵਾਮੀ ਨੇ ਉਸਨੂੰ ਅਭਿਆਸ ਅਤੇ ਪ੍ਰਾਣਾਯਾਮ ਕਰਨਾ ਸਿਖਾਇਆ ਅਤੇ ਉਸਨੇ ਇਹ ਸਭ ਕੁਝ ਸਿੱਖਿਆ। ਫਿਰ ਉਸਨੇ ਕਿਹਾ, ਹੁਣ ਮੈਨੂੰ ਆਪਣਾ ਮਨ ਦੇ ਦੇ। ਅਤੇ ਉਸਨੇ ਉਸਨੂੰ ਜੀਭ ਦਾ ਇਸਤੇਮਾਲ ਕਰਨਾ, ਸਾਹ ਬਾਰੇ ਅਤੇ ਕੁਝ ਮੰਤਰ ਇਸਤੇਮਾਲ ਕਰਨੇ ਸਿਖਾਏ। ਤ੍ਰਿਲੋਕ ਚੰਦ ਨੂੰ ਕੁਝ ਅਨੁਭਵ ਹੋਏ। ਉਸਨੇ ਰੋਸ਼ਨੀ ਦੇ ਲਿਸ਼ਕਾਰੇ ਵੇਖੇ, ਉਸਨੇ ਰੰਗ ਦੇਖੇ, ਉਸਨੇ ਕੁਝ ਤਸਵੀਰਾਂ ਅਤੇ ਕੁਝ ਹੋਰ ਚੀਜ਼ਾਂ ਦੇਖੀਆਂ, ਪਰ ਉਹ ਸੰਤੁਸ਼ਟ ਨਹੀਂ ਹੋਇਆ। ਤ੍ਰਿਲੋਕ ਚੰਦ ਨੇ ਕਿਹਾ, ਮੈਨੂੰ ਨਹੀਂ ਲੱਗਦਾ ਕਿ ਇਹ ਗਿਆਨ ਹੈ, ਮੈਨੂੰ ਤਾਂ ਇਹ ਛੋਟਾ ਜਿਹਾ ਅਨੁਭਵ ਲੱਗਦਾ ਹੈ। ਸਵਾਮੀ ਜੀ, ਇਹ ਗਿਆਨ ਨਹੀਂ ਹੈ। ਸਵਾਮੀ ਜੀ ਨੇ ਕਿਹਾ, ਮੈਂ ਤੈਨੂੰ ਇਹੀ ਕੁਝ ਦੇ ਸਕਦਾ ਹਾਂ। ਜੇ ਤੂੰ ਕੁਝ ਹੋਰ ਚਾਹੁੰਦਾ ਹੈ ਤਾਂ ਤੈਨੂੰ ਕਿਤੇ ਹੋਰ ਜਾਣਾ ਪਵੇਗਾ, ਮੈਂ ਇਸ ਤੋਂ ਵੱਧ ਕੁਝ ਨਹੀਂ ਕਰ ਸਕਦਾ। ਇਸ ਤੋਂ ਬਾਅਦ ਉਹ ਇੱਧਰ ਉੱਧਰ ਘੁੰਮਦਾ ਰਿਹਾ। ਬਹੁਤ ਸਾਲਾਂ ਬਾਅਦ ਉਹ ਵੱਡੇ ਮਹਾਰਾਜ ਕੋਲ ਆਇਆ ਅਤੇ ਉੱਥੋਂ ਨਾਮ ਪ੍ਰਾਪਤ ਕੀਤਾ। ਉਸਨੇ ਤੇਜ਼ੀ ਨਾਲ ਤਰੱਕੀ ਕੀਤੀ ਕਿਉਂਕਿ ਉਹ ਬਹੁਤ ਤੀਬਰ ਜਗਿਆਸੂ ਸੀ। ਡੇਰੇ ਵਿੱਚ ਚੰਗੀ ਤਰੱਕੀ ਕਰਨ ਵਜੋਂ ਇੱਕ ਇੰਜੀਨੀਅਰ ਸਾਹਿਬ ਹਰ ਪਾਸੇ ਜਾਣੇ ਜਾਂਦੇ ਸਨ। ਹਰ ਜਗ੍ਹਾ ਉਹ ਨਿਮਾਣੇ ਰਹਿੰਦੇ, ਦੀਨ ਦਿਆਲ ਉਚਾਰਦੇ ਰਹਿੰਦੇ। ਇੱਕ ਦਿਨ ਉਹ ਵੱਡੇ ਮਹਾਰਾਜ ਨਾਲ ਬੈਠੇ ਸਨ। ਸ਼ਾਮ ਵੇਲੇ ਸਾਡੇ ਵਿੱਚੋਂ ਕਈ ਲੋਕ ਉਹਨਾਂ ਕੋਲ ਬੈਠ ਜਾਂਦੇ। ਅਸੀਂ ਉਸਦੇ ਆਸ ਪਾਸ ਬੈਠੇ ਸੀ।
ਅਤੇ ਉਸਨੇ ਕਿਹਾ, ਮਹਾਰਾਜ, ਜੇ ਮੈਨੂੰ ਪਤਾ ਹੁੰਦਾ ਕਿ ਤੁਸੀਂ ਮੇਰੇ ਮੁਰਸ਼ਦ ਬਣਨ ਜਾ ਰਹੇ ਹੁੰਦੇ ਤਾਂ ਮੈਂ ਉਹ 30,000 ਰੁਪਏ ਉਸ ਸਵਾਮੀ ਨੂੰ ਨਾ ਦਿੱਤੇ ਹੁੰਦੇ। ਮਹਾਰਾਜ ਹੱਸ ਪਏ। ਵੱਡੇ ਮਹਾਰਾਜ ਹੱਸ ਪਏ। ਉਹਨਾਂ ਕਿਹਾ, ਤਰਲੋਕ ਚੰਦ, ਤੂੰ ਨਹੀਂ ਜਾਣਦਾ ਪਰ ਜਿਸ ਦਿਨ ਤੂੰ ਮੇਰੇ ਕੋਲ ਆਇਆ ਸੀ ਮੈਂ ਉਸ ਦਿਨ ਉਹਨਾਂ 30,000 ਰੁਪਇਆ ਨੂੰ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰ ਲਿਆ ਸੀ। ਫਿਰ ਵੱਡੇ ਮਹਾਰਾਜ ਨੇ ਸਮਝਾਇਆ, ਸ਼ਿਸ਼ ਦੀ ਕੋਈ ਵੀ ਕੋਸ਼ਿਸ਼ ਕਦੇ ਵਿਅਰਥ ਨਹੀਂ ਜਾਂਦੀ। ਤੁਸੀਂ ਕਿਸੇ ਗੁਰੂ ਕੋਲ ਵੀ ਹੋਵੋ ਅਤੇ ਉੱਥੇ ਕੁਝ ਕਦਮ ਪੁੱਟੋ ਅਤੇ ਜਦੋਂ ਅੰਤ ਨੂੰ ਤੁਸੀਂ ਇੱਕ ਕਾਮਨ ਮੁਰਸ਼ਿਦ ਕੋਲ ਆਉਂਦੇ ਹੋ ਤਾਂ ਪਹਿਲਾਂ ਪੁੱਟੇ ਹੋਏ ਕਦਮ ਉਸੇ ਤਰ੍ਹਾਂ ਗਿਣੇ ਜਾਂਦੇ ਹਨ ਜਿਵੇਂ ਕਿ ਤੁਸੀਂ ਉਸ ਕਾਮਨ ਮੁਰਸ਼ਿਦ ਨਾਲ ਹੀ ਸੀ। ਇਸ ਲਈ ਕਦੇ ਵੀ ਚਿੰਤਾ ਨਾ ਕਰੋ ਕਿ ਤੁਹਾਡਾ ਗੁਰੂ ਸੰਪੂਰਨ ਹੈ ਜਾਂ ਨਹੀਂ, ਇਹ ਮਹੱਤਵਪੂਰਨ ਨਹੀਂ। ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਜਿਗਿਆਸੂ ਹੋ ਕੇ ਭਾਲ ਕਰ ਰਹੇ ਹੋ, ਕਿ ਤੁਸੀਂ ਆਪਣੇ ਅੰਦਰ ਤਰੱਕੀ ਕਰ ਰਹੇ ਹੋ, ਕਿ ਹਰ ਰੋਜ਼ ਪਹਿਲਾਂ ਨਾਲੋਂ ਵਧੇਰੇ ਸੰਤੁਸ਼ਟ ਮਹਿਸੂਸ ਕਰ ਰਹੇ ਹੋ। ਜੇ ਇਸ ਤਰ੍ਹਾਂ ਹੈ ਤਾਂ ਤੁਸੀਂ ਚੰਗੀ ਸਥਿਤੀ ਵਿੱਚ ਹੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਧਰੇ ਫਸ ਗਏ ਹੋ ਅਤੇ ਹੋਰ ਅੱਗੇ ਨਹੀਂ ਜਾ ਪਾ ਰਹੇ ਤਾਂ ਹੋਰ ਲਈ ਪ੍ਰਾਰਥਨਾ ਕਰੋ। ਜ਼ਰੂਰ ਕੋਈ ਹੋਰ ਗੁਰੂ ਆਵੇਗਾ ਜੋ ਹੋਰ ਅੱਗੇ ਤੋਂ ਵਾਕਫ ਹੋਵੇ ਅਤੇ ਉਹ ਤੁਹਾਨੂੰ ਹੋਰ ਅੱਗੇ ਲੈ ਜਾਵੇਗਾ। ਇਹ ਤੁਹਾਡਾ ਕੰਮ ਨਹੀਂ ਹੈ। ਤੁਹਾਡਾ ਕੰਮ ਹੈ ਜਿਗਿਆਸਾ ਕਰਨਾ, ਅੰਦਰ ਭਾਲ ਕਰੋ। ਤੁਹਾਡੇ ਕੋਲ ਆਉਣ ਦਾ ਕੰਮ ਗੁਰੂ ਦਾ ਹੈ। ਤੁਹਾਡੀ ਜਿਗਿਆਸਾ ਦੇ ਜਵਾਬ ਵਿੱਚ ਆਉਣਾ ਅਤੇ ਤੁਹਾਨੂੰ ਲੈ ਕੇ ਜਾਣ ਦਾ ਕੰਮ ਇੱਕ ਪਰਮ ਸੰਤ ਸਤਿਗੁਰੂ ਦਾ ਹੈ। ਇਹ ਉਹਨਾਂ ਦੀ ਭੂਮਿਕਾ ਹੈ। ਇਸ ਲਈ ਹੀ ਉਹ ਇਸ ਸੰਸਾਰ ਵਿੱਚ ਨਿਸ਼ਾਨਬੱਧ ਜਿਗਿਆਸੂਆਂ ਨੂੰ ਲੈ ਜਾਣ ਲਈ ਆਉਂਦੇ ਹਨ ਜੋ ਵਾਪਸ ਸੱਚੇ ਘਰ ਜਾਣ ਲਈ ਤਿਆਰ ਹੁੰਦੇ ਹਨ। ਇਹ ਜੋ ਮੈਂ ਤੁਹਾਨੂੰ ਕੁਝ ਚੀਜ਼ਾਂ ਦੱਸ ਰਿਹਾ ਹਾਂ ਉਹ ਮੈਂ ਆਪਣੇ ਤਜਰਬੇ ਤੋਂ ਸਾਂਝੇ ਕਰ ਰਿਹਾ ਹਾਂ। ਇਹਨਾਂ ਚੀਜ਼ਾਂ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ। ਬਸ ਆਪਣੇ ਅਭਿਆਸ 'ਤੇ ਧਿਆਨ ਦਿਓ, ਜਿਵੇਂ ਅਸੀਂ ਇੱਥੇ ਕੁਝ ਅਭਿਆਸ ਹੁਣੇ ਕੀਤਾ ਸੀ। ਇਸ ਨੂੰ ਹਰ ਰੋਜ਼ ਕਰੋ ਨਿਯਮਤ ਤੌਰ 'ਤੇ। ਮੇਰੇ ਅਨੁਸਾਰ ਇੱਕ ਹਫ਼ਤੇ ਬਾਅਦ 3 ਘੰਟੇ ਨਾਲੋਂ 15 ਮਿੰਟ ਰੋਜ਼ ਦਾ ਅਭਿਆਸ ਕਰਨਾ ਜ਼ਿਆਦਾ ਚੰਗਾ ਹੈ। ਇਹ ਕਹਿਣਾ ਕਿ ਇੱਕ ਦਿਨ ਮੈਂ ਸਾਰਾ ਪਿਛਲਾ ਰਹਿੰਦਾ ਅਭਿਆਸ ਪੂਰਾ ਕਰ ਲਵਾਂਗਾ, ਇਹ ਇਸ ਤਰ੍ਹਾਂ ਨਹੀਂ ਹੈ, ਕਿਉਂਕਿ ਹਰ ਅਭਿਆਸ ਪਹਿਲਾਂ ਕੀਤੇ ਗਏ ਅਭਿਆਸ ਉੱਤੇ ਨਿਰਭਰ ਕਰਦਾ ਹੈ। ਜੇ ਤੁਸੀਂ ਹਰ ਰੋਜ਼ ਹੌਲੀ ਹੌਲੀ ਅਭਿਆਸ ਕਰੋਗੇ ਤਾਂ ਅਗਲੇ ਦਿਨ ਦਾ ਅਭਿਆਸ ਪਹਿਲਾਂ ਕੀਤੇ ਗਏ ਅਭਿਆਸ 'ਤੇ ਨਿਰਭਰ ਹੋਵੇਗਾ, ਅਤੇ ਜੇਕਰ ਤੁਸੀਂ ਅਭਿਆਸ ਨੂੰ ਵਿੱਚ ਹੀ ਛੱਡ ਦਿੰਦੇ ਹੋ ਤਾਂ ਤੁਹਾਨੂੰ ਦੁਬਾਰਾ ਤੋਂ ਸ਼ੁਰੂ ਕਰਨਾ ਪਵੇਗਾ। ਇਸ ਲਈ ਹਰ ਵਾਰ ਦੁਬਾਰਾ ਸ਼ੁਰੂ ਕਰਨ ਦੀ ਬਜਾਏ ਹੌਲੀ ਹੌਲੀ ਨਿਰਮਾਣ ਕਰੋ ਅਤੇ ਚਿੰਤਾ ਨਾ ਕਰੋ। ਜੇ ਤੁਸੀਂ 2.5 ਘੰਟੇ ਨਹੀਂ ਕਰ ਸਕਦੇ, ਜੇ ਤੁਸੀਂ 10 ਮਿੰਟ ਲਈ ਵਧੀਆ ਅਭਿਆਸ ਕਰਦੇ ਹੋ ਅਤੇ ਉਸ ਤੋਂ ਬਾਅਦ ਥਕਾਵਟ ਮਹਿਸੂਸ ਕਰਦੇ ਹੋ, ਤੁਹਾਡੇ ਸਰੀਰ ਵਿੱਚ ਦਰਦ ਹੁੰਦੀ ਹੈ ਤਾਂ ਜਾਰੀ ਨਾ ਰੱਖੋ, ਕਿਉਂਕਿ ਜਦੋਂ ਸਰੀਰ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਤੁਹਾਡਾ ਧਿਆਨ ਪੈਰਾਂ ਅਤੇ ਲੱਤਾਂ ਅਤੇ ਦੁੱਖ ਰਹੀਆਂ ਬਾਹਾਂ ਵੱਲ ਹੋਵੇਗਾ। ਇਸ ਪ੍ਰਕਾਰ ਦਾ ਅਭਿਆਸ ਚੰਗਾ ਨਹੀਂ। ਰੁਕੋ, ਉੱਥੇ ਹੀ ਰੁਕ ਜਾਓ ਅਤੇ ਅਗਲੀ ਵਾਰ ਫਿਰ 10 ਮਿੰਟ ਲਈ ਅਭਿਆਸ ਕਰੋ। ਉਸ ਤੋਂ ਅਗਲੇ ਦਿਨ 11 ਮਿੰਟ ਕਰੋ, ਫਿਰ 12। ਇਸ ਨੂੰ ਹੌਲੀ ਹੌਲੀ ਵਧਾਓ ਅਤੇ ਤੁਸੀਂ ਬਹੁਤ ਆਰਾਮ ਮਹਿਸੂਸ ਕਰੋਗੇ। ਕਠੋਰ ਨਾ ਬਣੋ, ਰੂਹਾਨੀਅਤ ਨੂੰ ਧਰਮ ਨਾ ਬਣਾਓ, ਇਸ ਨੂੰ ਇੱਕ ਕਰਮ ਕਾਂਡ ਨਾ ਬਣਾਓ। ਅਭਿਆਸ ਨੂੰ ਕਰਦੇ ਸਮੇਂ ਆਪਣੀ ਸਮਝਦਾਰੀ ਨੂੰ ਨਾ ਗੁਆਓ। ਅਭਿਆਸ ਦਾ ਮਨੋਰਥ ਹੈ ਆਪਣੀ ਤਵੱਜੋ ਨੂੰ ਅੰਦਰ ਵੱਲ ਪਾ ਕੇ ਆਪਣੇ ਅੰਦਰ ਜਾਣਾ। ਜੇਕਰ ਤਵੱਜੋ ਤੁਹਾਡੇ ਸਰੀਰ ਸਮੇਤ ਹੋਰ ਚੀਜ਼ਾਂ ਵੱਲ ਖਿਲਰੀ ਹੋਈ ਹੈ ਤਾਂ ਤੁਸੀਂ ਅੰਦਰ ਨਹੀਂ ਜਾ ਰਹੇ। ਜ਼ਬਰਦਸਤੀ ਅਭਿਆਸ ਕਰਨ ਦਾ ਕੋਈ ਫਾਇਦਾ ਨਹੀਂ। ਸੰਤ ਮਤ ਦਾ ਇਹ ਸੁਰਤ ਸ਼ਬਦ ਯੋਗ ਹੱਠ ਯੋਗ ਨਹੀਂ ਹੈ, ਇਹ ਜਿੱਦ ਦਾ ਯੋਗ ਨਹੀਂ ਹੈ। ਇਹ ਮੈਨੂੰ ਕਰਨਾ ਪਵੇਗਾ ਕਿਉਂਕਿ ਮੈਨੂੰ ਅਜਿਹਾ ਕਰਨ ਲਈ ਕਿਹਾ ਗਿਆ ਹੈ, ਅਤੇ ਤੁਸੀਂ ਇਸ ਤਰ੍ਹਾਂ ਦੇ ਅਭਿਆਸ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਕਰ ਰਹੇ ਹੁੰਦੇ ਕਿਉਂਕਿ ਤੁਹਾਡੀ ਤਵੱਜੋ ਉੱਥੇ ਨਹੀਂ ਇਕੱਠੀ ਹੋ ਰਹੀ ਹੁੰਦੀ। ਤਵੱਜੋ ਤੁਹਾਡੇ ਸਰੀਰ ਵਿੱਚ ਜਾਂ ਕਿਧਰੇ ਹੋਰ ਹੁੰਦੀ ਹੈ। ਅਭਿਆਸ ਨੂੰ ਆਰਾਮ ਨਾਲ ਕਰੋ, ਜਿੰਨਾ ਹੋ ਸਕੇ ਆਰਾਮ ਨਾਲ ਕਰੋ, ਪਰ ਨਿਯਮਤ ਤੌਰ 'ਤੇ ਕਰੋ, ਇਹ ਵਧੇਰੇ ਮਹੱਤਵਪੂਰਨ ਹੈ। ਇਸ ਲਈ ਜੋ ਵੀ ਤੁਸੀਂ ਕਰ ਸਕਦੇ ਹੋ ਕਰੋ ਅਤੇ ਉਸ ਨੂੰ ਨਿਯਮਤ ਕਰੋ, ਇਹ ਤੁਹਾਡੇ ਲਈ ਵਧੇਰੇ ਲਾਭਕਾਰੀ ਹੋਵੇਗਾ। ਮੈਂ ਆਸ ਕਰਦਾ ਹਾਂ ਕਿ ਮੇਰੇ ਅਨੁਭਵ, ਜਿਨ੍ਹਾਂ ਮੁਸ਼ਕਲਾਂ ਅਤੇ ਸਫਲਤਾਵਾਂ ਵਿੱਚੋਂ ਮੈਂ ਲੰਘਿਆ, ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ,
ਉਹ ਤੁਹਾਡੇ ਲਈ ਮਦਦਗਾਰ ਹੋ ਸਕਣਗੀਆਂ। ਮੈਨੂੰ ਉਮੀਦ ਹੈ ਕਿ ਇਹ ਤੁਹਾਡੀ ਆਪਣੀ ਤਰੱਕੀ ਵਿੱਚ ਤੁਹਾਡੀ ਸਹਾਇਤਾ ਕਰਨਗੀਆਂ। ਜੇ ਮੈਂ ਕੋਈ ਸੇਵਾ ਕਰ ਸਕਦਾ ਹਾਂ ਤਾਂ ਮੈਂ ਕਰਨ ਲਈ ਤਿਆਰ ਹਾਂ, ਕਿਉਂਕਿ ਇਹ ਮੇਰੀ ਸੇਵਾ ਤੁਹਾਡੇ ਲਈ ਨਹੀਂ ਹੋਵੇਗੀ ਬਲਕਿ ਮੇਰੇ ਗੁਰੂ ਲਈ ਹੋਵੇਗੀ। ਮੈਂ ਇਸ ਨੂੰ ਆਪਣੇ ਗੁਰੂ ਦੀ ਸੇਵਾ ਵਜੋਂ ਕਰ ਰਿਹਾ ਹਾਂ। ਉਹ ਜੋ ਵੀ ਮੈਨੂੰ ਸੇਵਾ ਦਿੰਦੇ ਹਨ ਮੈਨੂੰ ਪਸੰਦ ਹੈ। ਜਦੋਂ ਮੈਂ ਛੋਟਾ ਸੀ ਤਾਂ ਉਹਨਾਂ ਨੇ ਮੈਨੂੰ ਪੱਖਾ ਝੱਲਣ ਦੀ ਸੇਵਾ ਦਿੱਤੀ ਸੀ। ਉਹ ਇੱਕ ਵੱਡੇ ਹੱਥ ਨਾਲ ਚੱਲਣ ਵਾਲਾ ਪੱਖਾ ਸੀ। ਉਦੋਂ ਬਿਜਲੀ ਨਹੀਂ ਸੀ ਹੁੰਦੀ। ਆਮ ਤੌਰ 'ਤੇ ਉੱਚੇ ਲੰਬੇ ਲੋਕ ਇਹ ਸੇਵਾ ਕਰਦੇ ਸਨ। ਮੈਂ ਉਹਨਾਂ ਨੂੰ ਕਿਹਾ, ਮਹਾਰਾਜ ਜੀ ਕਿ ਮੈਂ ਵੀ ਇਹ ਪੱਖਾ ਝੱਲ ਸਕਦਾ ਹਾਂ? ਕਿਉਂ ਨਹੀਂ, ਸੇਵਾਦਾਰ ਨੂੰ ਪੁੱਛੋ। ਮਹਾਰਾਜ ਨੇ ਸੇਵਾਦਾਰ ਨੂੰ ਕਿਹਾ ਅਤੇ ਉਸਨੇ ਮੈਨੂੰ ਪੱਖਾ ਦੇ ਦਿੱਤਾ। ਪੱਖਾ ਮੇਰੇ ਜਿੰਨਾ ਹੀ ਵੱਡਾ ਸੀ, ਬਹੁਤ ਵੱਡਾ ਪੱਖਾ ਸੀ, ਪਰ ਮੈਂ ਇਸ ਨੂੰ ਚੁੱਕ ਲਿਆ। ਮੈਨੂੰ ਬਹੁਤ ਆਨੰਦ ਆਇਆ। ਮੈਂ ਹਰ ਸੇਵਾ ਦਾ ਆਨੰਦ ਲਿਆ। ਜਦੋਂ ਉਹਨਾਂ ਨੇ ਕਿਹਾ ਠੀਕ ਹੈ, ਤੁਸੀਂ ਡੇਰੇ ਵਿੱਚ ਇੱਕ ਹੋਮੋਪੈਥਿਕ ਕਲੀਨਿਕ ਖੋਲ੍ਹੋ ਅਤੇ ਲੋਕਾਂ ਦੀ ਸੇਵਾ ਕਰੋ, ਮੈਂ ਉਸ ਦਾ ਆਨੰਦ ਵੀ ਲਿਆ। ਜਦੋਂ ਉਹਨਾਂ ਮੈਨੂੰ ਕਿਹਾ ਇਹ ਪਾਰਟੀਸ਼ਨ ਦਾ ਸਮਾਂ ਹੈ, ਲੋਕ ਪਾਕਿਸਤਾਨ ਤੋਂ ਆ ਰਹੇ ਹਨ ਆਦਿ, ਬਾਹਰ ਡੰਡਾ ਲੈ ਕੇ ਖੜ੍ਹੇ ਹੋਵੋ, ਮੈਂ ਉਸ ਦਾ ਵੀ ਆਨੰਦ ਲਿਆ। ਇਸ ਦਾ ਕੋਈ ਫਰਕ ਨਹੀਂ ਕਿ ਕਿਸ ਤਰ੍ਹਾਂ ਦੀ ਸੇਵਾ ਸੀ, ਸੇਵਾ ਸੇਵਾ ਹੁੰਦੀ ਹੈ। ਸੇਵਾ ਵਰਗੀ ਹੋਰ ਕੋਈ ਵੀ ਚੀਜ਼ ਨਹੀਂ। ਜੇਕਰ ਸੇਵਾ ਉਸੇ ਸ਼ਰਧਾ ਨਾਲ ਕੀਤੀ ਜਾਵੇ ਤਾਂ ਇਹ ਅਭਿਆਸ ਦੇ ਬਰਾਬਰ ਬਣ ਜਾਂਦੀ ਹੈ। ਇਹ ਪਿਆਰ ਅਤੇ ਸ਼ਰਧਾ ਹੈ ਜਿਸ ਨਾਲ ਤੁਸੀਂ ਅਭਿਆਸ ਕਰਦੇ ਹੋ। ਇਹ ਪਿਆਰ ਅਤੇ ਸ਼ਰਧਾ ਹੈ ਜਿਸ ਨਾਲ ਤੁਸੀਂ ਸੇਵਾ ਕਰਦੇ ਹੋ, ਜਿਸ ਨਾਲ ਨਤੀਜੇ ਪ੍ਰਾਪਤ ਹੁੰਦੇ ਹਨ। ਸੋ ਜੋ ਮੈਂ ਕਹਿ ਰਿਹਾ ਹਾਂ, ਇਹ ਨਾ ਸੋਚੋ ਮੈਂ ਇਹ ਤੁਹਾਡੇ ਲਈ ਕਰ ਰਿਹਾ ਹਾਂ। ਇਹ ਮੈਂ ਆਪਣੇ ਲਈ ਆਪਣੇ ਗੁਰੂ ਦੀ ਸੇਵਾ ਸਮਝ ਕੇ ਕਰ ਰਿਹਾ ਹਾਂ। ਮੈਂ ਸਿਰਫ ਇਹ ਹੀ ਕਰ ਰਿਹਾ ਹਾਂ। ਮੈਂ ਕੁਛ ਵੀ ਹੋਣ ਦਾ ਦਾਅਵਾ ਨਹੀਂ ਕਰਦਾ। ਮੈਂ ਦਾਅਵਾ ਨਹੀਂ ਕਰਦਾ। ਲੋਕ ਮੈਨੂੰ ਪੁੱਛਦੇ ਹਨ ਕਿ ਤੁਸੀਂ ਗੁਰੂ ਹੋ। ਕਿਸੇ ਨੇ ਮੈਨੂੰ ਪੁੱਛਿਆ, ਮੈਂ ਕਿਹਾ ਕਿ ਮੈਂ ਕਿਸੇ ਗੁਰੂ ਵਾਂਗ ਦਿਖਾਈ ਦਿੰਦਾ ਹਾਂ, ਕਿ ਮੈਂ ਕਿਸੇ ਗੁਰੂ ਵਾਂਗੂ ਵਿਵਹਾਰ ਕਰਦਾ ਹਾਂ। ਇਹ ਪ੍ਰਸ਼ਨ ਨਾ ਪੁੱਛੋ। ਮੈਂ ਕੇਵਲ ਆਪਣੇ ਗੁਰੂ ਦੀ ਸੇਵਾ ਕਰ ਰਿਹਾ ਹਾਂ। ਜੇ ਤੁਸੀਂ ਮੇਰੇ ਦੁਆਰਾ ਬੋਲਣ ਵਾਲੇ ਕਿਸੇ ਵੀ ਸ਼ਬਦ ਜਾਂ ਮੇਰੇ ਦੁਆਰਾ ਕੀਤੀ ਕੋਈ ਵੀ ਕਾਰਵਾਈ ਤੋਂ ਕੁਛ ਵੀ ਸਹਾਇਤਾ ਪ੍ਰਾਪਤ ਕਰ ਰਹੇ ਹੋ ਤਾਂ ਇਹ ਕ੍ਰੈਡਿਟ ਉੱਥੇ ਹੀ ਜਾਣਾ ਚਾਹੀਦਾ ਹੈ ਜਿਨ੍ਹਾਂ ਦੀ ਇਹ ਬਖਸ਼ਿਸ਼ ਹੈ। ਇਹ ਹਜ਼ੂਰ ਮਹਾਰਾਜ ਬਾਬਾ ਸਾਵਨ ਸਿੰਘ ਵੱਡੇ ਮਹਾਰਾਜ ਦੀ ਬਖਸ਼ਿਸ਼ ਹੈ। ਇਹ ਸਿਰਫ ਉਹਨਾਂ ਦੀ ਹੀ ਸ਼ਕਤੀ ਕੰਮ ਕਰ ਰਹੀ ਹੈ, ਇਸ ਲਈ ਸਾਰਾ ਕ੍ਰੈਡਿਟ ਉਹਨਾਂ ਦਾ ਹੈ। ਪਰ ਮੈਨੂੰ ਉਮੀਦ ਹੈ ਜੋ ਵੀ ਮੈਂ ਕਿਹਾ ਉਹ ਤੁਹਾਡੇ ਲਈ ਕੁਛ ਮਦਦਗਾਰ ਹੋਵੇਗਾ। ਇਸ ਨੇ ਲੋਕਾਂ ਦੀ ਮਦਦ ਕੀਤੀ ਹੈ। ਉਹ ਮੈਨੂੰ ਦੱਸਦੇ ਹਨ, ਉਹ ਅੱਜ ਕੱਲ੍ਹ ਮੈਨੂੰ ਜਗ੍ਹਾ ਜਗ੍ਹਾ ਤੋਂ ਈਮੇਲ ਕਰਦੇ ਹਨ। ਉਹ ਕਹਿੰਦੇ ਹਨ ਕਿ ਯੂਟਿਊਬ ਵੀ ਮਦਦ ਕਰਦਾ ਹੈ। ਬੇਸ਼ੱਕ ਯੂਟਿਊਬ ਦਾ ਸਿਹਰਾ ਮਾਰਕ ਨੂੰ ਜਾਂਦਾ ਹੈ। ਮੈਨੂੰ ਨਹੀਂ ਪਤਾ ਕਿ ਮਾਰਕ ਕਿੱਥੇ ਹੈ। ਉਹ ਪਿੱਛੇ ਬੈਠਾ ਹੋਇਆ ਹੈ, ਉਹ ਲੰਬਾ ਆਦਮੀ ਉੱਥੇ, ਉਹ ਇਸ ਲਈ ਜ਼ਿੰਮੇਵਾਰ ਹੈ। ਦਰਅਸਲ ਇੱਕ ਵਾਰੀ ਦੁਪਹਿਰ ਦੇ ਖਾਣੇ ਵੇਲੇ ਅਸੀਂ ਪੰਜਾਬੀ ਵਿੱਚ ਗੱਲ ਕਰ ਰਹੇ ਸੀ ਤਾਂ ਉਹ ਮੇਰੇ ਕੋਲ ਆਇਆ। ਉਸਨੇ ਕਿਹਾ, ਮੈਂ ਤੁਹਾਡੇ ਸਤਸੰਗਾਂ ਜਾਂ ਵਿਖਿਆ ਨੂੰ ਯੂਟਿਊਬ 'ਤੇ ਪਾਉਣਾ ਚਾਹੁੰਦਾ ਹਾਂ। ਮੈਂ ਕਿਹਾ, ਕੀ ਜ਼ਰੂਰਤ ਹੈ? ਮਾਰਕ ਨੇ ਕਿਹਾ, ਨਹੀਂ ਨਹੀਂ ਨਹੀਂ, ਤੁਹਾਨੂੰ ਨਹੀਂ ਪਤਾ ਕਿ ਇੱਥੇ ਲੋਕ ਹਨ ਜਿਨ੍ਹਾਂ ਨੂੰ ਆਪਣੇ ਪ੍ਰਸ਼ਨਾਂ ਦਾ ਉੱਤਰ ਇਸ ਦੁਆਰਾ ਮਿਲ ਸਕਦਾ ਹੈ। ਉਹਨਾਂ ਲੋਕਾਂ ਦੇ ਵੀ ਉਹੀ ਪ੍ਰਸ਼ਨ ਹੁੰਦੇ ਹਨ ਜਿਹੜੇ ਸਾਡੇ ਇਸ ਗਰੁੱਪ ਦੇ ਹਨ। ਹੁਣ ਈਮੇਲਾਂ ਤੋਂ ਮੈਨੂੰ ਲੱਗਦਾ ਹੈ ਉਹ ਠੀਕ ਕਹਿ ਰਿਹਾ ਸੀ। ਬਹੁਤ ਸਾਰੇ ਲੋਕ ਲਿਖਦੇ ਹਨ, ਧੰਨਵਾਦ, ਤੁਸੀਂ ਸਾਡੇ ਪ੍ਰਸ਼ਨ ਦਾ ਉੱਤਰ ਦਿੱਤਾ। ਜਦੋਂ ਉਹ ਮੈਨੂੰ ਮਿਲਦੇ ਹਨ, ਉਹ ਮੇਰੇ ਨਾਲ ਗੱਲ ਕਰਦੇ ਹਨ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿ ਉਹ ਹਮੇਸ਼ਾ ਤੋਂ ਮੈਨੂੰ ਜਾਣਦੇ ਹੋਣ, ਕਿਉਂਕਿ ਉਹ ਮੈਨੂੰ ਇੰਟਰਨੈੱਟ ਰਾਹੀਂ ਦੇਖ ਚੁੱਕੇ ਹੋਏ ਹੁੰਦੇ ਹਨ। ਇਹ ਸਭ ਉਸ ਆਦਮੀ ਦਾ ਕੰਮ ਹੈ, ਉਸ ਮਾਰਕ ਦਾ, ਜੋ ਉੱਥੇ ਬੈਠਾ ਹੋਇਆ ਸੀ। ਜੇ ਤੁਸੀਂ ਇਸ ਚੀਜ਼ ਦਾ ਸਿਹਰਾ ਦੇਣਾ ਚਾਹੁੰਦੇ ਹੋ ਜਾਂ ਇਸ ਵਿੱਚ ਗਲਤੀ ਕੱਢਣੀ ਚਾਹੁੰਦੇ ਹੋ ਤਾਂ ਉਸਨੂੰ ਕਹੋ। ਪਰ ਹੁਣ ਉਹ ਮੇਰਾ ਚੰਗਾ ਦੋਸਤ ਹੈ, ਬਹੁਤ ਚੰਗਾ ਦੋਸਤ। ਅਸੀਂ ਇਕੱਠੇ ਬਹੁਤ ਸਮਾਂ ਬਿਤਾਇਆ ਹੈ, ਅਸੀਂ ਇਕੱਠੇ ਸਫ਼ਰ ਕਰਦੇ ਹਾਂ। ਉਹ ਬਹੁਤ ਵਧੀਆ ਆਦਮੀ ਹੈ। ਉਹ ਆਪਣੇ ਵਿੱਚ ਇੱਕ ਸ਼ਾਨਦਾਰ ਜਗਿਆਸੂ ਹੈ ਅਤੇ ਬਹੁਤ ਸਾਰੇ ਲੋਕਾਂ ਲਈ ਇੱਕ ਉਦਾਹਰਣ ਹੈ। ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਮੈਂ ਤੁਹਾਨੂੰ ਇਸ ਸਮੇਂ ਵੱਡੇ ਮਹਾਰਾਜ ਦੀਆਂ ਬਖਸ਼ੀਆਂ ਦਿੰਦਾ ਹਾਂ ਅਤੇ ਸਮਝਦਾ ਹਾਂ ਕਿ ਇਹ ਤੁਹਾਡੇ ਲਈ ਉਪਯੋਗੀ ਹੋਣਗੀਆਂ। ਕੀ ਸਾਡੇ ਕੋਲ ਅਜੇ ਵੀ ਕੁਝ ਪ੍ਰਸ਼ਾਦ ਬਾਕੀ ਹੈ?
ਉਹਨਾਂ ਲਈ ਜਿਨ੍ਹਾਂ ਨੂੰ ਪੂਨੇ ਵਿੱਚ ਨਹੀਂ ਮਿਲਿਆ? ਕੀ ਇੱਥੇ ਕੋਈ ਅਜਿਹਾ ਹੈ ਜਿਸ ਨੂੰ ਪ੍ਰਸ਼ਾਦ ਨਹੀਂ ਮਿਲਿਆ, ਵੱਡੇ ਮਹਾਰਾਜ ਦਾ ਪ੍ਰਸ਼ਾਦ? ਠੀਕ ਹੈ, ਅਸੀਂ ਤੁਹਾਨੂੰ ਪ੍ਰਸ਼ਾਦ ਦੇਵਾਂਗੇ। ਪਹਿਲਾਂ ਸਵਾਲ ਅਤੇ ਫਿਰ ਪ੍ਰਸ਼ਾਦ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪ੍ਰਸ਼ਨ ਬਹੁਤ ਮਹੱਤਵਪੂਰਨ ਹਨ। ਜੇ ਤੁਸੀਂ ਕੋਈ ਪ੍ਰਸ਼ਨ ਨਹੀਂ ਪੁੱਛਦੇ ਤਾਂ ਤੁਸੀਂ ਅਭਿਆਸ ਵਿੱਚ ਸਫਲ ਨਹੀਂ ਹੋ ਸਕਦੇ, ਕਿਉਂਕਿ ਪ੍ਰਸ਼ਨ ਤੁਹਾਨੂੰ ਸਿਰ ਦੇ ਅੰਦਰ ਤੰਗ ਕਰਨਗੇ, ਕਿਉਂਕਿ ਪ੍ਰਸ਼ਨ ਇੱਕ ਸ਼ੰਕਾ ਪੈਦਾ ਕਰ ਸਕਦੇ ਹਨ ਅਤੇ ਸੰਦੇਹ ਅਭਿਆਸ ਦੀ ਤਰੱਕੀ ਨੂੰ ਰੋਕਦਾ ਹੈ। ਤੁਹਾਨੂੰ ਆਪਣੇ ਪ੍ਰਸ਼ਨ ਜ਼ਰੂਰ ਪੁੱਛਣੇ ਚਾਹੀਦੇ ਹਨ। ਆਪਣੇ ਮਨ ਨੂੰ ਸੰਤੁਸ਼ਟ ਕਰਨ ਤੋਂ ਬਾਅਦ ਹੀ ਤੁਸੀਂ ਆਪਣੀ ਆਤਮਾ ਨੂੰ ਸੰਤੁਸ਼ਟ ਕਰ ਸਕਦੇ ਹੋ। ਇਸ ਲਈ ਜੇ ਕੋਈ ਪ੍ਰਸ਼ਨ ਹਨ ਜ਼ਰੂਰ ਪੁੱਛੋ। ਆਪਣੇ ਸਾਰੇ ਪ੍ਰਸ਼ਨਾਂ ਦੇ ਜਵਾਬ ਪ੍ਰਾਪਤ ਕਰਨੇ ਬਹੁਤ ਜ਼ਰੂਰੀ ਹਨ। ਇਸ ਤੋਂ ਬਾਅਦ ਤੁਸੀਂ ਅਭਿਆਸ ਵਿੱਚ ਵਧੀਆ ਤਰੱਕੀ ਕਰ ਸਕਦੇ ਹੋ। ਹਾਂ, ਤੁਹਾਡਾ ਕੀ ਸਵਾਲ ਹੈ? ਵੱਡੇ ਮਹਾਰਾਜ ਨੇ ਮੈਨੂੰ ਦੱਸਿਆ, ਇਹ ਚੰਗੀ ਗੱਲ ਹੈ ਕਿ ਕੋਈ ਸ਼ਿਸ਼ ਆਪਣੇ ਮੁਰਸ਼ਦ ਦੀ ਸਰੀਰਕ ਮੌਤ ਤੋਂ ਪਹਿਲਾਂ ਆਪਣੇ ਅਭਿਆਸ ਵਿੱਚ ਮੁਰਸ਼ਦ ਦਾ ਰੋਸ਼ਨ ਸਰੂਪ, ਨੂਰੀ ਸਰੂਪ ਪ੍ਰਗਟ ਕਰ ਲਵੇ। ਜੇ ਅਜਿਹਾ ਹੁੰਦਾ ਹੈ ਤਾਂ ਤੁਸੀਂ ਵੇਖੋਗੇ ਕਿ ਉਸ ਵਿਅਕਤੀ ਲਈ ਮੁਰਸ਼ਦ ਕਦੇ ਨਹੀਂ ਮਰਦਾ। ਜਦੋਂ ਮੁਰਸ਼ਿਦ ਸਰੀਰਕ ਤੌਰ 'ਤੇ ਮਰ ਜਾਂਦਾ ਹੈ, ਤੁਸੀਂ ਉਸ ਨੂੰ ਉਸ ਨਾਲੋਂ ਜ਼ਿਆਦਾ ਜ਼ਿੰਦਾ ਵੇਖੋਗੇ ਜਿੰਨਾ ਤੁਸੀਂ ਉਸ ਨੂੰ ਸਥੂਲ ਸਰੀਰ ਵਿੱਚ ਦੇਖਿਆ ਸੀ। ਉਹ ਤੁਹਾਡੇ ਨਾਲ ਹੁੰਦਾ ਹੈ ਅਤੇ ਤੁਸੀਂ ਉਸ ਮੁਰਸ਼ਿਦ 'ਤੇ ਭਰੋਸਾ ਕਰਦੇ ਹੋ। ਉਹ ਸਥੂਲ ਸਰੀਰ ਤੋਂ ਵੀ ਵਧੇਰੇ ਅਸਲ ਲੱਗਦਾ ਹੈ ਜੋ ਤੁਸੀਂ ਦੇਖਿਆ ਸੀ। ਇਸ ਲਈ ਤੁਹਾਡੇ ਲਈ ਮੁਰਸ਼ਿਦ ਕਦੇ ਨਹੀਂ ਮਰਿਆ। ਉਹ ਤੁਹਾਡੇ ਨਾਲ ਯਾਤਰਾ ਕਰੇਗਾ। ਤੁਸੀਂ ਕਾਰ ਚਲਾਓਗੇ ਤਾਂ ਉਹ ਤੁਹਾਡੇ ਨਾਲ ਵਾਲੀ ਸੀਟ 'ਤੇ ਬੈਠਾ ਹੋਵੇਗਾ। ਤੁਸੀਂ ਉਸ ਨੂੰ ਨਾ ਸਿਰਫ ਅਭਿਆਸ ਵਿੱਚ ਦੇਖੋਗੇ, ਤੁਸੀਂ ਉਸ ਨੂੰ ਹਰ ਸਮੇਂ ਆਪਣੇ ਆਲੇ ਦੁਆਲੇ ਦੇਖੋਗੇ। ਸੋ ਤੁਹਾਡੇ ਲਈ ਉਹ ਮੁਰਸ਼ਿਦ ਕਦੇ ਨਹੀਂ ਮਰਿਆ। ਇਸ ਲਈ ਉਹਨਾਂ ਨੇ ਕਿਹਾ ਸੀ ਕਿ ਇਹ ਇੱਕ ਬਹੁਤ ਚੰਗੀ ਗੱਲ ਹੈ ਕਿ ਇੱਕ ਸ਼ਿਸ਼ ਇੰਨਾ ਅਭਿਆਸ ਕਰ ਲਏ ਤਾਂ ਕਿ ਆਪਣੇ ਗੁਰੂ ਦੇ ਸਰੀਰ ਵਿੱਚ ਹੁੰਦੇ ਹੋਏ ਹੀ ਉਸ ਦੇ ਨੂਰੀ ਸਰੂਪ ਨੂੰ ਆਪਣੇ ਅੰਦਰ ਪ੍ਰਗਟ ਕਰ ਲਏ। ਜੇ ਤੁਸੀਂ ਇਹ ਨਹੀਂ ਕਰ ਸਕੇ ਅਤੇ ਮੁਰਸ਼ਿਦ ਗੁਜ਼ਰ ਜਾਂਦਾ ਹੈ ਤਾਂ ਇਹ ਥੋੜ੍ਹਾ ਹੋਰ ਮੁਸ਼ਕਲ ਹੋ ਜਾਂਦਾ ਹੈ। ਫਿਰ ਤੁਹਾਨੂੰ ਹੋਰ ਵੀ ਅਭਿਆਸ ਕਰਨਾ ਪਵੇਗਾ। ਮੁਰਸ਼ਿਦ ਦੇ ਨੂਰੀ ਸਰੂਪ ਤੱਕ ਪਹੁੰਚਣ ਲਈ ਤੁਹਾਨੂੰ 3 ਗੁਣਾ ਵਧੇਰੇ ਅਭਿਆਸ ਕਰਨਾ ਪਵੇਗਾ, ਪਰ ਤੁਸੀਂ ਫਿਰ ਵੀ ਪ੍ਰਾਪਤ ਕਰ ਸਕਦੇ ਹੋ। ਸਿਰਫ ਤੁਹਾਨੂੰ ਵਧੇਰੇ ਅਭਿਆਸ ਕਰਨਾ ਪਵੇਗਾ। ਜਦੋਂ ਮੁਰਸ਼ਿਦ ਜੀਵਤ ਹੁੰਦਾ ਹੈ ਅਤੇ ਤੁਹਾਡੇ ਕੋਲ ਕੋਈ ਪ੍ਰਸ਼ਨ ਹੁੰਦਾ ਹੈ ਤਾਂ ਤੁਸੀਂ ਮੁਰਸ਼ਿਦ ਕੋਲ ਜਾ ਸਕਦੇ ਹੋ ਅਤੇ ਉਸ ਨੂੰ ਪੁੱਛ ਸਕਦੇ ਹੋ। ਜਦੋਂ ਉਹ ਮਰ ਚੁੱਕਾ ਹੋਵੇ ਤਾਂ ਤੁਸੀਂ ਕਿਸ ਕੋਲ ਜਾਵੋਗੇ? ਵੱਡੇ ਮਹਾਰਾਜ ਨੇ ਹੋਰ ਕਿਹਾ ਕਿ ਜੇ ਤੁਸੀਂ ਮੁਰਸ਼ਿਦ ਦੇ ਨੂਰੀ ਸਰੂਪ ਨੂੰ ਅੰਦਰ ਪ੍ਰਗਟ ਕਰ ਲੈਂਦੇ ਹੋ ਤਾਂ ਉਹ ਤੁਹਾਡੇ ਪ੍ਰਸ਼ਨਾਂ ਦਾ ਉੱਤਰ ਬਿਲਕੁਲ ਉਸੇ ਤਰ੍ਹਾਂ ਦੇਵੇਗਾ ਜਿਸ ਤਰ੍ਹਾਂ ਉਹ ਜਿਉਂਦੇ ਵੇਲੇ ਦਿੰਦਾ ਹੋਵੇ। ਸੋ ਤੁਹਾਨੂੰ ਆਪਣੇ ਸਾਰੇ ਉੱਤਰ ਮਿਲ ਸਕਦੇ ਹਨ। ਜੇ ਨੂਰੀ ਸਰੂਪ ਪ੍ਰਗਟ ਨਹੀਂ ਹੋਇਆ ਅਤੇ ਤੁਸੀਂ ਉਸ ਦੀ ਕੋਸ਼ਿਸ਼ ਵਿੱਚ ਹੋ ਅਤੇ ਤੁਹਾਡੇ ਕੋਲ ਕੁਝ ਪ੍ਰਸ਼ਨ ਹਨ ਤਾਂ ਤੁਸੀਂ ਸੀਨੀਅਰ ਸਤਸੰਗੀ ਕੋਲ ਜਾ ਸਕਦੇ ਹੋ, ਕਿਸੇ ਹੋਰ ਤੋਂ ਪੁੱਛ ਸਕਦੇ ਹੋ ਜੋ ਉਸ ਮੁਰਸ਼ਿਦ ਦਾ ਚੇਲਾ ਹੋਵੇ, ਜਾਂ ਜੇ ਲੋੜ ਪਵੇ ਤਾਂ ਕਿਸੇ ਹੋਰ ਮੁਰਸ਼ਿਦ ਤੋਂ ਪੁੱਛ ਕੇ ਉਹਨਾਂ ਦੇ ਉੱਤਰ ਪ੍ਰਾਪਤ ਕਰ ਸਕਦੇ ਹੋ। ਪਰ ਤੁਹਾਡਾ ਮੁਰਸ਼ਿਦ ਉਹ ਹੋਵੇਗਾ ਜਿਸ ਨੇ ਤੁਹਾਨੂੰ ਨਾਮਦਾਨ ਦਿੱਤਾ ਹੈ, ਵਰਨਾ ਤੁਸੀਂ ਕਿਸੇ ਦੀ ਵੀ ਰਾਏ ਲੈ ਸਕਦੇ ਹੋ ਜੋ ਤੁਹਾਨੂੰ ਲੱਗੇ ਕਿ ਉਹ ਤੁਹਾਡੇ ਨਾਲੋਂ ਜ਼ਿਆਦਾ ਜਾਣਦਾ ਹੈ ਅਤੇ ਇਸ ਤਰ੍ਹਾਂ ਮਦਦ ਹੋ ਸਕਦੀ ਹੈ। ਠੀਕ ਹੈ, ਹੁਣ ਪ੍ਰਸ਼ਾਦ ਆ ਗਿਆ ਹੈ। ਜਿਨ੍ਹਾਂ ਨੇ ਪੂਨੇ ਵਿੱਚ ਪ੍ਰਸ਼ਾਦ ਨਹੀਂ ਲਿਆ ਉਹ ਇੱਕ ਇੱਕ ਕਰਕੇ ਆ ਸਕਦੇ ਹਨ।